ਅਮਰਤਾ ਪ੍ਰੀਤਮ ਦਾ ਨੋਵਲ ਚੱਕ ਨੰਬਰ 36 ਪਹਿਲਾ 32 ਦੀ ਦੀਵਾਲੀ ਪਿੱਤਲ ਦੀ ਛਾਨਣੀ ਵਰਗਾ ਖੋਲ ਛੜਿਆ ਹੋਇਆ ਸੀ। ਕੁਮਾਰ ਜਦੋਂ ਵੀ ਇਹ ਬੱਤੀ ਜਗਾਉਂਦਾ ਸੀ ਬੱਤੀ ਦਾ ਸਾਰਾ ਚਾਨਣ ਪਿੱਤਲ ਦੀ ਛੇਕਾਂ ਵਿੱਚੋਂ ਦੁੱਧ ਦੀਆਂ ਧਾਰਾਂ ਵਾਂਗ ਵਗਣ ਲੱਗ ਪੈਂਦਾ ਸੀ। ਜਿਹਦੇ ਨਾਲ ਕਮਰੇ ਦੀਆਂ ਕੰਧਾਂ ਤੇ ਕਮਰੇ ਦਾ ਫਰਸ਼ ਚਾਨਣ ਨਾਲ ਛਿਣਕਿਆ ਹੋਇਆ ਲੱਗਦਾ ਸੀ। ਇਹ ਬੱਤੀ ਕਮਰੇ ਦੀ ਛੱਤ ਵਿੱਚ ਲੱਗੀ ਹੋਈ ਸੀ। ਦੂਸਰੀ ਬੱਤੀ ਕੁਮਾਰ ਦੇ ਮੇਜ਼ ਉੱਤੇ ਲੱਗੀ ਹੋਈ ਸੀ ਇਸ ਬੱਤੀ ਦੇ ਮੱਥੇ ਉੱਤੇ ਪਿੱਤਲ ਦਾ ਇੱਕ ਢੱਕਣ ਲੱਗਾ ਹੋਇਆ ਸੀ ਜਿਹਦੇ ਨਾਲ ਅੜ ਕੇ ਬੱਤੀ ਦਾ ਸਾਰਾ ਚਾਨਣ ਮੇਜ਼ ਉੱਤੇ ਪਈ ਹੋਈ ਸ਼ੀਸ਼ੇ ਦੇ ਪਿਆਲੇ 'ਚ ਡੁੱਲਦਾ ਸੀ ਤੇ ਪਿਆਲਾ ਹਰ ਵੇਲੇ ਨੱਕੋ-ਨੱਕ ਭਰਿਆ ਹੋਇਆ ਰਹਿੰਦਾ ਸੀ ਕੁਮਾਰ ਜਿਸ ਵੇਲੇ ਕੁਝ ਸੋਚ ਰਿਹਾ ਹੁੰਦਾ ਸੀ ਉਹਦੇ ਮੇਜ਼ ਦੀ ਬੱਤੀ ਬੁਜੀ ਹੋਈ ਹੁੰਦੀ ਸੀ ਤੇ ਛੱਤ ਦੀ ਬੱਤੀ ਜਗੀ ਹੋਈ ਹੁੰਦੀ ਸੀ ਪਿੱਤਲ ਦੇ ਸੈਂਕੜੇ ਛੇਕਾਂ ਵਿੱਚੋਂ ਨਿਕਲਦਾ ਬੱਤੀ ਦਾ ਚਾਨਣ ਜਿਸ ਤਰ੍ਹਾਂ ਸੈਂਕੜੇ ਵੱਖ-ਵੱਖ ਧਾਰੀਆਂ 'ਚ ਵੰਡਿਆ ਹੁੰਦਾ ਸੀ ਕੁਮਾਰ ਦੇ ਖਿਆਲ ਵੀ ਸੈਂਕੜੇ ਵੱਖ-ਵੱਖ ਲਕੀਰਾਂ 'ਚ ਤੁਰਦੇ ਸਨ ਪਰ ਜਦੋਂ ਉਹਦੇ ਮਨ 'ਚ ਕਿਤੇ ਲਕੀਰਾਂ ਜੁੜ ਜਾਂਦੀਆਂ ਸਨ ਉਹ ਛੱਤ ਦੀ ਬੱਤੀ ਬੁਝਾ ਕੇ ਆਪਣੇ ਮੇਜ਼ ਦੀ ਬੱਤੀ ਜਗਾ ਲੈਂਦਾ ਸੀ ਚਾਨਣ ਇੱਕ ਥਾਂ 'ਤੇ ਇਕੱਠਾ ਹੋ ਕੇ ਸ਼ੀਸ਼ੇ ਦੇ ਪਿਆਲੇ ਨੂੰ ਭਰਨ ਲੱਗ ਪੈਂਦਾ ਸੀ ਤੇ ਕੁਮਾਰ ਦੇ ਮਨ 'ਚ ਜੁੜੀ ਹੋਈ ਤਸਵੀਰ ਉਦੇ ਸਾਹਮਣੇ ਪਏ ਹੋਏ ਕਾਗਜ਼ ਉੱਤੇ ਉਤਰਨ ਲੱਗ ਪੈਂਦੀ ਸੀ ਅੱਜ ਕੁਮਾਰ ਕੋਈ ਪਿਛਲੇ 3 ਘੰਟਿਆਂ ਤੋਂ ਆਪਣੇ ਮੇਜ਼ ਉੱਤੇ ਸਿਰ ਝੁਕਾ ਕੇ ਕੰਮ ਕਰਦਾ ਪਿਆ ਸੀ ਅਲਕਾ ਨੇ ਮੇਜ਼ ਦੇ ਕੋਲ ਵਾਰ ਪਈ ਹੋਈ ਸਟੂਲ ਉੱਤੇ ਕਾਫੀ ਦਾ ਪਿਆਲਾ ਰੱਖਦਿਆਂ ਚਮਚੇ ਦਾ ਹਲਕਾ ਜਿਹਾ ਖੜਾਕ ਕੀਤਾ ਤਾਂ ਕਿ ਕੁਮਾਰ ਨੂੰ ਪਤਾ ਲੱਗ ਜਾਏ ਕਿ ਉਹਨੇ ਕਾਫੀ ਦਾ ਪਿਆਲਾ ਰੱਖ ਦਿੱਤਾ ਸੀ ਪਰ ਕੁਝ ਮਿੰਟਾਂ ਪਿਛੋਂ ਅਲਕਾ ਨੇ ਵੇਖਿਆ ਕਿ ਕਾਫੀ ਦਾ ਪਿਆਲਾ ਉਸੇ ਤਰ੍ਹਾਂ ਪਿਆ ਹੋਇਆ ਸੀ ਕੁਮਾਰ ਉਸੇ ਤਰ੍ਹਾਂ ਮੇਜ਼ ਉੱਤੇ ਸਿਰ ਝੁਕਾ ਕੇ ਕੰਮ ਕਰਦਾ ਪਿਆ ਸੀ। ਅਲਕਾ ਨੇ ਮੂੰਹੋਂ ਕੁਝ ਆਖਣ ਦੀ ਥਾਂ ਪਿਆਲੇ ਨੂੰ ਥੋੜਾ ਜਿਹਾ ਸਰਕਾ ਦਿੱਤਾ। ਕੁਮਾਰ ਨੇ ਪਿਆਲੇ ਵੱਲ ਇਸ ਤਰ੍ਹਾਂ ਵੇਖਿਆ ਜਿਸ ਤਰ੍ਹਾਂ ਬਾਰੀ ਵਿੱਚੋਂ ਆਉਂਦੀ ਹਵਾ ਨਾਲ ਬਾਰੀ ਦੀ ਕੁੰਡੀ ਹਿੱਲਣ ਦਾ ਖੜਾਕ ਹੋਇਆ ਹੋਵੇ। ਕੁੰਡੀ ਫੇਰ ਡੋਲ ਹੋ ਗਈ ਹੋਵੇ ਤੇ ਕੁਮਾਰ ਦਾ ਧਿਆਨ ਫੇਰ ਆਪਣੀ ਮੇਜ਼ ਉੱਤੇ ਖੁੱਬ ਗਿਆ ਹੋਵੇ। ਅਲਕਾ ਨੂੰ ਕੁਮਾਰ ਦੇ ਸਟੂਡੀਓ ਵਿੱਚ ਆ ਕੇ ਕੰਮ ਸਿੱਖਦਿਆਂ 6 ਮਹੀਨੇ ਹੋ ਗਏ ਸਨ। ਅਲਕਾ ਨੂੰ ਇਹ ਪਤਾ 6 ਮਹੀਨਿਆਂ ਵਿੱਚ ਨਹੀਂ ਸੀ ਲੱਗਾ ਪਹਿਲੇ ਮਹੀਨੇ ਲੱਗਿਆ ਸੀ ਕਿ ਜਿਸ ਵੇਲੇ ਕੁਮਾਰ ਕੰਮ ਕਰਦਾ ਹੋਵੇ ਅਲਕਾ ਦੀ ਆਖੀ ਹੋਈ ਗੱਲ ਵਿੱਚ ਜਾਂ ਪਿਆਲੇ ਦੇ ਚਮਚੇ ਵਿੱਚ ਜਾਂ ਬਾਰੀ ਦੀ ਕੁੰਡੀ 'ਚ ਕੋਈ ਫਰਕ ਨਹੀਂ ਹੁੰਦਾ ਇਸ ਲਈ ਅਲਕਾ ਨੇ ਮੂੰਹੋਂ ਕੁਝ ਨਾ ਆਖਿਆ ਕੋਈ ਅੱਧੇ ਘੰਟੇ ਪਿਛੋਂ ਕੁਮਾਰ ਨੇ ਮੇਜ਼ ਉੱਤੋਂ ਸਿਰ ਚੁੱਕਿਆ ਉਹ ਜਦੋਂ ਬੜਾ ਥੱਕ ਜਾਏ ਤਾਂ ਉਹਦੇ ਮੱਥੇ ਉੱਤੇ ਇੱਕ ਨਾੜ ਉੱਭਰ ਆਉਂਦੀ ਸੀ ਇਸ ਨਾੜ ਦੀ ਕਸ ਉdੀਆਂ ਅੱਖਾਂ ਵਿੱਚ ਵੀ ਪੈਣ ਲੱਗ ਪੈਂਦੀ ਸੀ। ਉਹਨੇ ਇੱਕ ਮਿੰਟ ਅੱਖਾਂ ਮੀਟੀਆਂ ਤੇ ਫਿਰ ਮੱਥੇ ਦੀ ਨਾੜ ਨੂੰ ਆਪਣੇ ਪੋਟਿਆਂ ਨਾਲ ਮਲਦਿਆਂ ਅਲਕਾ ਵੱਲ ਤੱਕਿਆ। ਕਾਫੀ ਦਾ ਇੱਕ ਪਿਆਲਾ ਮਿਲੇਗਾ। ਅਲਕਾ ਨੇ ਸਟੂਲ ਉੱਤੇ ਪਈ ਹੋਈ ਪਿਆਲੇ ਨੂੰ ਚੁੱਕਿਆ ਤੇ ਕਮਰੇ ਦੇ ਨਾਲ ਲੱਗਦੇ ਨਿੱਕੇ ਬਰਾਂਡੇ 'ਚ ਚਲੀ ਗਈ। ਰਸੋਈ ਜ਼ਰਾ ਕੋ ਦੂਰ ਪੈਂਦੀ ਸੀ ਇਸ ਲਈ ਇਸ ਬਰਾਂਡੇ ਵਿੱਚ ਵੀ ਕੁਮਾਰ ਨੇ ਚਾਹ ਕਾਫੀ ਬਣਾਉਣ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਚੁੱਲ੍ਹੇ ਉੱਤੇ ਪਾਣੀ ਧਰ ਕੇ ਅਲਕਾ ਨੇ ਪਿਆਲੇ ਦੀ ਠੰਡੀ ਹੋਈ ਕਾਫੀ ਨੂੰ ਡੋਲ ਦਿੱਤਾ ਤੇ ਪਿਆਲਾ ਧੋਣ ਲੱਗ ਪਈ ਗਰਮ ਕਾਫੀ ਦਾ ਪਿਆਲਾ ਲੈ ਕੇ ਜਦੋਂ ਅਲਕਾ ਮੋੜ ਕਮਰੇ ਵਿੱਚ ਆਈ ਕੁਮਾਰ ਮੇਜ਼ ਉੱਤੇ ਲੱਗੇ ਹੋਏ ਕਾਗਜ਼ ਨੂੰ ਨੀਂਹ ਜਲਾ ਕੇ ਵੇਖਦਾ ਪਿਆ ਸੀ ਅਜੇਨੀ ਖੁਸ਼ਬੂ ਕਿੱਥੋਂ ਆਉਂਦੀ ਪਈਏ ਕੁਮਾਰ ਨੇ ਇਸ ਤਰ੍ਹਾਂ ਪੁੱਛਿਆ ਜਿਵੇਂ ਉਸ ਖੁਸ਼ਬੂ ਨੂੰ ਨੀਂਹ ਜਲਾ ਕੇ ਲੱਭ ਰਿਹਾ ਹੋਵੇ ਅਲਕਾ ਨੇ ਵੀ ਤਸਵੀਰ ਵੱਲ ਸਿਰ ਝੁਕਾਇਆ ਤੇ ਫਿਰ ਤਸਵੀਰ ਵਾਲੀ ਕੁੜੀ ਦੇ ਵਾਲਾਂ 'ਚ ਟੰਗੇ ਹੋਏ ਫੁੱਲਾਂ ਵੱਲ ਤੱਕਦੀ ਆਖਣ ਲੱਗੀ ਇਹਨਾਂ ਫੁੱਲਾਂ 'ਚੋਂ ਆਉਂਦੀ ਹੋएगी ਅਲਕਾ ਦੇ ਹੱਥੋਂ ਕੌਫੀ ਦਾ ਪਿਆਲਾ ਫੜਦਿਆਂ ਕੁਮਾਰ ਖਿੜਖਿੜਾ ਕੇ ਹੱਸ ਪਿਆ ਅਜੇ ਮੇਰੀ ਹੋਸ਼ ਏਨੀ ਨਹੀਂ ਗਵਾਚੀ ਕਿ ਕਾਗਜ਼ ਉੱਤੇ ਬਣਾਏ ਹੋਏ ਫੁੱਲਾਂ ਵਿੱਚੋਂ ਮੈਨੂੰ ਖੁਸ਼ਬੂ ਆਉਣ ਲੱਗ ਪਈ ਅਲਕਾ ਨੇ ਆਖਿਆ ਕੁਜ ਨਾ ਸਿਰਫ دیਵਾਨ ਦੇ ਪੈਰਾਂ ਕੋਲ ਪਈ ਹੋਈ ਚੌਂਕੀ ਵੱਲ ਤੱਕਿਆ ਜਿਵੇਂ ਆਖਰੀ ਹੋਵੇ ਕਿ ਇੰਨੀ ਕੁ ਹੋਸ਼ ਜ਼ਰੂਰ ਗਵਾਚ ਗਈ ਹੈ ਕਿ ਕਮਰੇ 'ਚ ਪਏ ਹੋਏ ਸੱਜਰੇ ਫੁੱਲ ਉਹਨੂੰ ਅਜੇ ਤੱਕ ਨਹੀਂ ਸੰਦੇ ਸੇ ਇਹ ਫੁੱਲ ਸਵੇਰੇ ਅਲਕਾ ਨੇ ਕਮਰੇ 'ਚ ਆਉਂਦਿਆਂ ਲਾਏ ਸਨ ਓਹ ਕਮ কুমার ਨੇ ਹੋਸ਼ ਨਾngਵਾਚਣ ਦਾ ਦਾਵਾ ਵਾਪਸ ਲੈ ਲਿਆ ਤੇ ਕਾਫੀ ਦਾ ਗਰਮ ਘੁੱਟ ਭਰ ਕੇ ਆਖਣ ਲੱਗਾ ਪਰ ਆਦਤ ਨਹੀਂ ਪਾਉਣੀ ਚਾਹੀਦੀ ਕਾਦੀ ਆਦਤ ਕਾਫੀ ਦੀ ਆਦਤ ਫੁੱਲਾਂ ਦੀ ਆਦਤ ਹੋਰ ਪੈਸੇ ਦੀ ਆਦਤ ਸ਼ੌਰਤ ਦੀ ਆਦਤ ਔਰਤ ਦੀ ਆਦਤ ਤੇ ਆਪਣੇ ਆਪ ਦੀ ਆਦਤ ਕੀ ਮਤਲਬ ਆਪਣੇ ਆਪ ਦੀ ਵੀ ਆਦਤ ਨਹੀਂ ਪਾਉਣੀ ਚਾਹੀਦੀ ਕਦੇ ਕਿਸੇ ਮਾਈਕਲ ਐਂਜਲੋ ਨੂੰ ਮਾਈਕਲ ਐਂਜਲੋ ਰਹਿਣਾ ਚਾਹੀਦਾ ਕਦੇ ਬਾਹਰਲੇ ਬਾਜ਼ਾਰ ਦੀ ਗੁੱਠ ਚ ਬੈਠਾ ਹੋਇਆ ਹਲਵਾਈ ਬਣ ਜਾਣਾ ਚਾਹੀਦਾ ਕਦੇ ਲੂਣ ਤੇਲ ਵੇਚਣ ਵਾਲਾ ਬਾਹਣੀਆਂ ਤੇ ਕਦੇ ਪਾਨ ਬੀੜੀ ਵੇਚਣ ਵਾਲਾ ਉਹ ਮਾਰਕੀਟ ਖੜਾ ਕੇ ਹੱਸ ਪਿਆ ਤੂੰ ਸਮਝੀ ਨਹੀਂ ਹਲਕਾ ਐਂਡ ਆਪਣੇ ਆਪ ਦੀ ਆਦਤ ਪਾਉਣ ਵਾਸਤੇ ਬਾਕੀ ਕੋਈ ਆਦਤ ਨਹੀਂ ਪਾਣੀ ਚਾਹੀਦੀ ਮੈਂ ਇਹ ਸੋਚਦਾ ਕਿ ਆਪਣੇ ਆਪ ਦੀ ਪੂਰੀ ਆਦਤ ਸਿਰਫ ਉਦੋਂ ਬਣ ਸਕਦੀ ਹੈ ਜਦੋਂ ਆਦਮੀ ਬਾਕੀ ਆਦਤਾਂ ਤੋਂ ਸੁਤੰਤਰ ਹੋ ਜਾਏ ਇਹ ਮੈਂ ਮੰਨਦੀ ਹਾਂ ਪਰ ਮੇਰੇ ਖਿਆਲ ਚ ਸ਼ੌਹਰਤ ਵਿੱਚ ਤੇ ਔਰਤ ਵਿੱਚ ਬੜਾ ਫਰਕ ਹੁੰਦਾ ਕਿਸੇ ਆਦਤ ਵਿੱਚ ਕੋਈ ਫਰਕ ਨਹੀਂ ਹੁੰਦਾ ਮੈਂ ਇੱਕ ਵਾਰੀ ਚੁੱਪ ਕਿਉਂ ਹੋ ਗਏ ਤੇਰੀ ਥਾਂਵੇਂ ਜੇ ਕੋਈ ਹੋਰ ਕੁੜੀ ਹੁੰਦੀ ਮੈਂ ਸ਼ਾਇਦ ਚੁੱਪ ਰਹਿੰਦਾ ਕਿਸੇ ਨੂੰ ਵੀ ਕੁਝ ਦੱਸਣ ਦੀ ਮੈਨੂੰ ਕਦੇ ਲੋੜ ਨਹੀਂ ਪਈ ਲੋੜ ਹੁਣ ਵੀ ਕੋਈ ਨਹੀਂ ਪਰ ਸ਼ਾਇਦ ਦੱਸਣ 'ਚ ਹਰਜ਼ ਕੋਈ ਨਹੀਂ ਤੂੰ ਮੈਨੂੰ ਗਲਤ ਨਹੀਂ ਸਮਝ ਸਕਦੀ ਇਹ ਮੈਨੂੰ ਵੀ ਆਪਣੇ ਆਪ ਉੱਤੇ ਭਰੋਸਾ ਹੈ ਮੈਂ ਇਹ ਦੱਸਣ ਲੱਗਿਆ ਸਾਂ ਕਿ ਇੱਕ ਵਾਰੀ ਮੇਰੇ ਵਿੱਚ ਇਹੋ ਜੀ ਭੁੱਖ ਜਾਗੀ ਕਿ ਮੈਂ ਕਈ ਦਿਨ ਸੌ ਨਾ ਸਕਿਆ ਇਹ ਸਿਰਫ ਜਿਸਮ ਦੀ ਭੁੱਖ ਸੀ ਇੱਕ ਔਰਤ ਦੇ ਜਿਸਮ ਦੀ ਬੁੱਕ ਪਰ ਮੈਂ ਕਿਸੇ ਵੀ ਔਰਤ ਨਾਲ ਆਪਣੀ ਜ਼ਿੰਦਗੀ ਦੇ ਵਰੇ ਬੰਨਣ ਲਈ ਤਿਆਰ ਨਹੀਂ ਸਾਂ ਕਦੇ ਵੀ ਤਿਆਰ ਨਹੀਂ ਹੋ ਸਕਦਾ ਇਸ ਲਈ ਮੈਂ ਕੁਝ ਦਿਨ ਇਹੋ ਜੀ ਔਰਤ ਕੋਲ ਜਾਂਦਾ ਰਿਹਾ ਜਿਹੜੀ ਰੋਜ਼ ਦੇ 20 ਰੁਪਏ ਲੈ ਕੇ ਲੈ ਲੈਂਦੀ ਸੀ ਤੇ ਮੇਰੀ ਸੁਤੰਤਰਤਾ ਕਦੇ ਨਹੀਂ ਸੀ ਮੰਗਦੀ ਅਲਕਾ ਨੇ ਕੁਝ ਨਾ ਆਖਿਆ ਸਿਰਫ ਇੱਕ ਨੀਂ ਜਲਾ ਕੇ ਉਹਨੇ ਕੁਮਾਰ ਦੇ ਮੂੰਹ ਹਲ ਵੇਖਿਆ ਤੂੰ ਮੇਰੀ ਮੰਨ ਦੀ ਗੱਲ ਸਮਝੀਂ ਹਾਂ ਕਿ ਤੂੰ ਇਹ ਸੋਚਣੀ ਹੈ ਕਿ ਮੈਂ ਇੱਕ ਚੰਗਾ ਆਦਮੀ ਨਹੀਂ ਨਹੀਂ ਮੈਂ ਇਹ ਨਹੀਂ ਸੋਚਦੀ ਪਰ ਤੂੰ ਕੁਝ ਸੋਚ ਰਹੀ ਹੈ ਹਾਂ ਕਿ ਕਿ ਮੈਂ ਉਹ ਔਰਤ ਹੁੰਦੀ ਜਿਹਦੇ ਕੋਲ ਤੁਸੀਂ ਰੋਜ਼ 200 ਰੁਪਏ ਦੇ ਕੇ ਜਾਂਦੇ ਹੁੰਦੇ ਸੀ ਅਲਕਾ ਕੁਮਾਰ ਦੇ ਹੱਥ ਵਿੱਚ ਫੜਿਆ ਹੋਇਆ ਕੌਫੀ ਦਾ ਪਿਆਲਾ ਕੰਬ ਗਿਆ ਪਰ ਅਲਕਾ ਉਸ ਤਰ੍ਹਾਂ ਹੀ ਸੁਭਾਵਕ ਖਲੋਤੀ ਰਹੀ ਜਿਸ ਤਰ੍ਹਾਂ ਸੁਭਾਵਕ ਉਹ ਪਹਿਲਾਂ ਖਲੋਤੀ ਹੋਈ ਸੀ ਕੁਮਾਰ ਕਾਬਰ ਕੇ دیਵਾਨੋ ਤੇ ਬੈਠ ਗਿਆ ਮੈਂ ਆਖਰੀ ਸੰਕਿਸ਼ੋਰਤ ਵਿੱਚ ਤੇ ਔਰਤ ਵਿੱਚ ਬੜਾ ਫਰਕ ਹੁੰਦਾ ਹੈ ਮੈਂ ਸਮਝਿਆ ਨਹੀਂ ਸ਼ੋਰਤ ਤੁਹਾਨੂੰ ਆਪਣਾ ਆਪ ਸਮਝਣ ਚ ਮਦਦ ਨਹੀਂ ਕਰਦੀ ਨਾ ਹੀ ਪੈਸਾ ਮਦਦ ਕਰਦਾ ਪਰ ਔਰਤ ਤੁਹਾਨੂੰ ਆਪਣਾ ਆਪ ਜਾਣਨ ਚ ਉਸੇ ਤਰ੍ਹਾਂ ਹੀ ਮਦਦ ਕਰਦੀ ਹੈ ਜਿਸ ਤਰ੍ਹਾਂ ਤੁਹਾਡਾ ਹੁਨਰ ਤੁਹਾਡੀ ਮਦਦ ਕਰਦਾ ਹੈ ਹਨਰ ਆਪਣਾ ਇੱਕ ਹਿੱਸਾ ਹੁੰਦਾ ਹੈ ਆਪਣੀ ਲੱਤ ਵਾਂਗ ਆਪਣੀ ਬਾਹਾਂ ਵਾਂਗ ਇੱਕ ਆਪਣਾ ਅੰਗ ਹੁੰਦਾ ਹੈ ਮੁਹੱਬਤ ਵੀ ਆਪਣਾ ਇੱਕ ਹਿੱਸਾ ਹੁੰਦੀ ਹੈ ਆਪਣੀਆਂ ਅੱਖਾਂ ਵਾਂਗ ਆਪਣੀ ਜ਼ੁਬਾਨ ਵਾਂਗ ਇੱਕ ਆਪਣਾ ਅੰਗ ਹੁੰਦੀ ਹੈ ਸ਼ਾਇਦ ਇਸ ਤੋਂ ਵੀ ਵੱਧ ਇਹ ਅੱਖਾਂ ਨਹੀਂ ਹੁੰਦੀ ਅੱਖਾਂ ਦੀ ਨਜ਼ਰ ਹੁੰਦੀ ਹੈ ਨਜ਼ਰ ਵੀ ਨਹੀਂ ਇਹ ਨੁਕਤਾ ਨਜ਼ਰ ਹੁੰਦੀ ਹੈ ਮੇਰਾ ਨੁਕਤਾ ਨਜ਼ਰ ਬਿਲਕੁਲ ਵੱਖਰਾ ਏ ਹਲਕਾ ਇਹ ਮੈਨੂੰ ਪਤਾ ਹੈ ਇਹ ਤੇਰੇ ਨੁਕਤਾ ਨਜ਼ਰ ਨਾਲ ਕਦੇ ਨਹੀਂ ਰਲ ਸਕਦਾ ਸ਼ਾਇਦ ਸ਼ਾਇਦ ਨਹੀਂ ਇਹ ਨਹੀਂ ਰਲ ਸਕਦਾ ਮੈਂ ਇਹ ਬਿਲਕੁਲ ਨਹੀਂ ਆਖਿਆ ਕਿ ਇਹ ਕਦੀ ਰਲਣਾ ਚਾਹੀਦਾ ਫਿਰ ਮੈਂ ਕੁਝ ਵੀ ਨਹੀਂ ਆਖਿਆ ਪਰ ਤੂੰ ਇਹ ਕਿਉਂ ਆਖਿਆ ਸੀ ਕਿ ਤੂੰ ਕਿ ਮੈਂ ਉਹ ਔਰਤ ਹੁੰਦੀ ਜਿਹਦੇ ਕੋਲ ਤੁਸੀਂ 20 ਰੁਪਏ ਰੋਜ਼ ਦੇ ਕੇ ਜਾਂਦੇ ਹੁੰਦੇ ਸੀ ਤੂੰ ਇਹ ਕਿਉਂ ਆਖਿਆ ਰੁਪਏ ਕਮਾਉਣ ਵਾਸਤੇ ਇਹ ਸਵਾਰ ਹਲਕਾ ਖਿੜਖਿੜਾ ਕੇ ਹੱਸ ਪਈ ਪਰ ਕੁਮਾਰ ਦਾ ਹਾਸਾ ਉਹਦੇ ਸੰਗ ਵਿੱਚ ਨੁੱਚੜ ਗਿਆ ਕਿਉਂ ਇਹ ਠੀਕ ਨਹੀਂ 20 ਰੁਪਏ ਰੋਜ਼ ਦੇ ਥੋੜੇ ਹੁੰਦੇ ਨੇ ਤੇਰੇ ਵਰਗੀ ਗੰਭੀਰ ਕੁੜੀ ਮੈਂ ਸੱਚਮੁੱਚ ਬੜੀ ਗੰਭੀਰ ਹਾਂ ਤੂੰ ਆਪਣੇ ਕੰਮ 'ਚ ਬਣੀਏ ਪਰ ਮੈਂ ਜ਼ਿੰਦਗੀ ਵਿੱਚ ਵੀ ਉਸੇ ਤਰ੍ਹਾਂ ਪਰ ਤੂੰ ਇਹ ਗੱਲ ਕਿਉਂ ਆਖੀ ਇਸੇ ਲਈ ਆਖੀ ਕਿਉਂਕਿ ਮੈਂ ਬਹੁਤ ਗੰਭੀਰ ਹਾਂ ਇੱਕ ਗੰਭੀਰ ਗੱਲ ਇੰਨੀ ਕੇਸ ਤੋਂ ਵੱਧ ਕੋਈ ਹੋਰ ਗੱਲ ਨਹੀਂ ਸੀ ਹੋ ਸਕਦੀ ਮੈਂ ਇਹਨੂੰ ਇਸ ਤਰ੍ਹਾਂ ਨਹੀਂ ਸਮਝ ਸਕਦਾ ਹਲਕਾ ਨਹੀਂ ਤਾਂ ਮੈਨੂੰ ਤਕਲੀਫ ਹੋਏਗੀ ਫਿਰ ਭੁੱਲ ਜਾਓ ਕਿ ਮੈਂ ਇਹ ਗੱਲ ਆਖੀ ਸੀ ਤੂੰ ਭੁੱਲ ਜਾਏਂਗੀ ਇਸ ਗੱਲ ਨੂੰ ਮੈਂ ਕਦੇ ਚੇਤੇ ਨਹੀਂ ਕਰਾਵਾਂਗੀ ਅਸੀਂ ਰੋਜ਼ ਉਸੇ ਤਰ੍ਹਾਂ ਹੀ ਕੰਮ ਕਰਾਂਗੇ ਜਿਸ ਤਰ੍ਹਾਂ ਅੱਗੇ ਕਰਦੇ ਸੀ ਅਸੀਂ ਰੋਜ਼ ਉਸੇ ਤਰ੍ਹਾਂ ਹੀ ਕੰਮ ਕਰਾਂਗੇ ਜਿਸ ਤਰ੍ਹਾਂ ਅਸੀਂ ਕਦੇ ਕੋਈ ਜਾਤੀ ਗੱਲਾਂ ਨਹੀਂ ਕਰਾਂਗੇ ਅਸੀਂ ਕਦੇ ਕੋਈ ਜਾਤੀ ਗੱਲਾਂ ਨਹੀਂ ਕਰਾਂਗੇ ਅਸੀਂ ਸਿਰਫ ਆਪਣੇ ਕੰਮ ਨਾਲ ਵਸਤਾ ਰੱਖਾਂਗੇ ਅਸੀਂ ਸਿਰਫ ਆਪਣੇ ਕੰਮ ਨਾਲ ਵਸਤਾ ਰੱਖਾਂਗੇ ਤੂੰ ਮੇਰੀ ਜ਼ਿੰਦਗੀ ਵਿੱਚ ਕੋਈ ਦਖਲ ਨਹੀਂ ਦੇਵੇਂਗੀ ਮੈਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਦਖਲ ਨਹੀਂ ਦੇਵਾਂਗੀ ਖਾਸ ਕਰਕੇ ਤੂੰ ਮੁਹੱਬਤ ਵਾਲੀ ਗੱਲ ਕਦੇ ਨਹੀਂ ਛੇੜੇਂਗੀ ਖਾਸ ਕਰਕੇ ਮੈਂ ਮੁਹੱਬਤ ਵਾਲੀ ਗੱਲ ਕਦੇ ਨਹੀਂ ਛੇੜਾਂਗੀ ਅਲਕਾ ਜੀ ਤੂੰ ਸਾਰਾ ਕੁਝ ਇਸ ਤਰ੍ਹਾਂ ਬੋਲਣੀ ਪਈਏ ਜਿਵੇਂ ਕੋਈ ਛੋਟੀ ਜੀ ਕੁੜੀ ਮਾਸਟਰ ਦੇ ਸਾਹਮਣੇ ਖਲੋ ਕੇ 2 2 4 ਦਾ ਪਹਾੜਾ ਪੜਦੀ ਹੋਵੇ ਤੂੰ ਸੀਰੀਅਸ ਕਿਉਂ ਨਹੀਂ ਹੋ ਰਹੀ ਮੈਂ ਬਿਲਕੁਲ ਸੀਰੀਅਸ ਆ ਮੈਂ ਸਾਰੇ ਕਰਾਰਾਂ ਨੂੰ ਇਸ ਤਰ੍ਹਾਂ ਦੁਹਰਾਨੀ ਪਈਆਂ ਜਿਵੇਂ ਗੁਰੂ ਕੋਲੋਂ ਮੰਤਰ ਲੈਣ ਲੱਗਿਆਂ ਕੋਈ ਗੁਰੂ ਦੇ ਸ਼ਲੋਕਾਂ ਨੂੰ ਦੁਹਰਾਉਂਦਾ ਹੈ ਪਰ ਮੈਂ ਆਪਣੇ ਆਪ ਨੂੰ ਸਮਝ ਸਕਦੀ ਆ ਕੁਮਾਰ ਨੇ ਅਜੇ ਤੱਕ ਮੇਜ਼ ਵਾਲੀ ਬੱਤੀ ਨਹੀਂ ਸੀ ਬੁਝਾਈ ਉਨੇ ਇੱਕ ਨਜ਼ਰ ਮੇਜ਼ ਉੱਤੇ ਪਏ ਹੋਏ ਕਾਗਜ਼ਵਲ ਵੇਖਿਆ ਤੇ ਫਿਰ ਮੇਜ਼ ਵਾਲੀ ਬੱਤੀ ਬੁਝਾ ਕੇ ਕਮਰੇ ਦੀ ਛੱਤ ਵਾਲੀ ਬੱਤੀ ਜਗਾ ਦਿੱਤੀ। ਛੱਤ ਵਾਲੀ ਬੱਤੀ ਦਾ ਚਾਨਣ ਪਿੱਤਲ ਦੇ ਛੇਕਾਂ ਵਿੱਚੋਂ ਨਿੱਕੀਆਂ ਤਾਰਾਂ ਵਾਂਗ ਵਗਣ ਲੱਗ ਪਿਆ। ਕਮਰੇ ਦੀਆਂ ਕੰਧਾਂ ਉੱਤੇ ਤੇ ਫਰਸ਼ ਉੱਤੇ ਚਾਨਣ ਤਰੌਂਖਿਆ ਗਿਆ। ਪਰ ਕੁਮਾਰ ਨੂੰ ਚਾਨਣ ਨਾਲ ਗਿੱਲੇ ਹੋਏ ਫਰਸ਼ ਉੱਤੇ ਪੈਰ ਰੱਖਦਿਆਂ ਇੰਜ ਜਾਪਿਆ ਕਿ ਇਸ ਗਿੱਲੇ ਫਰਸ਼ ਉੱਤੋਂ ਉਹਦਾ ਪੈਰ ਤਿਲਕ ਜਾਏਗਾ। ਅੰਗ ਦੂਸਰਾ ਅੱਜ ਤੋਂ ਪਹਿਲਾਂ ਕੁਮਾਰ ਨੂੰ ਜਦੋਂ ਵੀ ਕਿਸੇ ਔਰਤ ਦਾ ਸੁਪਨਾ ਆਇਆ ਸੀ ਉਹ ਔਰਤ ਹਮੇਸ਼ਾ ਉਹ ਹੁੰਦੀ ਸੀ ਜਿਹਦਾ ਚਿਹਰੇ ਰਹਿਣ ਵਾਲਾ ਕੋਈ ਮੂੰਹ ਨਹੀਂ ਹੁੰਦਾ ਜਿਸ ਔਰਤ ਦਾ ਕੋਈ ਮੂੰਹ ਨਾ ਹੋਵੇ ਉਸ ਔਰਤ ਦੀ ਕਦੇ ਪਛਾਣ ਨਹੀਂ ਹੁੰਦੀ ਜਿਸ ਔਰਤ ਦੀ ਕੋਈ ਪਛਾਣ ਨਾ ਹੋਵੇ ਉਸ ਔਰਤ ਦੀ ਕਦੇ ਤਲਾਸ਼ ਨਹੀਂ ਹੁੰਦੀ ਤੇ ਜਿਸ ਔਰਤ ਦੀ ਕੋਈ ਤਲਾਸ਼ ਨਾ ਹੋਵੇ ਉਹਦੇ ਲਈ ਦਿਲ 'ਚ ਕੋਈ ਪੀੜ ਨਹੀਂ ਹੁੰਦੀ ਕੁਮਾਰ ਨੂੰ ਇਹੋ ਜਿਹਾ ਕੋਈ ਬੇਸਿਰ ਪੈਰ ਸੁਪਨਾ ਹਮੇਸ਼ਾ ਉਹਦੇ ਹੀ ਆਉਂਦਾ ਸੀ ਜਦੋਂ ਕਦੇ ਉਹਦੇ ਜਿਸਮ ਚ ਔਰਤ ਦੇ ਜਿਸਮ ਦੀ ਭੁੱਖ ਜਾਗਦੀ ਸੀ ਤੇ ਇਹ ਭੁੱਖ ਕੁਮਾਰ ਦੇ ਜਿਸਮ ਵਿੱਚ ਕਦੇ-ਕਦਾਈਂ ਜਾਗਦੀ ਸੀ ਇਸ ਲਈ ਜਦੋਂ ਵੀ ਕੁਮਾਰ ਨੂੰ ਇਹੋ ਜਿਹਾ ਸੁਪਨਾ ਆਉਂਦਾ ਸੀ ਉਹਦਾ ਚੇਤਾ ਉਹਨੂੰ ਕਦੇ ਨਹੀਂ ਸੀ ਰਹਿੰਦਾ ਪਰ ਅੱਜ ਰਾਤੀ ਕੁਮਾਰ ਨੂੰ ਜਿਹੜਾ ਸੁਪਨਾ ਆਇਆ ਉਹਦਾ ਚੇਤਾ ਉਹਦੇ ਲਈ ਦੁਖਦਾਈ ਸੀ ਇਸ ਸੁਪਨੇ ਚ ਉਹਨੇ ਔਰਤ ਦਾ ਮੂੰਹ ਵੇਖਿਆ ਸੀ ਮੋਨ ਪਛਾਣਿਆ ਸੀ ਤੇ ਉਹਨੂੰ ਡਰ ਸੀ ਕਿ ਕਦੇ ਪਛਾਣ ਉਹਦੀ ਤਲਾਸ਼ ਨਾ ਬਣ ਜਾਏ ਤਲਾਸ਼ ਹਮੇਸ਼ਾ ਰਿਸ਼ਤੇ ਬਣਾਉਂਦੀ ਹੈ ਤੇ ਉਹ ਆਪਣੇ ਹੁਨਰ ਤੋਂ ਸਿਵਾ ਕਿਸੇ ਚੀਜ਼ ਨਾਲ ਕੋਈ ਰਿਸ਼ਤਾ ਨਹੀਂ ਸੀ ਬਣਾਉਣਾ ਚਾਹੁੰਦਾ ਰਾਤ ਅਜੇ ਵੀ ਆਪਣੇ ਆਖਰੀ ਪੈਰ 'ਚ ਸੀ ਕੁਮਾਰ ਨੇ ਪਹਿਲਾਂ ਛੱਤ ਵਾਲੀ ਬੱਤੀ ਜਗਾਈ ਪਰ ਫਿਰ ਉਹਦੇ ਸੈਂਕੜੇ ਧਾਰਾਂ 'ਚ ਵਗਦੇ ਚਾਨਣ ਤੋਂ ਘਬਰਾ ਕੇ ਉਹ ਬੱਤੀ ਬੁਝਾ ਦਿੱਤੀ ਉਹੀ ਕਾਗਰ ਹੋਣਾ ਚਾਹੁੰਦਾ ਸੀ ਚਾਹੁੰਦੀ ਸੀ ਇੱਕ ਮਨ ਇੱਕ ਚਿੱਤ ਹੋਣਾ ਚਾਹੁੰਦੀ ਸੀ ਉਹਨੇ ਆਪਣੇ ਮੇਜ਼ ਵਾਲੀ ਬੱਤੀ ਜਗਾਈ ਭਾਵੇਂ ਉਹਨੇ ਇਸ ਵੇਲੇ ਮੇਜ਼ ਉੱਤੇ ਕੋਈ ਕੰਮ ਨਹੀਂ ਸੀ ਕਰਨਾ ਪਰ ਮੇਜ਼ ਵਾਲੀ ਬੱਤੀ ਦਾ ਚਾਨਣ ਨੂੰ ਚੰਗਾ ਨਾ ਲੱਗਾ ਪਿੱਤਲ ਦੇ ਕਨਿੱਕੇ ਜੇ ਟੱਕਣ ਦਾ ਉਹਲਾ ਚਾਨਣ ਨੂੰ ਖਿੰਡਾਉਣ ਤੋਂ ਬਚਾ ਕੇ ਇੱਕ ਰਾਹ ਵੱਲ ਮੋੜਦਾ ਪਿਆ ਸੀ ਕਿੰਨੀ ਸਾਦੀ ਜੀ ਗੱਲ ਏ ਮੈਂ ਵੀ ਘਬਰਾਣਾ ਪਿਆਵਾ ਮੰਦੀਆਂ ਸੋਚਾਂ ਨੂੰ ਵੀ ਇੱਕੋ ਰਾਹ ਵੱਲ ਮੋੜਨ ਲਈ ਬਸ ਇੱਕ ਨਿੱਕੇ ਜਿਹੇ ਟੱਕਣ ਦੀ ਲੋੜ ਹੁੰਦੀ ਹੈ ਇੱਕ ਨਿੱਕੇ ਜਿਹੇ ਓਲੇ ਦੀ ਲੋੜ ਹੁੰਦੀ ਹੈ ਤੇ ਕੁਮਾਰ ਦੇ ਮਨ 'ਚ ਬੜਾ ਪ੍ਰਤੱਖ ਹੋ ਕੇ ਖਿਆਲ ਆਇਆ ਕਿ ਹੁਨਰ ਹੀ ਚਾਨਣ ਹੁੰਦਾ ਹੈ ਤੇ ਹੁਨਰ ਹੀ ਉਹਦਾ ਓਲਾ ਕੁਮਾਰ ਨੇ ਆਪਣੇ ਲਈ ਛਾਦਾ ਇੱਕ ਪਿਆਲਾ ਬਣਾਇਆ ਤੇ ਆਪਣੀ ਕੁਰਸੀ ਉੱਤੇ ਬੈਠ ਕੇ ਰੋਜ਼ ਦੇ ਵੇਲੇ ਨਾਲੋਂ ਬਹੁਤ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੂਰਜ ਦੀ ਪਹਿਲੀ ਕਿਰਨ ਨਾਲ ਕੁਮਾਰ ਨੂੰ ਹਲਕਾ ਦਾ ਖਿਆਲ ਆਇਆ। ਸ਼ਾਇਦ ਇਸ ਲਈ ਕਿ ਜਿਉਂ-ਜਿਉਂ ਦਿਨ ਚੜ੍ਹਦਾ ਪਿਆ ਸੀ, ਅਲਕਾ ਦੇ ਆਉਣ ਦਾ ਵੇਲਾ ਹੁੰਦਾ ਪਿਆ ਸੀ। ਮੇਰਾ ਖਿਆਲ ਏ ਕਿ ਮੇਰੇ ਜਿਸਮ ਵਿੱਚ ਫੇਰ ਕੋਈ ਭੁੱਖ ਜਾਗਦੀ ਪਈਏ। ਮੈਨੂੰ ਔਰਤ ਦਾ ਸੁਪਨਾ ਇਸ ਭੁੱਖ ਤੋਂ ਬਿਨਾਂ ਨਹੀਂ ਆ ਸਕਦਾ। ਤੇ ਫਿਰ ਕੁਮਾਰ ਨੇ ਸੋਚਿਆ ਕਿ ਉਹ ਕੁਝ ਦਿਨਾਂ ਲਈ ਆਪਣੇ ਸਟੂਡੀਓ ਨੂੰ ਬੰਦ ਕਰਕੇ ਕਿਸੇ ਸ਼ਹਿਰ ਚਲਾ ਜਾਏ। 10 ਦਿਨ ਸ਼ਹਿਰ 'ਚ ਰਹਿ ਕੇ ਉਹ ਆਪਣੀ ਇਸ ਭੁੱਖ ਨੂੰ ਮਿਟਾ ਆਏ ਫਿਰ ਵਾਪਸ ਆ ਕੇ ਉਹ ਆਪਣੇ ਕੰਮ 'ਚ ਉਸੇ ਤਰ੍ਹਾਂ ਲੀਨ ਹੋ ਸਕੇਗਾ ਜਿਸ ਤਰ੍ਹਾਂ ਪਿਛਲੇ ਕਈ ਮਹੀਨਿਆਂ ਤੋਂ ਸੀ ਕੁਮਾਰ ਦੀ ਇਹ ਜ਼ਮੀਨ ਤੇ ਉਹਦਾ ਸਟੂਡੀਓ ਕਾਂਗੜਾਵਾਦੀ 'ਚ ਪਪਰੋਲੇ ਸਟੇਸ਼ਨ ਤੋਂ ਕੋਈ 1.5 ਮੀਲ ਦੀ ਵਿੱਦ ਹੁੰਦੀ ਸੀ ਕੁਮਾਰ ਆਪਣੇ ਕਾਗਜ਼ ਦੇ ਕੱਪੜੇ ਤੇ ਕੱਪੜੇ ਸਾਫ ਦਾ ਪਿਆਸ ਸੀ ਜਿਸ ਵੇਲੇ ਅਲਕਾ ਨੇ ਆ ਕੇ ਬੂਆ ਖੜਕਾਇਆ ਮੈਂ ਥੋੜੇ ਦਿਨਾਂ ਲਈ ਸ਼ਹਿਰ ਜਾ ਰਹੀਆਂ ਪਠਾਨਕੋਟ ਕੇ ਅੰਮ੍ਰਿਤਸਰ ਸ਼ਾਇਦ ਪਠਾਨਕੋਟ ਤੱਕ ਹੀ ਤੂੰ ਇੱਥੇ ਇਕੱਲੀ ਰਹਿਣਾ ਚਾਹੇਂਗੀ ਕਿ ਇਹਨੇ ਦੇ ਅੰਮ੍ਰਿਤਸਰ ਜਾਣਾ ਚਾਹੇਂਗੀ ਆਪਣੇ ਪਿਤਾ ਜੀ ਕੋਲ ਮੈਂ ਇੱਥੇ ਰਵਾਂਗੀ ਮੈਨੂੰ ਸ਼ਾਇਦ ਬਹੁਤੇ ਦਿਨ ਲੱਗ ਜਾਣ ਕੋਈ ਗੱਲ ਨਹੀਂ ਸ਼ਹਿਰੋਂ ਕੋਈ ਚੀਜ਼ ਲਿਆਉਣੀ ਹੋਵੇ ਤਾਂ ਦੱਸ ਦੇ ਆਪਣੇ ਰੰਗ ਤੇ ਕਾਗਜ਼ ਵੇਖ ਲਓ ਜੇ ਘੱਟ ਹੋਣ ਤਾਂ ਲੈ ਆਉਣਾ ਅਜੀ ਪਿੱਛੇ ਜੇ ਮੰਗਵਾਏ ਸੀ ਘੱਟੋ ਘੱਟ 6 ਮਹੀਨੇ ਨਹੀਂ ਮੁੱਕ ਸਕਦੇ ਮੈਨੂੰ ਬਹੁਤ ਸਾਰਾ ਕੰਮ ਸਮਝਾ ਦਿਓ ਮੈਂ ਪਿੱਛੇ ਕਰਦੀ ਰਵਾਂਗੀ ਮਿਹਨਤ ਜਿੰਨੀ ਵੀ ਕਰਦੀ ਰਹੇਗੀ ਉਹਨੇ ਥੋੜੀ ਕੁਮਾਰ ਅਲਕਾ ਨਾਲ ਗੱਲਾਂ ਵੀ ਕਰ ਰਿਆ ਸੀ ਸੂਟਕੇਸ 'ਚ ਆਪਣੇ ਕੱਪੜੇ ਵੀ ਸਾਂਭ ਰਿਆ ਸੀ ਮੈਂ ਤੈਹ ਕਰਦੇ ਆ ਕੱਪੜੇ ਚੰਗੀ ਤਰ੍ਹਾਂ ਨਹੀਂ ਤੈਏ ਸਾਰੇ ਸੂਟਕੇਸ 'ਚ ਨਹੀਂ ਆਉਣਗੇ ਅੱਛਾ ਤੂੰ ਇਹ ਕੱਪੜੇ ਤੈਹ ਕਰ ਦੇ ਮੈਂ ਉਹਨੇ ਚਿਰ 'ਚ ਆਪਣੀ ਪੈਂਟ ਲੈ ਆਵਾਂ ਕੱਲ ਲੋਹਾ ਫੇਰਨ ਵਾਸਤੇ ਦਿੱਤੀ ਸੀ ਇਹਦੇ ਵਿੱਚ ਕੁਝ ਮੈਲੇ ਕੱਪੜੇ ਵੀ ਪਏ ਹੋਏ ਨੇ ਇਹਨਾਂ ਨੂੰ ਧੋ ਦਿਆਂ ਦੋ ਘੰਟਿਆਂ 'ਚ ਸੁੱਕ ਜਾਣਗੇ ਰਹਿਣ ਦੇ ਮੈਂ ਸ਼ਹਿਰੋਂ ਧੋਆ ਲਵਾਂਗਾ ਪਰ ਗੱਡੀ ਦੁਪਹਿਰਾਂ ਨੂੰ ਜਾਣੀ ਏ ਅਜੇ ਬੜਾ ਵੇਲਾ ਹੈ ਅੱਛਾ ਧੋ ਦੇ ਪਰ ਤੂੰ ਆਪ ਕਿਉਂ ਧੋਨੀ ਹੈ ਹਰੀਆ ਆਏਗਾ ਉਹਦੇ ਕੋਲੋਂ ਧੋਆ ਲਈ ਅਲਕਾ ਨੇ ਕੋਈ ਜਵਾਬ ਨਾ ਦਿੱਤਾ ਕੁਮਾਰ ਪੈਂਟ ਲੈਣ ਵਾਸਤੇ ਚਲਾ ਗਿਆ ਧੋਬੀ ਕਿਤੇ ਦਾ ਨੇੜੇ ਤੇੜੇ ਕੋਈ ਆਦਮੀ ਨਹੀਂ ਸੀ ਕੁਮਾਰ ਨੇ ਬੈਜਨਾਥ ਨੂੰ ਜਾਂਦੀ ਸੜਕ ਉੱਤੇ ਚਾਹ ਦੀ ਇੱਕ ਦੁਕਾਨ ਕਰਦੇ ਪਹਾੜੀਏ ਨੂੰ ਸ਼ਹਿਰੋਂ ਲੋਹੇ ਦੀ ਇਸਤਰੀ ਲਿਆ ਦਿੰਦੀ ਸੀ। ਉਹੀ ਵੇਲੇ ਕੁਵੇਲੇ ਕੁਮਾਰ ਦੇ ਕੱਪੜੇ ਧੋ ਕੇ ਉੱਤੇ ਲੋਹਾ ਫੇਰ ਦਿੰਦਾ ਹੁੰਦਾ ਸੀ। ਕੱਲ ਜਦੋਂ ਕੁਮਾਰ ਨੇ ਉਹਨੂੰ ਆਪਣੀ ਪੈਂਟ ਦਿੱਤੀ ਸੀ, ਉਹਨੂੰ ਸ਼ਹਿਰ ਜਾਣ ਦਾ ਚਿੱਤ ਚੇਤਾ ਵੀ ਨਹੀਂ ਸੀ। ਹੁਣ ਜਦੋਂ ਪੈਂਟ ਲੈਣ ਵਾਸਤੇ ਗਿਆ ਤਾਂ ਪੈਂਟ ਅਜੇ ਉਸੇ ਤਰ੍ਹਾਂ ਵੱਟੋ ਵੱਟ ਪਈ ਹੋਈ ਸੀ। ਕੋਲੇ ਪੱਖਦਿਆਂ ਤੇ ਲੋਹਾ ਗਰਮ ਕਰਦਿਆਂ ਕੁਝ ਧੀਰ ਲੱਗ ਗਈ। ਇਸ ਲਈ ਕੁਮਾਰ ਜਦੋਂ ਪੈਂਟ ਲੈ ਕੇ ਵਾਪਸ ਆਇਆ ਤਾਂ ਆਉਂਦਿਆਂ ਨੂੰ ਅਲਕਾ ਨੇ ਉਹਦੇ ਮੈਲੇ ਕੱਪੜੇ ਧੋ ਕੇ ਸੁੱਕਣੇ ਪਾ ਦਿੱਤੇ ਹੋਏ ਸਨ ਹਰੀਆ ਨਹੀਂ ਆਇਆ ਆਇਆ ਸੀ ਘੜਾ ਲੈ ਗਿਆ ਹੈ ਭਰਨ ਲਈ ਕੁਮਾਰ ਨੂੰ ਸ਼ਹਿਰ ਦੀ ਤਿਆਰੀ ਦਾ ਅਚਾਨਕ ਪੈਂਟ ਤੇ ਰਾਤ ਦੇ ਹਨੇਰੇ 'ਚ ਕਿੰਨਾ ਕੁਦਰਤੀ ਲੱਗ ਰਿਹਾ ਸੀ ਦਿਨ ਦੇ ਚਾਨਣ ਚੋਂਕਾ ਸੁਭਾਵਕ ਨਹੀਂ ਸੀ ਲੱਗ ਰਿਹਾ ਹੱਥ ਵਿੱਚ ਲਈ ਪੈਂਟ ਅਲਕਾ ਨੂੰ ਫੜਾਉਂਦਿਆਂ ਉਹਨੂੰ ਖਿਆਲ ਆਇਆ ਕਿ ਅਲਕਾ ਉਹਦੀ ਇਸ ਤਿਆਰੀ ਬਾਰੇ ਕੋਈ ਸਵਾਲ ਕਿਉਂ ਨਹੀਂ ਕਰਦੀ ਤੇ ਉਹਦਾ ਜੀ ਕੀਤਾ ਕਿ ਅਲਕਾ ਕੋ ਜਾਖੇ ਭਾਵੇਂ ਕੁਝ ਹੀ ਆਖੇ ਸਿਰਫ ਇੰਨਾ ਹੀ ਆਖ ਦਏ ਕਿ ਉਹਨੂੰ ਪਿੱਛੇ ਪਿੰਡ ਵਿੱਚ ਇੰਨੇ ਦਿਨ ਇਕੱਲਿਆਂ ਰਹਿਣ ਚ ਡਰ ਲੱਗਦਾ ਸੀ ਭਾਵੇਂ ਉਹ ਕੁਮਾਰ ਦੇ ਸਟੂਡੀਓ ਚ ਅੱਗੇ ਵੀ ਨਹੀਂ ਰਹਿੰਦੀ ਸੀ ਅੱਧੇ ਮੀਲ ਦੀ ਵਿੱਥ ਉੱਤੇ ਇੱਕ ਪਿੰਡ ਦੇ ਸਰਦੇ ਘਰ ਦੇ ਉੱਪਰਲਾ ਚੁਬਾਰਾ ਕਿਰਾਏ ਤੇ ਲਾ ਕੇ ਰੈਂਦੀ ਸੀ ਪਰ ਤਾਂ ਵੀ ਉਹਨੂੰ ਕੁਮਾਰ ਦੀ ਹੋਂਦ ਦਾ ਆਸਰਾ ਸੀ ਤੇ ਕੁਮਾਰ ਦੇ ਮਨ ਚ ਆਇਆ ਜੇ ਅਲਕਾ ਇਸ ਡਰ ਦੀ ਗੱਲ ਛੇੜ ਦਵੇ ਤਾਂ ਇੱਕ ਦੋ ਵਾਰੀ ਉਹਨੂੰ ਸਮਝਣ ਤੋਂ ਬਾਅਦ ਸ਼ਹਿਰ ਜਾਣ ਦੀ ਸਲਾਹ ਛੱਡ ਦੇਗਾ ਸ਼ਹਿਰ ਜਾਣ ਲਈ ਉਹਦੇ ਅੰਦਰ ਕੋਈ ਉਚੇਚ ਨਹੀਂ ਆ ਰਿਹਾ ਸੀ ਕਿਸੇ ਤਰ੍ਹਾਂ ਦੀ ਵੀ ਜਿਸਮਾਨੀ ਭੁੱਖ ਉਹਦੇ ਅੰਦਰ ਨਹੀਂ ਸੀ ਜਾਗੀ ਹੋਈ ਤੇ ਅਲਕਾ ਜਿਉਂ-ਜਿਉਂ ਦਾ ਸੂਟਕੇਸ ਭਰਦੀ ਸਾਹਮਣੇ ਪਈ ਸੀ ਉਹਨੂੰ ਜਾਪ ਰਿਆ ਸੀ ਜਿਵੇਂ ਉਹਨੂੰ ਜ਼ਬਰਦਸਤੀ ਸ਼ਹਿਰ ਭੇਜਿਆ ਜਾ ਰਿਹਾ ਤੈਨੂੰ ਪਿੱਛੇ ਡਰ ਨਹੀਂ ਲੱਗੇਗਾ ਕੁਮਾਰ ਨੇ ਆਪੇ ਹੀ ਠਹਿਰ ਕੇ ਅਲਕਾ ਨੂੰ ਪੁੱਛਿਆ ਡਰ ਮੈਨੂੰ ਮੈਨੂੰ ਕਾਹਦਾ ਡਰ ਲੱਗਣਾ ਹੈ ਅਲਕਾ ਨੇ ਜਵਾਬ ਦਿੱਤਾ ਤੇ ਸੂਟਕੇਸ ਬੰਦ ਕਰਕੇ ਉਹਦੀ ਚਾਬੀ ਕੁਮਾਰ ਨੂੰ ਫੜਾ ਦਿੱਤੀ ਚਾਬੀ ਫੜਾਣ ਲੱਗਿਆ ਅਲਕਾ ਨੇ 100-100 ਰੁਪਏ ਦੇ ਦੋ ਨੋਟ ਵੀ ਕੁਮਾਰ ਨੂੰ ਫੜਾਏ ਇਹ ਕੀ ਦੋ ਮਹੀਨਿਆਂ ਦੇ ਪੈਸੇ ਤੁਸੀਂ ਇਕੱਠੇ ਲੈ ਲਓ ਸ਼ਹਿਰ ਤੁਹਾਨੂੰ ਲੋੜ ਪੈਗੀ ਮੈਨੂੰ ਕਾਦੀ ਲੋੜ ਪੈਗੀ ਖਰਚ ਜੋਗੇ ਪੈਸੇ ਮੇਰੇ ਕੋਲ ਹੋਣਗੇ ਸੂਟ ਕੇਸਟ ਬੈਂਕ ਦੀ ਪਾਸਬੁੱਕ ਰੱਖਣ ਲੱਗਿਆ ਮੈਂ ਪਾਸਬੁੱਕ ਵੇਖੀ ਸੀ ਸਿਰਫ 100 ਰੁਪਏ ਨੇ ਬੈਂਕ ਵਿੱਚ ਮੈਨੂੰ ਬੜੇ ਨੇ 100 ਰੁਪਏ ਦੀ ਜਾਣ ਜੋਗਾ ਕਰਾਇਆ ਮੇਰੇ ਕੋਲ ਬੜਾਈ ਆਉਂਦੀ ਵਾਰ ਮੈਂ 100 ਰੁਪਏ ਬੈਂਕ ਚੋਂ ਕਢਾ ਲਵਾਂਗਾ ਪਰ ਉੱਥੇ ਲੋੜ ਪੈਗੀ 10 ਦਿਨ ਵੀ ਰੋ ਤਾਂ 20 ਰੁਪਏ ਰੋਜ਼ ਦੇ ਹਿਸਾਬ ਅਲਕਾ ਸਵੇਰ ਦਾ ਠੰਡਾ ਵੇਲਾ ਸੀ ਪਰ ਕੁਮਾਰ ਦੇ ਮੱਥੇ ਉੱਤੇ ਮੁੜਕਾ ਆ ਗਿਆ ਉਹਨੂੰ ਜਾਪਿਆ ਕਿ ਅਲਕਾ ਦੀਆਂ ਮੋਟੀਆਂ-ਮੋਟੀਆਂ ਤੇ ਚੁੱਪਚਾਪ ਅੱਖਾਂ ਪਾਰਦਰਸ਼ੀ ਸਨ। ਉਹਨੇ ਕੁਮਾਰ ਦੇ ਮਨ ਵਿੱਚ ਰਿੰਗਦੇ ਸਾਰੇ ਖਿਆਲਾਂ ਨੂੰ ਵੇਖ ਲਿਆ ਸੀ। ਉਹਨੂੰ ਅਲਕਾ ਦੀਆਂ ਅੱਖਾਂ ਉੱਤੇ ਵੀ ਗੁੱਸਾ ਆਇਆ ਪਰ ਬਹੁਤਾ ਗੁੱਸਾ ਉਹਨੂੰ ਆਪਣੇ ਖਿਆਲਾਂ ਉੱਤੇ ਆਇਆ ਜਿਹੜੇ ਗੰਡੋਇਆਂ ਵਾਂਗ ਉਹਦੇ ਮਨ 'ਚ ਰਿੰਗਦੇ ਪਏ ਸਨ। ਗੰਡੋਏ ਭਾਵੇਂ ਕਿਸੇ ਦਾ ਕੁਝ ਨਹੀਂ ਵਿਗਾੜਦੇ ਪਰ ਉਹਨਾਂ ਦੀ ਪਿੱਲਪਿਲੀ ਚਾਲ ਤੋਂ ਹਰ ਇੱਕ ਨੂੰ ਕਚਹਿਣ ਆ ਜਾਂਦੀ ਹੈ। ਕੁਮਾਰ ਨੂੰ ਆਪ ਹੀ ਆਪਣੇ ਖਿਆਲਾਂ ਤੋਂ ਕਚਹਿਣ ਆ ਗਈ। ਕਿਸੇ ਵੀ ਗੰਡੋਏ ਨੂੰ ਜੇ ਕੋਈ ਤਿਲੇ ਨਾਲ ਛੇੜ ਦੇਵੇ, ਨਿਰਾ ਛੋਈ ਦੇਵੇ, ਤਾਂ ਕੁਝ ਦੇਰ ਲਈ ਇਸ ਤਰ੍ਹਾਂ ਨਿਰਜਿੰਦ ਹੋ ਕੇ ਪੈ ਜਾਂਦਾ ਹੈ। ਜਦੋਂ ਉਹਦੇ ਵਿੱਚ ਕਦੀ ਵੀ ਕੋਈ ਜਾਨ ਨਾ ਪਈ ਹੋਵੇ ਤੇ ਉਹ ਮੁੱਢ ਤੋਂ ਇੱਕ ਰੱਸੀ ਦਾ ਟੋਟਾ ਹੋਵੇ। ਕੁਮਾਰ ਨੂੰ ਵੀ ਜਾਪਿਆ ਕਿ ਉਹਦੇ ਮਨ 'ਚ ਡਰ ਦਾ ਜਿਹੜਾ ਗੰਡੋਆ ਰਿੰਗਦਾ ਪਿਆ ਸੀ। ਅਲਕਾ ਦੇ ਛੋਣ ਨਾਲ ਰੱਸੀ ਦਾ ਇੱਕ ਟੋਟਾ ਬਣ ਗਿਆ ਸੀ। ਜੇ ਤੂੰ ਇਹੋ ਹੀ ਸੋਚਿਆ ਏ ਕਿ ਮੈਂ ਸ਼ਹਿਰ ਇਸੇ ਲਈ ਜਾ ਰਿਹਾ ਤਾਂ ਮੈਂ ਸ਼ਹਿਰ ਨਹੀਂ ਜਾਂਦਾ ਕੁਮਾਰ ਆਪਣੇ ਮਨ ਚ ਲੁਕੇ ਹੋਏ ਡਰ ਨੂੰ ਰੱਸੀ ਦੇ ਟੋਟੇ ਵਾਂਗ ਹੱਥ ਚ ਲੈ ਕੇ ਆਖਣ ਲੱਗਾ ਅਸਾਂ ਇਕਰਾਰ ਕੀਤਾ ਸੀ ਕਿ ਅਸੀਂ ਕਦੀ ਕੋਈ ਜ਼ਾਤੀ ਗੱਲਾਂ ਨਹੀਂ ਕਰਾਂਗੇ ਮੈਂ ਉਸ ਇਕਰਾਰ ਉਤੇ ਕਾਇਮ ਹ ਅਲਕਾ ਨੇ ਸ਼ਹਿਰ ਜਾਣ ਦੀ ਜਾਂ ਨਾ ਜਾਣ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਸਿਰਫ ਇਹੋ ਆਖਿਆ ਕੁਮਾਰ ਇੱਕ ਮਿੰਟ ਲਈ ਚੁੱਪ ਹੋ ਗਿਆ ਪਰਿਚੇਪ ਕੁਝ ਬੋਲਣ ਨਾਲੋਂ ਬਹੁਤ ਔਖੀ ਸੀ ਬੋਲਿਆਂ ਭਾਵੇਂ ਜ਼ਾਤੀ ਗੱਲਾਂ ਨਾ ਕਰਨ ਵਾਲਾ ਇਕਰਾਰ ਟੁੱਟਦਾ ਸੀ ਪਰ ਤਾਂ ਵੀ ਕੁਮਾਰ ਨੂੰ ਜਾਪਿਆ ਕਿ ਇਸ ਚੁੱਪ ਨਾਲੋਂ ਬੋਲਣਾ ਸੌਖਾ ਸੀ ਪਰ ਤੂੰ ਆਪ ਹੀ ਪਹਿਲਾਂ ਗੱਲ ਛੇੜੀ ਸੀ ਮੈਂ ਸਿਰਫ ਰੁਪਈਏ ਫੜਾਈ ਸਨ ਮੈਂ ਗੱਲ ਨਹੀਂ ਸੀ ਛੇੜੀ ਪਰ ਉਹ ਗੱਲ ਤੇਰੇ ਮਨ 'ਚ ਹੈ ਸੀ ਉਹ ਗੱਲ ਤੈਨੂੰ ਭੁੱਲੀ ਨਹੀਂ ਸੀ ਮੈਂ ਕੋਈ ਵੀ ਗੱਲ ਭੁਲਾਣ ਦਾ ਇਕਰਾਰ ਨਹੀਂ ਸੀ ਕੀਤਾ ਸਿਰਫ ਚੁੱਪ ਰਹਿਣ ਦਾ ਇਕਰਾਰ ਕੀਤਾ ਸੀ ਫਰੂਕਲ ਚੇਤੇ ਰੱਖਣ ਦਾ ਤੈਨੂੰ ਕੋਈ ਹੱਕ ਨਹੀਂ ਆਪਣੇ ਚੇਤੇ ਉੱਤੇ ਹਰ ਇੱਕ ਦਾ ਆਪਣਾ ਹੱਕ ਹੁੰਦਾ ਹੈ ਪਰਲਕਾ ਅਖਰ ਤੂੰ ਇਸ ਗੱਲ ਨੂੰ ਚੇਤੇ ਕਿਉਂ ਰੱਖਣਾ ਚਾਹਨੀ ਇਸ ਕਿਉਂ ਵਾਲੇ ਸਵਾਲ 'ਚ ਨਾ ਪਾਓ ਇਹਦਾ ਅੰਤ ਕਿਧਰੇ ਨਹੀਂ ਹੋਣਾ ਚੰਗਾ ਹੋਵੇ ਜੇ ਅਸੀਂ ਆਪਣੇ ਉਸੇ ਪਹਿਲੇ ਇਕਰਾਰ ਉੱਤੇ ਕਾਇਮ ਰਹੀਏ ਕਿ ਅਸੀਂ ਕਦੇ ਕੋਈ ਜਾਤੀ ਗੱਲਾਂ ਨਾ ਕਰੀਏ ਕੁਮਾਰ ਨੇ ਚੁੱਪ ਰਹਿਣ ਦਾ ਜਿਹੜਾ ਇਕਰਾਰ ਅਲਕਾ ਕੋਲੋਂ ਬੜੀ ਤੰਗ ਨਾਲ ਲਿਆਂ ਸੀ ਉਹੋ ਹੀ ਇਕਰਾਰ ਕੁਮਾਰ ਨੂੰ ਜਾਪਿਆ ਕਿ ਉਹ ਹਨੇਰਾ ਸੀ ਜਿਸ ਹਨੇਰੇ 'ਚ ਹਰ ਇੱਕ ਚੀਜ਼ ਡਰਾਉਣੀ ਲੱਗਦੀ ਹੈ ਕੁਮਾਰ ਕਿਸੇ ਚੀਜ਼ ਕੋਲੋਂ ਡਰਨਾ ਨਹੀਂ ਸਿੱਖਾਉਂਦਾ ਇਸ ਲਈ ਉਹਨੂੰ ਜਾਪਿਆ ਕਿ ਇਸ ਇਕਰਾਰ ਨੇ ਇੱਕ ਖਾਮਕਾ ਦਾ ਹਨੇਰਾ ਕਰਕੇ ਬੜੀਆਂ ਮਾਸੂਮ ਗੱਲਾਂ ਨੂੰ ਭਿਆਨਕ ਬਣਾ ਦਿੱਤਾ ਸੀ ਗੱਲਾਂ ਨੂੰ ਉਹਨਾਂ ਦੇ ਕੁਦਰਤੀ ਰੂਪ 'ਚ ਵੇਖਣ ਲਈ ਕੁਮਾਰ ਨੇ ਸੋਚਿਆ ਕਿ ਉਹ ਅਲਕਾ ਨਾਲ ਚੁੱਪ ਰਹਿਣ ਦੀ ਥਾਂ ਗੱਲਾਂ ਕਰੇਗਾ ਆਖਰ ਅਲਕਾ ਇੱਕ ਬੜੀ ਸਿਆਣੀ ਕੁੜੀ ਸੀ ਇੱਥੇ ਮੇਰੇ ਕੋਲ ਬੈਠ ਚਾਹ ਹਲਕਾ ਜੀ ਸੱਚ ਦੱਸ ਤੈਨੂੰ ਮੇਰੇ ਕੋਲੋਂ ਕੋਈ ਡਰ ਲੱਗਦਾ ਹੈ ਗੱਲ ਨੂੰ ਉਲਟਾ ਕੇ ਨਾ ਪੁੱਛੋ ਉਲਟਾ ਕੇ ਤੁਹਾਨੂੰ ਪਤਾ ਹੈ ਕਿ ਮੈਨੂੰ ਤੁਹਾਡੇ ਕੋਲੋਂ ਡਰ ਨਹੀਂ ਲੱਗਦਾ ਡਰ ਅਸਲ 'ਚ ਕਦੀ ਵੀ ਕਿਸੇ ਨੂੰ ਕਿਸੇ ਕੋਲੋਂ ਨਹੀਂ ਲੱਗਦਾ ਡਰ ਹਮੇਸ਼ਾ ਇਨਸਾਨ ਨੂੰ ਆਪਣੇ ਕੋਲੋਂ ਲੱਗਦਾ ਹੈ ਤੇਰਾ ਮਤਲਬ ਹੈ ਕਿ ਮੈਨੂੰ ਆਪਣੇ ਕੋਲੋਂ ਡਰ ਲੱਗਦਾ ਹੈ ਜੀ ਅਲਕਾ ਜੀ ਤੂੰ ਮੇਰੇ ਉੱਤੇ ਇਲਜ਼ਾਮ ਕਿਸ ਤਰ੍ਹਾਂ ਲਾ ਸਕਨੀ ਹੈ ਮੈਂ ਇਲਜ਼ਾਮ ਕੋਈ ਨਹੀਂ ਲਾਇਆ ਸਿਰਫ ਇੱਕ ਗੱਲ ਦਸੀ ਹੈ ਪਰ ਇਹ ਗਲਤ ਹੈ ਜੇ ਗਲਤ ਹੈ ਤਾਂ ਫਿਰ ਤੁਸੀਂ ਅਚਾਨਕ ਸ਼ਹਿਰ ਕਾ ਦੇ ਲਈ ਜਾ ਰਹੇ ਹੋ ਸ਼ਹਿਰ ਜਾਣ ਲਈ ਮੈਨੂੰ ਕਈ ਕੰਮ ਹੋ ਸਕਦੇ ਨੇ ਮੈਨੂੰ ਪਤਾ ਹੈ ਕਿ ਤੁਹਾਨੂੰ ਕੋਈ ਕੰਮ ਨਹੀਂ ਚਲ ਮੰਨ ਲਿਆ ਹੋਰ ਕੋਈ ਕੰਮ ਨਹੀਂ ਸ਼ਾਇਦ ਇਹ ਹੀ ਗੱਲ ਹੋਵੇ ਕਿ ਮੈਂ ਆਪਣੀ ਜਿਸਮਾਨੀ ਭੁੱਖ ਪੂਰੀ ਕਰਨ ਲਈ ਸ਼ਹਿਰ ਜਾ ਰਿਹਾ ਪਰ ਇਹ ਵੀ ਇੱਕ ਕੰਮ ਹੈ ਇਸ ਕੰਮ ਲਈ ਸ਼ਹਿਰ ਜਾਣ ਦੀ ਕੀ ਲੋੜ ਹੈ పరితి కుమార్ ਦੇ ਗਲਚੋਂ ਦਾ ਸਾਹ ਅੜ ਗਿਆ ਪਰ ਆਪਣੇ ਅੜੇ ਹੋਏ ਸਾਹ ਨੂੰ ਉਹਨੇ ਜ਼ੋਰ ਲਾ ਕੇ ਖਿੱਚਿਆ ਤੇ ਆਖਣ ਲੱਗਾ ਇੱਥੇ ਸ਼ਹਿਰਾਂ ਵਾਂਗ ਕੋਈ ਇੰਤਜ਼ਾਮ ਨਹੀਂ ਮੈਂ ਹਰ ਇੱਕ ਤਰ੍ਹਾਂ ਉਸ ਹਰ ਕੁੜੀ ਨਾਲੋਂ ਚੰਗੀ ਆ ਜਿਹੜੀ 20 ਰੁਪਏ ਰੋਜ਼ ਲੈ ਕੇ ਹਲਕਾ ਜੀ ਤੈਨੂੰ ਕੀ ਹੋ ਗਿਆ ਹਲਕਾ ਤੂੰ ਇੱਕ شریف ਕੁੜੀ ਹੈ شریف ਮਾਪਿਆਂ ਦੀ ਸੀ ਇਹਦੇ ਵਿੱਚ ਸ਼ਰਾਫਤ ਦਾ ਸਵਾਲ ਕਿੱਥੋਂ ਆ ਗਿਆ ਰੁਪਈਏ ਲੈ ਕੇ ਕਿਸਮ ਨੂੰ ਦੇਣਾ ਸ਼ਰਾਫਤ ਨਹੀਂ ਕਿਉਂ ਕਿਉਂਕਿ ਇਹ ਸ਼ਰਾਫਤ ਨਹੀਂ ਫਿਰ ਇਸ ਹਿਸਾਬ ਨਾਲ ਰੁਪਈਏ ਦੇ ਕੇ ਕਿਸੇ ਕਿਸਮ ਨੂੰ ਲੈਣਾ ਵੀ ਸ਼ਰਾਫਤ ਨਹੀਂ ਕੁਮਾਰ ਚੁੱਪ ਹੋ ਗਿਆ ਅਲਕਾ ਨੇ ਫਿਰ ਆਖਿਆ ਜੇ ਤੁਹਾਨੂੰ ਆਪਣੇ ਲਈ ਸ਼ਰਾਫਤ ਕੋਈ ਜ਼ਰੂਰੀ ਚੀਜ਼ ਨਹੀਂ ਜਾਪਦੀ ਤਾਂ ਮੇਰੇ ਲਈ ਕਿਉਂ ਜ਼ਰੂਰੀ ਜਾਪਦੀ ਹੈ ਮੇਰੀ ਗੱਲ ਹੋ ਰਹੀ ਹੈ ਅਲਕਾ ਸਿਰਫ ਇਹ ਕੇ ਮਰਦਾਂ ਲਈ ਇੱਕੋ ਚੀਜ਼ ਵੀ ਸ਼ਰਾਫਤ ਹੁੰਦੀ ਹੈ ਜਿਹੜੀ ਔਰਤ ਵਾਸਤੇ ਨਹੀਂ ਹੁੰਦੀ ਇਹ ਗੱਲ ਨਹੀਂ ਹਲਕਾ ਫਿਰ ਮੈਂ ਕਦੇ ਵੀ ਕਿਸੇ ਇੱਕ ਚੀਜ਼ ਦੇ ਨਾਲ ਆਪਣੇ ਆਪ ਨੂੰ ਨਹੀਂ ਜੋੜਦਾ ਇਸ ਲਈ ਮੇਰੀਆਂ ਕੀਮਤਾਂ ਦਾ ਅਸਰ ਸਿਰਫ ਮੇਰੇ ਉੱਤੇ ਹੋਏਗਾ ਪਰ ਤੂੰ ਕੱਲ ਨੂੰ ਵਿਆਹ ਕਰਾਉਣਾ ਤੇਰਾ ਵਾਅਦਾ ਸਿਰਫ ਤੇਰੇ ਨਾਲ ਨਹੀਂ ਪੈਣਾ ਕਿਸੇ ਹੋਰ ਨਾਲ ਪੈਣਾ ਉਹਦੀਆਂ ਕੀਮਤਾਂ ਇਹ ਨਹੀਂ ਦੇ ਇਹ ਨਹੀਂ ਹੋਣਗੀਆਂ ਜੋ ਮੇਰੀਆਂ ਜਾਂ ਤੇਰੀਆਂ ਕੀਮਤਾਂ ਹੋ ਸਕਦੀਆਂ ਨੇ ਇਹਦਾ ਜਵਾਬ ਮੈਂ ਇਸ ਵੇਲੇ ਸਿਰਫ ਇੰਨਾ ਹੀ ਦਿਆਂਗੀ ਕਿ ਮੇਰੇ ਵਰਗੀ ਕੁੜੀ ਸਿਰਫ ਆਪਣੀਆਂ ਕੀਮਤਾਂ ਨੂੰ ਹੀ ਮਨਜ਼ੂਰ ਕਰ ਸਕਦੀ ਏ ਕਿਸੇ ਹੋਰ ਦੀਆਂ ਕੀਮਤਾਂ ਨੂੰ ਨਹੀਂ ਚੱਲੇ ਵੀ ਮੈਂ ਮੰਨ ਲੈਣਾ ਭਾਵੇਂ ਮੈਨੂੰ ਪਤਾ ਏ ਕਿ ਇਹ ਗੱਲ ਤੇਰੇ ਕੋਲੋਂ ਨਹੀਂ ਹੋ ਸਕਣੀ ਤੇਰੇ ਕੋਲੋਂ ਨਹੀਂ ਇਹ ਕਿਸੇ ਕੋਲੋਂ ਵੀ ਨਹੀਂ ਹੋ ਸਕਦੀ ਪਰ ਮੇਰੀ ਮੁਸ਼ਕਲ ਹੋ ਰਹੀ ਤੁਹਾਡੀ ਮੁਸ਼ਕਲ ਦਾ ਮੈਨੂੰ ਪਤਾ ਹੈ ਨਹੀਂ ਤੈਨੂੰ ਨਹੀਂ ਪਤਾ ਤੁਹਾਨੂੰ ਜੇ ਕਦੀ ਲੋੜ ਪਵੇ ਤਾਂ ਤੁਸੀਂ ਸਿਰਫ ਉਸ ਔਰਤ ਦੇ ਨੇੜੇ ਜਾਣਾ ਚਾਹੁੰਦੇ ਹੋ ਜਿਸ ਔਰਤ ਦਾ ਕੋਈ ਮੂੰਹ ਨਾ ਹੋਵੇ ਤੇ ਜਿਸ ਔਰਤ ਦਾ ਕੋਈ ਕੋਈ ਨਾਂ ਨਾ ਹੋਵੇ ਕਿਉਂਕਿ ਮੂੰਹ ਨਾਲ ਤੇ ਨਾਂ ਨਾਲ ਇੱਕ ਪਛਾਣ ਆ ਜਾਂਦੀ ਹੈ ਤੇ ਇਹ ਪਛਾਣ ਕਦੀ ਮਨਚ ਕੋਈ ਤੰਦ ਜੋੜ ਦਿੰਦੀ ਹੈ ਹਾਂ ਹਲਕਾ ਅ ਫੇਸਲੈਸ ਔਮਨ ਅ ਨੇਮਲੈਸ ਔਮਨ ਹਲਕਾ ਮੈਂ ਆਪਣੇ ਆਪ ਨੂੰ ਫੇਸਲੈਸ ਵੀ ਬਣਾ ਸਕਦੀ ਹਾਂ ਤੇ ਨੇਮਲੈਸ ਵੀ ਪਰਲ ਕਾ ਕਿਉਂ ਕਿਉਂ ਇਸ ਕਿਉਂ ਦਾ ਜਵਾਬ ਮੈਂ ਨਹੀਂ ਦਿਆਂਗੀ ਕਿਉਂਕਿ ਇਹਦਾ ਕੋਈ ਜਵਾਬ ਨਹੀਂ ਇਹਦੇ ਕਈ ਜਵਾਬ ਹੋ ਸਕਦੇ ਨੇ ਮਸਲਨ ਮਸਲਨ ਇਹ ਕਿ ਸ਼ਾਇਦ ਮੈਨੂੰ ਪੈਸਿਆਂ ਦੀ ਲੋੜ ਹੋਵੇ ਇਹ ਜਵਾਬ ਗਲਤ ਹੈ ਤੂੰ ਮੇਰੇ ਕੋਲੋਂ ਕੰਮ ਸਿੱਖਣ ਦੇ ਮੈਨੂੰ 100 ਰੁਪਏ ਦੇਣੇ 100 ਰੁਪਏ ਮਹੀਨਾ ਥੋੜੇ ਨਹੀਂ ਫਿਰ ਤੂੰ ਆਪਣੇ ਰਹਿਣ ਦਾ ਪਹਿਨਣ ਦਾ ਖਾਣ ਦਾ ਖਰਚਾ ਵੀ ਬੜਾ ਕਰਨੀ ਹੈ ਤੇਰੇ ਪਿਤਾ ਬੜੇ ਅਮੀਰ ਨੇ ਫਿਰ ਹੋ ਸਕਦਾ ਹੈ ਕਿ ਮੇਰੀ ਜਿਸਮਾਨੀ ਲੋਡ ਹੋਵੇ ਇਹ ਜਵਾਬ ਵੀ ਗਲਤ ਹੈ ਕਿਉਂ ਮੇਰੇ ਕੋਲੇ ਤਾਂ ਕੋਈ ਸਬੂਤ ਨਹੀਂ ਪਰ ਮੇਰਾ ਦਿਲ ਕਹਿੰਦਾ ਹੈ ਕਿ ਜਵਾਬ ਗਲਤ ਹੈ ਤੂੰ ਆਪ ਹੀ ਦੱਸ ਦੇ ਕਿ ਕੀ ਇਹ ਤੇਰਾ ਜਵਾਬ ਗਲਤ ਨਹੀਂ ਹਾਂ ਇਹ ਜਵਾਬ ਗਲਤ ਹੈ ਫਿਰ ਮੈਂ ਆਖਿਆ ਸੀ ਕਿ ਮੈਂ ਇਹਦਾ ਜਵਾਬ ਨਹੀਂ ਦੇਾਂਗੀ ਇਸ ਲਈ ਮੈਂ ਨਹੀਂ ਦੇਾਂਗੀ ਪਰ ਮੈਂ ਇਹਦਾ ਜਵਾਬ ਜਾਨਣਾ ਚਾਹੁੰਦਾ ਹਾਂ ਤੁਸੀਂ ਨਹੀਂ ਸਮਝ ਸਕਦੇ ਮੈਂ 10 ਵੀ ਦਿਨ ਤਾਂ ਵੀ ਨਹੀਂ ਸਮਝ ਸਕਦੇ ਕਿਉਂ ਕਿ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਾਰੇ ਸਾਡੇ ਨੁਕਤੇ ਨਜ਼ਰ ਵੱਖੋ ਵੱਖ ਨੇ ਤੁਸੀਂ ਕੱਲ ਆਪ ਹੀ ਆਖਿਆ ਸੀ ਕਿ ਸਾਡੇ ਨੁਕਤੇ ਨਜ਼ਰ ਆਪਸ ਵਿੱਚ ਕਦੇ ਨਹੀਂ ਮਿਲ ਸਕਦੇ ਇਹ ਆਖਿਆ ਸੀ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੇਰੇ ਨੁਕਤੇ ਨਜ਼ਰ ਨੂੰ ਸਮਝ ਸਕਾਂ ਸਮਝ ਕੇ ਵੀ ਸ਼ਾਇਦ ਮੰਨ ਨਾ ਸਕਾਂ ਪਰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਸਮਝਣ ਵਿੱਚ ਤੇ ਮਨਾਉਣ ਵਿੱਚ ਮੇਰਾ ਕੋਈ ਯਕੀਨ ਨਹੀਂ ਫਿਰ ਵਕਤ ਆਪਣੇ ਸਮਝਾ ਲਏਗਾ ਮਨਾ ਵੀ ਲਏਗਾ ਕਿਸੇ ਨੂੰ ਤੈਨੂੰ ਜਾਂ ਮੈਨੂੰ ਇਹ ਵੀ ਵਕਤ ਦੇ ਫੈਸਲੇ ਤੇ ਰਹਿਣ ਦਿਓ ਅਲਕਾ ਦੇ ਕਹਿਣ ਉਤੇ ਕੁਮਾਰ ਨੇ ਜਦੋਂ ਸਭ ਕੁਝ ਵਕਤ ਫੈਸਲੇ ਉਤੇ ਛੱਡ ਦਿੱਤਾ ਤਾਲਕਾ ਦੇ ਦਿੱਤੇ ਹੋਏ 200 ਰੁਪਏ ਅਲਕਾ ਨੂੰ ਮੋੜਦਾ ਕੁਮਾਰ ਰੱਖਣ ਲੱਗਾ ਇਹ ਰੁਪਏ ਲੈ ਲੈ ਮੈਨੂੰ ਇਸ ਵੇਲੇ ਇਹਨਾਂ ਦੀ ਲੋੜ ਨਹੀਂ ਤੇ ਚਾਬੀ ਕੁਮਾਰ ਹੱਸ ਪਿਆ ਚਾਬੀ ਵੀ ਲੈ ਲੈ ਸੂਟਕੇਸ ਖੋਲ ਦੇ ਮੈਂ ਸ਼ਹਿਰ ਨਹੀਂ ਜਾ ਰਿਹਾ ਤੇ ਸ਼ਹਿਰ ਜਾ ਕੇ ਜਿਹੜੇ ਕੰਮ ਕਰਨੇ ਸਨ ਮੈਨੂੰ ਕੋਈ ਕੰਮ ਨਹੀਂ ਤੇ ਉਹ 20 ਰੁਪਏ ਵਾਲਾ ਰੋਜ਼ ਵਾਲਾ ਕੰਮ ਕੋਈ ਜ਼ਰੂਰੀ ਨਹੀਂ ਡਰ ਵਾਲੀ ਹਰ ਗੱਲ ਨੂੰ ਉੱਚੀ ਬੋਲ ਕੇ ਨਿੱਡਰ ਹੋਣ ਵਾਸਤੇ ਕੁਮਾਰ ਨੇ ਜਿਹੜਾ ਤਜਰਬਾ ਕੀਤਾ ਸੀ ਉਸੇ ਤਜਰਬੇ ਦੇ ਜ਼ੋਰ ਅਜ਼ਮਾਨ ਲਈ ਕੁਮਾਰ ਨੇ ਜ਼ਰਾ ਠਹਿਰ ਕੇ ਹਲਕਾ ਨੂੰ ਆਖਿਆ ਜੇ ਕਦੇ ਮੈਨੂੰ ਕੋਈ ਲੋੜ ਪਈ ਤਾਂ ਮੈਂ ਤੈਨੂੰ ਦੱਸ ਦਿਆਂਗਾ ਅੱਛਾ ਤੂੰ ਮੇਰੇ ਲਈ ਕੌਰਤਵਾਂਗ ਹੋਏਂਗੀ ਜਿਹਦਾ ਕੋਈ ਨਾਮ ਨਹੀਂ ਹੁੰਦਾ ਜਾਂ ਉਹਦਾ ਕੋਈ ਵੀ ਨਾਮ ਹੋ ਸਕਦਾ ਏਕ ਬਹੁਤ ਵੱਡਾ ਦਰਜਾ ਹੈ ਕਿ ਮਤਲਬ ਖੁਦਾ ਦਾ ਵੀ ਕੋਈ ਨਾਮ ਨਹੀਂ ਹੁੰਦਾ ਤੇ ਉਹਦਾ ਕੋਈ ਵੀ ਨਾਮ ਹੋ ਸਕਦਾ ਛੋਟੀਆਂ ਗੱਲਾਂ ਤੂੰ ਖੁਦਾ ਨਾਲ ਮੇਲ ਦਈਏ ਤਾ ਵੱਡੀਆਂ ਨਹੀਂ ਕਰ ਸਕਦੀ ਕਈ ਗੱਲਾਂ ਇਹੋ ਜਿਹੀਆਂ ਹੀ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿਹੜੀਆਂ ਛੋਟੇ ਹੋਣ ਤੋਂ ਜਾਂ ਵੱਡੇ ਹੋਣ ਤੋਂ ਬੇਨਿਆਜ਼ ਹੁੰਦੀਆਂ ਨੇ ਜਿਸ ਚੀਜ਼ ਦੀ ਕੀਮਤ 20 ਰੁਪਈਆ ਨਾਲ ਚੁਕਾਈ ਜਾ ਸਕਦੀ ਹੋਵੇ ਉਹ ਹਮੇਸ਼ਾ ਛੋਟੀ ਰਹੇਗੀ ਵੱਡੀ ਨਹੀਂ ਹੋ ਸਕਦੀ। ਕੁਮਾਰ ਦੇ ਅੰਗਾਂ ਚ ਇੱਕ ਰੌਂਗ ਖੋਲ ਪਿਆ। ਉਹਨੇ ਅਲਕਾ ਨੂੰ ਆਪਣੀਆਂ ਦੋਹਾਂ ਬਾਹਾਂ ਚ ਕੁੱਟ ਕੇ ਉਹਦੇ ਹੋਠਾਂ ਨੂੰ ਇਸ ਤਰ੍ਹਾਂ ਡੀਕ ਲਾ ਕੇ ਪੀਤਾ ਜਿਵੇਂ ਉਹ ਦੋ ਹੋਠਾਂ ਵਿੱਚ ਉਹਦੀ ਸਾਰੀ ਜਾਨ ਹੀ ਪੀ ਲੈਣਾ ਚਾਹੁੰਦਾ ਹੋਵੇ। ਕੁਮਾਰ ਜਦੋਂ ਅਲਕਾ ਦੇ ਕੋਲੋਂ ਉੱਠ ਕੇ ਪਰਾਂਖ ਲੋ ਗਿਆ ਤਾਂ ਅਲਕਾ ਨੇ ਆਪਣੇ ਜਿਸਮ ਉਤੋਂ ਲੱਤੇ ਕੱਪੜਿਆਂ ਨੂੰ ਖਿੱਚ ਕੇ ਇੱਕ ਉਦੜ-ਗੁਦੜੀ ਚਾਦਰ ਵਾਂਗ ਆਪਣੇ ਤੇ ਲੈਂਦਿਆਂ ਕੁਮਾਰ ਨੂੰ ਆਖਿਆ ਮੇਰੇ ਰੁਪਏ ਕੁਮਾਰ ਨੇ ਪੈਂਟ ਦੀ ਜੇਬ ਚੋਂ 20 ਰੁਪਏ ਕੱਢੇ ਤੇ ਅਲਕਾ ਨੇ ਦੀ ਤਲੀ ਤੇ ਰੱਖ ਕੇ ਉਹ 20 ਰੁਪਏ ਲੈ ਲਏ ਸਿਰਫ 20 ਰੁਪਏ ਕੁਮਾਰ ਹੱਸ ਪਿਆ ਪਰ ਉਹਦਾ ਹਾਸਾ ਪਤਾ ਨਹੀਂ ਕਿਸ ਤਰ੍ਹਾਂ ਦਾ ਸੀ ਉਹ ਆਪ ਹੀ ਆਪਣੇ ਹਾਸੇ ਤੋਂ ਡਰ ਕੇ ਪਰਾਂ ਕੰਧ ਵੱਲ ੱੱਕਣ ਲੱਗ ਪਿਆ ਕੋਈ ਸੋਨੇ ਦਾ ਕਲਸ ਵੀ ਚੜਾ ਦਿੰਦਾ ਹੈ ਤਾਂ ਉਹਨੂੰ ਰੱਬ ਨਹੀਂ ਖਰੀਦ ਸਕਦਾ ਪਰ ਕੋਈ ਪੂਜਾ ਦਾ ਇੱਕ ਫੁੱਲ ਛੜਾ ਕੇ ਰੱਬ ਨੂੰ ਖਰੀਦ ਲੈਂਦਾ ਹੈ ਅਲਕਾ ਨੇ ਆਖਿਆ ਤੇ ਇੱਕ ਇੱਕ ਕਰਕੇ ਆਪਣੇ ਪਿੰਡੇ ਤੇ ਕੱਪੜੇ ਪਾਉਣ ਲੱਗ ਪਈ ਕੀ ਮਤਲਬ ਕੁਛ ਨਹੀਂ ਇਸ ਤਰ੍ਹਾਂ 20 ਰੁਪਏ ਕਮਾਉਣ ਵਾਲੀ ਔਰਤ ਨੂੰ ਕੀ ਆਖਿਆ ਜਾ ਸਕਦਾ ਹੈ ਔਰਤ ਅਲਕਾ ਮੈਂ ਇੱਕ ਵੇਸਵਾ ਬਣਨ ਦਾ ਦਾਵਾ ਵੀ ਉਸ ਸੌਖ ਨਾਲ ਕਰ ਸਕਦੀ ਆਂ ਜਿਹੜੇ ਸੌਖ ਨਾਲ ਬੀਵੀ ਬਣਨ ਦਾ ਮੈਂ ਤੈਨੂੰ ਬਿਲਕੁਲ ਨਹੀਂ ਸਮਝ ਸਕਦਾਲ ਕ ਕਮਰੇ ਦੀਆਂ ਦੋਵੇਂ ਬੱਤੀਆਂ ਬੁਝੀਆਂ ਹੋਈਆਂ ਸਨ ਬਾਰੀਆਂ ਅੱਗੇ ਨੀਲੀਆਂ ਤੇ ਕਾਲੀਆਂ ਧਾਰੀਆਂ ਵਾਲੇ ਬੜੇ ਮੋਟੇ ਪਰਦੇ ਲੱਗੇ ਹੋਏ ਸਨ ਪਰ ਬਾਹਰਲੇ ਸੂਰਜ ਦਾ ਚਾਨਣ ਪਰਦਿਆਂ ਦੀ ਉਨੱਤਰ ਵਿੱਚੋਂ ਲੰਘ ਕੇ ਕਮਰੇ ਦੀਆਂ ਕੰਧਾਂ ਉੱਤੇ ਤੇ ਫਰਸ਼ ਉੱਤੇ ਚਾਨਣ ਦਾ ਇੱਕ ਛਿੜਕਾ ਕਰਦਾ ਪਿਆ ਸੀ ਤੇ ਕੁਮਾਰ ਨੂੰ ਚਾਨਣ ਨਾਲ ਗਿੱਲੇ ਹੋਏ ਫਰਸ਼ ਉਤੇ ਪੈਰ ਰੱਖਦਿਆਂ ਇੰਜ ਜਾਪਿਆ ਕਿ ਇਸ ਗਿੱਲੇ ਫਰਸ਼ ਉਤੋਂ ਉਹਦਾ ਪੈਰ ਤਿਲਕ ਜਾਏਗਾ ਅੰਗ ਤੀਸਰਾ ਪੰਜ ਦਿਨ ਲੰਘ ਗਏ ਅਲਕਾ ਰੋਜ਼ ਨੀਮ ਨਾਲ ਆਉਂਦੀ ਤੇ ਕੰਮ ਕਰਦੀ ਬੀਤੀ ਘਟਨਾ ਘਟਨਾ ਦਾ ਪਰਛਾਵਾਂ ਵੀ ਉਹਦੇ ਨਾਲ ਕਮਰੇ 'ਚ ਨਹੀਂ ਸੀ ਆਉਂਦਾ 6ਵੇਂ ਦਿਨ ਸਵੇਰਸਾਰ ਜਦੋਂ ਅਲਕਾ ਆਈ ਤਾਂ ਕੁਮਾਰ ਆਪਣਾ ਤੌਲੀਆ ਤੈਅ ਕਰਕੇ ਚਮੜੇ ਦੇ ਇੱਕ ਬੈਗ ਚ ਪਾਉਂਦਾ ਪਿਆ ਸੀ ਅੱਜ ਫੇਰ ਸ਼ਹਿਰ ਜਾਣ ਦੀ ਤਿਆਰੀ ਉਹ ਤਿਆਰੀ ਛੋਟੀ ਸੀ ਅੱਜ ਵੱਡੀ ਤਿਆਰੀ ਏ ਤੂੰ ਵੀ ਮੇਰੇ ਨਾਲ ਚੱਲਣਾ ਹੈ ਹਰਿਆ ਕੁਝ ਨਾਸ਼ਤਾ ਬਣਾਉਂਦਾ ਪਿਆ ਉਹਨੂੰ ਆਖ ਦੇ ਜ਼ਿਆਦਾ ਬਣਾ ਲੈ ਕਿੰਨੇ ਦਿਨਾਂ ਲਈ ਇੱਕੋ ਦਿਨ ਲਈ ਕੁਮਾਰ ਤੇ ਅਲਕਾ ਜਦੋਂ ਡੰਡੀਆਂ ਤੁਰਦੇ ਸਾਹਮਣੇ ਵੱਡੇ ਪਹਾੜ ਦੀ ਵੱਖੀ ਚ ਪਹੁੰਚ ਗਏ ਤਾਂ ਇੱਕ ਪਹਾੜੀ ਨਦੀ ਦੇ ਕੰਢੇ ਤੇ ਖਲੋ ਕੇ ਕੁਮਾਰ ਨੇ ਹੱਥ ਵਿੱਚ ਲਾ ਬੈਗ ਇੱਕ ਵਟ ਵੱਡੇ ਪੱਥਰ ਉੱਤੇ ਰੱਖ ਦਿੱਤਾ ਤੂੰ ਨਹਾਉਣਾ ਮੈਂ ਆਪਣੇ ਨਾਲ ਕੋਈ ਵਾਧੂ ਕੱਪੜਾ ਨਹੀਂ ਆਂਦਾ ਹੋਇਆ ਇਸ ਬੈਗ 'ਚ ਇੱਕ ਨੀਲੀ ਚਾਦਰ ਪਈ ਹੋਈ ਹੈ ਨਦੀ ਦਾ ਪਾਣੀ ਜਿਹੜਾ ਸਾਰੀ ਰਾਤ ਠੰਡੇ ਪੱਥਰਾਂ ਨਾਲ ਗੱਲਾਂ ਕਰਦਾ ਰਿਹਾ ਸੀ ਐਸ ਵੇਲੇ ਸੂਰਜ ਦੀਆਂ ਕਿਰਨਾਂ ਨਾਲ ਖੇਡਦਾ ਪਿਆ ਸੀ ਅਲਕਾ ਨੇ ਬੈਗ 'ਚੋਂ ਚਾਦਰ ਕੱਢ ਲਈ ਤੇ ਪੱਥਰ ਦੇ ਓਲੇ ਹੋ ਕੇ ਆਪਣੇ ਕੱਪੜੇ ਲਾਉਣ ਲੱਗ ਪਈ ਨੀਲੀ ਚਾਦਰ ਨੂੰ ਆਪਣੇ ਦਿਵਾਲੇ ਬੁਲੇਟ ਕੇ ਅਲਕਾ ਨੇ ਜਦੋਂ ਪਾਣੀ 'ਚ ਪੈਰ ਪਾਇਆ ਜੰਗਲੀ ਫੁੱਲਾਂ ਦੀ ਇੱਕ ਟਾਣੀ ਪਾਣੀ 'ਚ ਤਰਦੀ-ਤਰਦੀ ਅਲਕਾ ਦੇ ਕੋਲ ਆ ਗਈ। ਅਲਕਾ ਨੇ ਟਾਣੀ ਦਾ ਅਗਲਾ ਹਿੱਸਾ ਤੋੜ ਕੇ ਆਪਣੇ ਵਾਲਾਂ ਵਿੱਚ ਟੁੰਗ ਲਿਆ। ਕੁਮਾਰ ਅਲਕਾ ਦੇ ਲਹਿੰਦੇ ਹੱਥ ਪਾਣੀ 'ਚ ਨਹਾਉਂਦਾ ਪਿਆ ਸੀ। ਅਲਕਾ ਨੇ ਇੱਕ ਨਜ਼ਰ ਵੇਖਿਆ ਤੇ ਫਿਰ ਪਾਣੀ 'ਚ ਹੌਲੀ-ਹੌਲੀ ਤੁਰਦੀ ਕੁਮਾਰ ਦੇ ਕੋਲੋਂ ਲੰਘਦੀ ਉਸ ਤੋਂ ਚੁੱਕੀ ਪਰਾਂ ਹੋ ਕੇ ਉਹਦੀ ਸੇਹ ਦੇ 'ਚ ਖਲੋ ਗਈ। ਪਾਣੀ ਬਹੁਤਾ ਡੂੰਘਾ ਨਹੀਂ ਸੀ ਖਲੋਤਿਆਂ ਗੋਡੇ-ਗੋਡੇ ਆਉਂਦਾ ਸੀ ਅਲਕਾ ਗੋਡਿਆਂ ਪਰਨੇ ਹੋ ਕੇ ਪਾਣੀ 'ਚ ਬੈਠ ਗਈ ਅਲਕਾ ਦੇ ਹੱਥਾਂ ਵਿੱਚ ਹਰੇ ਕੱਚ ਦੀਆਂ 5-5 ਵੰਗਾਂ ਪਾਈਆਂ ਹੋਈਆਂ ਸਨ ਤੇ ਐਸ ਵੇਲੇ ਉਹ ਪਾਣੀ 'ਚ ਡੁੱਬੀਆਂ ਹੋਈਆਂ ਬਾਹਾਂ ਉੱਤੇ ਹਰੇ ਪੱਤੇਆਂ ਵਾਂਗ ਵਲੇਟੀਆਂ ਹੋਈਆਂ ਲੱਗਦੀਆਂ ਸਨ ਸਿਰਫ ਅਲਕਾ ਜਦੋਂ ਬਾਹਾਂ ਅੱਗੇ ਕਰਕੇ ਹੱਥਾਂ ਨਾਲ ਪਾਣੀ ਦੇ ਵਹਿਣ ਨੂੰ ਫੜਦੀ ਸੀ ਉਛਣਕ ਪੈਂਦੀਆਂ ਸਨ ਅਲਕਾ ਨੇ ਕਈ ਵਾਰ ਆਪਣੀ ਠੰਡੀ ਤੇ ਆਪਣੀ ਆਪਣਾ ਅੱਧਾ ਮੂੰਹ ਪਾਣੀ 'ਚ ਡੋਬ ਕੇ ਆਪਣੀ ਠੋਡੀ ਤੇ ਆਪਣਾ ਅੱਧਾ ਮੂੰਹ ਪਾਣੀ 'ਚ ਡੋਬ ਕੇ ਪਾਣੀ ਨੂੰ ਆਪਣੀ ਅੱਖਾਂ ਨਾਲ ਛੋਇਆ ਅਲਕਾ ਪਾਣੀ ਦੀ ਉਤਰਾਹੀ ਵਾਲੇ ਪਾਸੇ ਖਲੋਤੀ ਹੋਈ ਸੀ ਤੇ ਜਿਹੜਾ ਪਾਣੀ ਅਲਕਾ ਦੇ ਪਿੰਡੇ ਉੱਤੇ ਪੈਂਦਾ ਸੀ ਉਹ ਪਰਿਉ ਕੁਮਾਰ ਦੇ ਪਿੰਡੇ ਨੂੰ ਛੋ ਕੇ ਆਉਂਦਾ ਪਿਆ ਸੀ ਅਲਕਾ ਦੀਆਂ ਅੱਖਾਂ ਇੱਕ ਅਦਬ ਨਾਲ ਇਸ ਪਾਣੀ ਨੂੰ ਚੁੰਧੀਆਂ ਰਹੀਆਂ ਅਲਕਾ ਦੇ ਹੱਥਾਂ 'ਚ ਪਈਆਂ ਹੋਈਆਂ ਵੰਗਾ ਦੀ ਛਣਕਾਰ ਭਾਵੇਂ ਉੱਚੀ ਨਹੀਂ ਸੀ ਪਰ ਇਸ ਅਤ ਦੀ ਚੁੱਪ ਵਿੱਚ ਉਹ ਕੁਮਾਰ ਦੇ ਕੰਨਾਂ ਤੱਕ ਪਹੁੰਚਣਾ ਨਹੀਂ ਸੀ रह ਸਕਦੀ ਕੁਮਾਰ ਨੇ ਇਸ ਛਣਕ ਤੋਂ ਬਚਣ ਲਈ ਕਈ ਵਾਰ ਸੇਧ ਹਟਾ ਲਈ ਇੱਕ ਵਾਰ ਉਹ ਅਸਲੋਂ ਪਾਣੀ ਦੇ ਕੱਬੇ ਕੰਡੇ ਚਲਾ ਗਿਆ ਅਲਕਾ ਨੇ ਉਹੀ ਸੇਧ ਰੱਖ ਲਈ ਕੁਮਾਰ ਨੇ ਪਾਸਾ ਬਦਲ ਕੇ ਪਾਣੀ ਦਾ ਸੱਜਾ ਕੰਡਾ ਲੈ ਲਿਆ ਅਲਕਾ ਨੇ ਫਿਰ ਸੇਧ ਬਦਲ ਲਈ ਜਿੰਨਾ ਚਿਰ ਜਿਹੜਾ ਵੀ ਪਾਣੀ ਕੁਮਾਰ ਦੇ ਅੰਗ-ਅੰਗ ਨੂੰ ਛੋਕੇ ਆਉਂਦਾ ਪਿਆ ਸੀ ਅਲਕਾ ਉਹ ਨੂੰ ਆਪਣੇ ਅੰਗ-ਅੰਗ 'ਚ ਝੋਪ ਲੈਣਾ ਚਾਹੁੰਦੀ ਸੀ। ਕੁਮਾਰ ਨੇ ਸ਼ਾਇਦ ਅਲਕਾ ਦੀ ਇਸ ਖੇਡ ਨੂੰ ਬੁੱਝ ਲਿਆ। ਤੇ ਇਸ ਖੇਡ ਨੂੰ ਤੋੜਨ ਵਾਸਤੇ ਉਹ ਪਾਣੀ ਵਿੱਚੋਂ ਬਾਹਰ ਹੋ ਗਿਆ। ਅਲਕਾ ਵੀ ਪਾਣੀ 'ਚੋਂ ਬਾਹਰ ਆਉਣ ਲੱਗੀ ਸੀ। ਜਿਸ ਵੇਲੇ ਕੁਮਾਰ ਨੇ ਫੇਰ ਪਾਣੀ 'ਚ ਪੈਰ ਪਾ ਦਿੱਤੇ ਤੇ ਕਾਲੀ ਨਾਲ ਤੁਰਦਾ ਅਲਕਾ ਦੇ ਕੋਲ ਆ ਗਿਆ। ਇੱਕ ਝਟਕੇ ਨਾਲ ਕੁਮਾਰ ਨੇ ਅਲਕਾ ਦੀ ਬਾਹਾਂ ਫੜੀ ਤੇ ਫਿਰ ਇੱਕ ਰੋ ਚਾ ਕੇ ਉਹਦੇ ਦਿਵਾਰੇ ਬੁਲੇਟੀ ਹੋਈ ਨੀਲੀ ਚਾਦਰ ਖਿੱਚ ਦਿੱਤੀ ਚਾਦਰ ਵਾਂਗੀ ਉਹਨੇ ਅਲਕਾ ਨੂੰ ਆਪਣੀਆਂ ਬਾਹਾਂ ਚ ਮਰੋੜਿਆ ਤੇ ਫਿਰ ਖੌਲ ਦੇ ਹੋਠਾਂ ਨਾਲ ਉਹਨੇ ਅਲਕਾ ਦੇ ਹੋਠਾਂ ਨੂੰ ਇਸ ਤਰ੍ਹਾਂ ਡੀਕ ਲਾ ਕੇ ਪੀਤਾ ਜਿਵੇਂ ਅਲਕਾ ਦੀ ਸਾਰੀ ਜਿੰਦ ਦੇ ਨਾਲ ਨਾਲ ਇਸ ਪਹਾੜੀ ਨਦੀ ਦਾ ਪਾਣੀ ਵੀ ਪੀ ਜਾਏਗਾ ਕੁਮਾਰ ਨੇ ਹੰਬ ਕੇ ਜਦੋਂ ਅਲਕਾ ਨੂੰ ਛੱਡਿਆ ਅਲਕਾ ਦੇ ਹੋਠ ਉਸੇ ਤਰ੍ਹਾਂ ਸਾਬਤ ਸਨ ਅਲਕਾ ਦੀ ਛਾਤੀ ਉਸੇ ਤਰ੍ਹਾਂ ਸਾਹ ਲੈਂਦੀ ਪਈ ਸੀ ਤੇ ਨਦੀ ਦਾ ਪਾਣੀ ਉਸੇ ਤਰ੍ਹਾਂ ਵਗਦਾ ਪਿਆ ਸੀ। ਕੁਮਾਰ ਨੂੰ ਜਾਪਿਆ ਉਹਦੇ ਕੋਲੋਂ ਅਲਕਾ ਦੇ ਸਾਹ ਪੀਤੇ ਜਾ ਸਕਦੇ ਸਨ ਤੇ ਨਾ ਉਸ ਨਦੀ ਦਾ ਪਾਣੀ। ਉਹ ਕੰਡੇ ਦੇ ਪੱਥਰਾਂ 'ਚ ਇਸ ਤਰ੍ਹਾਂ ਬਹਿ ਗਿਆ ਜਿਵੇਂ ਸੰਕੜੇ ਪੱਥਰਾਂ 'ਚ ਇੱਕ ਹੋਰ ਪੱਥਰ ਰਲ ਗਿਆ ਹੋਵੇ। ਅਲਕਾ ਨੇ ਕੰਡੇ ਉੱਤੇ ਆ ਕੇ ਕੱਪੜੇ ਪਾ ਲਏ ਤੇ ਨੀਲੀ ਚਾਦਰ ਨੂੰ ਨਿਚੋੜ ਕੇ ਇੱਕ ਵੱਡੇ ਪੱਥਰ ਉੱਤੇ ਸੁੱਕਣੇ ਪਾ ਦਿੱਤਾ। ਨਾਸ਼ਤਾ ਪਾ ਦਿਆ। ਅਲਕਾ ਕੁਮਾਰ ਦੇ ਕੋਲ ਆ ਕੇ ਖਲੋ ਗਈ ਤੇ ਨਾਸ਼ਤੇ ਦਾ ਡੱਬਾ ਖੋਲ ਕੇ ਪੁੰਜਣ ਲੱਗ ਪਈ ਕੁਮਾਰ ਕਿੰਨਾ ਚਿਰ ਅਲਕਾ ਦੇ ਪੈਰਾਂ ਵੱਲ ਤੱਕਦਾ ਰਿਹਾ ਤੇ ਫਿਰ ਅਚਾਨਕ ਉੱਠ ਕੇ ਉਹਨੇ ਅਲਕਾ ਦੇ ਪੈਰਾਂ ਨੂੰ ਮਰੋੜਿਆ ਇਹ ਪੈਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣੇ ਚਾਹੀਦੇ ਸਨ ਕਿਸ ਤਰ੍ਹਾਂ ਅੱਡੀ ਅਗਲੇ ਪਾਸੇ ਹੋਣੀ ਚਾਹੀਦੀ ਸੀ ਤੇ ਉਂਗਲਾਂ ਪਿਛਲੇ ਪਾਸੇ ਕਿਉਂ ਕਿਉਂਕਿ ਜਿੰਨੀ ਦੇ ਪੈਰ ਪੁੱਠੇ ਹੁੰਦੇ ਨੇ ਜਿੰਨੀ ਕੀ ਹੁੰਦੀ ਹੈ ਜਿੰਨੀ ਭੂਤਾਂ ਦੀ ਜਾਤ ਵਾਲੀ ਜਿੰਨੀ ਹਰ ਜਿੰਨੀ ਦੇ ਪੈਰ ਪੁੱਠੇ ਹੁੰਦੇ ਨੇ ਮੈਂ ਜਦੋਂ ਛੋਟਾ ਹੁੰਦਾ ਸਾਂ ਤਾਂ ਸਾਡੇ ਗਵਾਂਢ ਚ ਇੱਕ ਬੁੱਢਾ ਰਹਿੰਦਾ ਸੀ ਉਹ ਮੈਨੂੰ ਜਿੰਨੀ ਦੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਉਹਨੇ ਜਿੰਨੀ ਵੇਖੀ ਹੋਈ ਸੀ ਉਹ ਕਹਿੰਦਾ ਸੀ ਕਿ ਉਹਨੇ ਆਪਣੀ ਜਵਾਨੀ ਵੇਲੇ ਇੱਕ ਜਿੰਨੀ ਫੜੀ ਵੀ ਸੀ ਫਿਰ ਉਹ ਦੱਸਦਾ ਹੁੰਦਾ ਸੀ ਕਿ ਜਿੰਨੀ ਦਾ ਫੜਨਾ ਬੜਾ ਮੁਸ਼ਕਿਲ ਹੁੰਦਾ ਹੈ ਕਈ ਕਈ ਰਾਤਾਂ ਮਸਾਣਾ ਚ ਜਾ ਕੇ ਬਹਿਣਾ ਪੈਂਦਾ ਜਿੰਨੀ ਪਹਿਲਾਂ ਬੜਾ ਡਰਾਉਂਦੀ ਏ ਜੇ ਬੰਦਾ ਡਰ ਜਾਏ ਤਾਂ ਉਹ ਫੜਾਈ ਦੇਣ ਦੀ ਥਾਂ ਬੰਦੇ ਨੂੰ ਫੜ ਲੈਂਦੀ ਏ ਫਿਰ ਉਹਨੇ ਜਿੰਨੀ ਕਿਸ ਤਰ੍ਹਾਂ ਫੜੀ ਉਹਨੇ ਪੈਰਾਂ ਤੋਂ ਪਛਾਣ ਲਈ ਸੀ ਉਹ ਕਹਿੰਦਾ ਸੀ ਕਿ ਹਰ ਜਿੰਨੀ ਦਾ ਨੱਕ ਮੂੰਹ ਉਸ ਤਰ੍ਹਾਂ ਦਾ ਹੀ ਹੁੰਦਾ ਜਿਸ ਤਰ੍ਹਾਂ ਇੱਕ ਸਧਾਰਨ ਔਰਤ ਦਾ ਜਿੰਨੀ ਦੇ ਮੂੰਹ ਵੱਲ ਕਦੇ ਨਹੀਂ ਤੱਕਣਾ ਚਾਹੀਦਾ ਹਮੇਸ਼ਾ ਜਿੰਨੀ ਦੇ ਪੈਰਾਂ ਵੱਲ ਤੱਕਣਾ ਚਾਹੀਦਾ ਕਿਉਂਕਿ ਉਹਦੇ ਪੈਰ ਪੁੱਠੇ ਹੁੰਦੇ ਨੇ ਤੇ ਸਾਨੂੰ ਪੈਰਾਂ ਤੋਂ ਪਛਾਣ ਕੇ ਉਹਨੂੰ ਫੜ ਲੈਣਾ ਚਾਹੀਦਾ ਪਰ ਫੜਨ ਦਾ ਕੀ ਫਾਇਦਾ ਉਹ ਬੁੱਢਾ ਕਹਿੰਦਾ ਸੀ ਕਿ ਇੱਕ ਵਾਰੀ ਜਿੰਨੀ ਫੜ ਲਓ ਤਾਂ ਫਿਰ ساری ਉਮਰ ਕੋਈ ਫਿਕਰ ਨਹੀਂ ਰਹਿੰਦਾ ਜਿਸ ਵੇਲੇ ਤੁਹਾਡਾ ਹਲਵਾ ਖਾਣ ਨੂੰ ਜੀ ਕਰੇ ਉਹ ਹਲਵਾ ਲਿਆ ਦਿੰਦੀ ਏ ਜਿਸ ਵੇਲੇ ਤੁਹਾਡਾ ਨਵੇਂ ਕੱਪੜੇ ਪਾਉਣ ਨੂੰ ਜੀ ਕਰੇ ਉਹ ਨਵੇਂ ਕੱਪੜੇ ਲਿਆ ਦਿੰਦੀ ਏ ਉਹ 36 ਪ੍ਰਕਾਰ ਦੇ ਭੋਜਨ ਲਿਆ ਸਕਦੀ ਏ ਵਾਂਸ ਵੰਨੀਆਂ ਛੇ ਤੁਹਾਡੇ ਪੈਰਾਂ 'ਚ ਰੱਖ ਸਕਦੀ ਏ ਫਿਰ ਉਸ ਬੁੱਢੇ ਨੇ ਜਿੰਨੀ ਛੱਡ ਗਿਉ ਦਿੱਤੀ ਉਹ ਕਹਿੰਦਾ ਸੀ ਕਿ ਰੋਜ਼ ਰਾਤੀ ਉਹਨੂੰ ਜਿੰਨੀ ਕੋਲੋਂ ਮੇਨਕਾ ਦਾ ਨਾਚ ਵੇਖਣ ਦੀ ਆਦਤ ਪੈ ਗਈ ਸੀ ਰਾਤ ਨੂੰ ਜਿੰਨੀ ਮੇਨਕਾ ਦੇ ਕੱਪੜੇ ਪਾ ਕੇ ਤੇ ਪੈਰਾਂ 'ਚ ਘੁੰਗਰੂ ਬੰਨ ਕੇ ਮੇਨਕਾ ਦਾ ਉਹ ਨਾਚ ਕਰਦੀ ਹੁੰਦੀ ਸੀ ਜਿਹੜਾ ਸਿਰਫ ਇੰਦਰ ਦੇ ਦਰਬਾਰ 'ਚ ਹੁੰਦਾ। ਫੇਰ ਆਂਡਗਵਾਂ 'ਚ ਰੌਲਾ ਪੈ ਗਿਆ ਕਿ ਰਾਤ ਨੂੰ ਇਥੋਂ ਘੁੰਗਰੂਆਂ ਦੀ ਆਵਾਜ਼ ਆਉਂਦੀ ਸੀ। ਇਸ ਲਈ ਲੋਕਾਂ ਕੋਲੋਂ ਤੰਗ ਆ ਕੇ ਉਹਨੇ ਜਿੰਨੀ ਛੱਡ ਦਿੱਤੀ। ਤੋ ਸੌਸ ਬੁੱਢੇ ਨੂੰ ਜਿੰਨੀ ਫੜਨ ਦਾ ਤਰੀਕਾ ਪੁੱਛਿਆ ਸੀ। ਜਦੋਂ ਮੈਂ ਨਿੱਕਾ ਹੁੰਦਾ ਸੀ ਉਦੋਂ ਮੈਂ ਉਸ ਬੁੱਢੇ ਕੋਲੋਂ ਸਾਰਾ ਤਰੀਕਾ ਪੁੱਛ ਕੇ ਇੱਕ ਵਾਰੀ ਜਿੰਨੀ ਫੜਨ ਲਈ ਗਿਆ ਸੀ ਫੇਰ ਮੱਸੀਆ ਦੀ ਕਾਲੀ ਰਾਤ ਸੀ ਉਹਨੇ ਦੱਸਿਆ ਸੀ ਕਿ ਜਿੰਨੀ ਸਿਰਫ ਮੱਸੀਆ ਦੀ ਰਾਤ ਨੂੰ ਫੜੀ ਜਾ ਸਕਦੀ ਹੈ ਫੇਰ ਮੈਂ ਬੜਾ ਦਲੇਰ ਮੁੰਡਾ ਮਸ਼ਹੂਰ ਸੀ ਕੁਝ ਆਪਣੇ ਜ਼ੋਰ ਨਾਲ ਕੁਝ ਆਪਣੀ ਮਸ਼ਹੂਰੀ ਦੇ ਜ਼ੋਰ ਨਾਲ ਮੈਂ ਅੱਧੀ ਰਾਤ ਵੇਲੇ ਤੁਰ ਪਿਆ ਮਸਾਣਾ ਤੱਕ ਮੱਸੀ ਹੀ ਪਹੁੰਚਿਆ ਤੋੜ ਨਹੀਂ ਪਹੁੰਚਿਆ ਬਾਹਰਲੇ ਦਰਖਤਾਂ ਕੋਲ ਹੀ ਮੈਨੂੰ ਡਰ ਲੱਗਣ ਲੱਗ ਪਿਆ ਇੱਕ بڑے ਸੰਘਣੇ ਦਰਖਤ ਵਿੱਚੋਂ ਇੱਕ ਜਾਨਵਰ ਬੋਲਿਆ ਤੇ ਮੈਂ ਪਿੱਛਾਂ ਦੌੜ ਪਿਆ ਸ਼ਾਇਦ ਉਹ ਜਿੰਨੀ ਹੋਵੇ ਜਿਹੜੀ ਦਰਖਤ ਉੱਤੇ ਚੜ੍ਹ ਕੇ ਬੋਲੀ ਹੋਵੇ ਉਸ ਬੁੱਢੇ ਨੇ ਮੈਨੂੰ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਜਿੰਨੀ ਦੇ ਪੈਰਾਂ 'ਚ ਪਈ ਘੁੰਗਰੂਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਇਹਦਾ ਮਤਲਬ ਹੈ ਹਰ ਜਿੰਨੀ ਨੂੰ ਨਾਚ ਦੀ ਕਲਾ ਜ਼ਰੂਰ ਆਉਂਦੀ ਹੈ ਸ਼ਾਇਦ ਪਰ ਮੈਨੂੰ ਤਾਂ ਇਹ ਹੁਨਰ ਨਹੀਂ ਆਉਂਦਾ ਸੋ ਤੂੰ ਇਹ ਮੰਨ ਲਿਆ ਕਿ ਤੂੰ ਜਿੰਨੀ ਹੈ ਪ੍ਰਸਿੱਧੇ ਪੈਰਾਂ ਵਾਲੀ ਜਿੰਨੀ ਤੇ ਸਿੱਧੇ ਰਾਹ ਵਾਲੀ ਇਸੇ ਦਾਰਾਈ ਤੁਸੀਂ ਇਹਨੂੰ ਪੁੱਠਾ ਵੀ ਕਹਿ ਸਕਦੇ ਹੋ ਕਿਉਂਕਿ ਜਿਹੜਾ ਕੋਈ ਤਸਵੀਰ ਨੂੰ ਪੁੱਠੇ ਪਾਸੇ ਖਲੋ ਕੇ ਵੇਖੇ ਉਹਨੂੰ ਉਹ ਪੁੱਠੀ ਦਿਸੇਗੀ ਮੈਂ ਪੁੱਠੇ ਪਾਸੇ ਖਲੋਤਾ ਹੋਇਆ ਅਸੀਂ ਕੱਲ ਸੋਚਿਆ ਸੀ ਕਿ ਅਸੀਂ ਕਿਸੇ ਗੱਲ ਦਾ ਫੈਸਲਾ ਨਹੀਂ ਕਰਾਂਗੇ ਸਾਡੀ ਹਰ ਗੱਲ ਦਾ ਫੈਸਲਾ ਵਕਤ ਕਰੇਗਾ ਕੱਲ ਵਾਂਗ ਅੱਜ ਵੀ ਕੁਮਾਰ ਨੇ ਹਲਕਾ ਦੀ ਗੱਲ ਮੰਨ ਲਈ ਤੇ ਸਭ ਕੁਝ ਵਕਤ ਦੇ ਫੈਸਲੇ ਉੱਤੇ ਛੱਡ ਦਿੱਤਾ ਉਹਨੂੰ ਚੁੱਪਚਾਪ ਹਲਕਾ ਦੇ ਹੱਥੋਂ ਪਲੇਟ ਫੜ ਲਈ ਲੂਣ ਵਾਲੇ ਪਰੌਂਠੇ ਦੀ ਗਰਾਈ ਭੰਨ ਕੇ ਸ਼ਹਿਦ ਦੀ ਕਟੋਰੀ ਚ ਡੋਬਦਾ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਨੂੰ ਖੁਰੋਚਣ ਲੱਗ ਪਿਆ। ਅਲਕਾਨੇ ਥਰਮਸ ਵਿੱਚ ਆਂਦੀ ਹੋਈ ਕਾਫੀ ਪਿਆਲੇ ਚ ਪਾਈ ਤੇ ਪਿਆਲਾ ਕੁਮਾਰ ਦੇ ਅੱਗੇ ਕਰ ਦਿੱਤਾ। ਮੈਂ ਸੋਚਦਾ ਹੀ ਪਿਆ ਸਾਂ ਕਿ ਜੇ ਕਦੀ ਚਾਹ ਜਾਂ ਕਾਫੀ ਵੀ ਲੈ ਆਉਂਦੇ। ਇੱਕ ਗੱਲ ਉਸ ਬੁੱਢੇ ਨੇ ਬੜੀ ਠੀਕ ਆਖੀ ਸੀ ਕਿ ਕਿ ਜਿੰਨੀ 36 ਪ੍ਰਕਾਰ ਦੇ ਭੋਜਨ ਸਜਾ ਕੇ ਜਿਸ ਵੇਲੇ ਚਾਹ ਤੁਹਾਡੇ ਸਾਹਮਣੇ ਰੱਖ ਸਕਦੀ ਹੈ ਪਰ ਤੁਸੀਂ ਉਸ ਬੁੱਢੇ ਨੂੰ ਇੱਕ ਗੱਲ ਪੁੱਛਣੀ ਭੁੱਲ ਗਏ ਕਿ ਤੁਸੀਂ ਜਿੰਨੀ ਨੂੰ ਫੜਨ ਦਾ ਤਰੀਕਾ ਪੁੱਛ ਲਿਆ ਪਰ ਜਿੰਨੀ ਕੋਲੋਂ ਆਪਣੇ ਆਪ ਨੂੰ ਛੁਡਾਉਣ ਦਾ ਤਰੀਕਾ ਨਾ ਪੁੱਛਿਆ ਇਹੋ ਤਰੀਕਾ ਮੈਂ ਲੱਭਣਾ ਪਿਆਵਾ ਲੱਭ ਲਵਾਂਗਾ ਅੱਜ ਇਸ ਨਦੀ ਉੱਤੇ ਤਰੀਕਾ ਲੱਭਣਾਈ ਸੀ ਜੇ ਸੱਚ ਪੁੱਛੇ ਤਾਂ ਇਹੋ ਤਰੀਕਾ ਲੱਭਾਇਆ ਸੀ ਕੱਲ ਰਾਤੀ ਕੱਲ ਰਾਤੀ ਕੋਈ ਤਰੀਕਾ ਸੁਝਿਆ ਸੀ ਕੱਲ ਰਾਤੀ ਸੁਪਨੇ 'ਚ ਮੈਂ ਨਦੀ ਵੇਖੀ ਸੀ ਮੈਂ ਵੀ ਨਦੀ ਦੇ ਕੰਢੇ ਤੇ ਬੈਠੀ ਹੋਈ ਸੀ ਕਿ ਨਹੀਂ ਇਸੇ ਤਰ੍ਹਾਂ ਨੀਲੀ ਚਾਦਰ ਬਣ ਕੇ ਤੂੰ ਇਸ ਨਦੀ ਵਿੱਚ ਨਹਾਉਂਦੀ ਪਈ ਸੀ ਤੇ ਮੈਂ ਵਾਲਾਂ 'ਚ ਫੁੱਲ ਵੀ ਟੰਗੇ ਹੋਏ ਸੀ ਮੈਂ ਫੁੱਲਾਂ ਦੀ ਟਾਣੀ ਤੋੜ ਕੇ ਪਾਣੀ 'ਚ ਐਵੇਂ ਨਹੀਂ ਸੀ ਛੁੱਟੀ ਤੇਰੇ ਵਾਲਾਂ 'ਚ ਲਾਉਣ ਵਾਸਤੇ ਮੈਂ ਪਾਣੀ 'ਚ ਰੱਖੀ ਸੀ ਫੇਰ ਸੁਪਨੇ ਜਿੰਨਾ ਚਿਰ ਸੱਚੇ ਨਹੀਂ ਬਣਦੇ ਉਹ ਇਨਸਾਨ ਦੇ ਪਿੱਛੇ ਪਏ ਰਹਿੰਦੇ ਨੇ ਸੋ ਤੁਸੀਂ ਪਿੱਛਾ ਛੁਡਾਣ ਲਈ ਇਹ ਸੁਪਨੇ ਨੂੰ ਸੱਚ ਕਰ ਵੇਖਿਆ ਹਾਂ ਰਾਤੀ ਮੈਨੂੰ ਵੀ ਇੱਕ ਸੁਪਨਾ ਆਇਆ ਸੀ ਇਸੇ ਨਦੀ ਦਾ ਨਹੀਂ ਫਿਰ ਮੈਂ ਵੇਖਿਆ ਕਿ ਮੈਂ ਤੁਹਾਡੇ ਕੰਮ ਕਰਨ ਵਾਲੀ ਮੇਜ਼ ਉੱਤੇ ਇੱਕ ਕਾਗਜ਼ ਰੱਖ ਕੇ ਉਸ ਕਾਗਜ਼ ਉੱਤੇ ਇੰਚਾਂ ਦਾ ਨਿਸ਼ਾਨ ਲਾਉਂਦੀ ਪਈ ਹਾਂ ਫਿਰ ਨਿਸ਼ਾਨ ਲਾ ਲਾ ਕੇ ਥੱਕ ਗਈ ਪਰ ਉਹ ਕਾਗਜ਼ ਜਾਦੂ ਦੇ ਜ਼ੋਰ ਨਾਲ ਵੱਧਦਾ ਜਾਂਦਾ ਸੀ ਫਿਰ ਫਿਰ ਮੈਂ ਉਸ ਕਾਗਜ਼ ਨੂੰ ਪੁੱਛਿਆ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰਦਾ ਪਿਆ ਸੀ ਫਿਰ ਬੜੀ ਅਜੀਬ ਗੱਲ ਹੈ ਜਦੋਂ ਮੈਂ ਕਾਗਜ਼ ਨਾਲ ਗੱਲਾਂ ਕਰਨ ਲੱਗ ਪਈ ਤਾਂ ਉਹ ਕਾਗਜ਼ ਵੀ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਯੂ ਡੈਮ ਉਸ ਕਾਗਜ਼ ਨੇ ਮੈਨੂੰ ਦੱਸਿਆ ਕਿ ਉਹ ਮੇਰੇ ਸੁਪਨਿਆਂ ਦਾ ਕਾਗਜ਼ ਸੀ ਤੇ ਮੈਂ ਭਾਵੇਂ ساری ਉਮਰ ਉਹਦੇ ਉੱਤੇ ਇੰਚਾਂ ਦੇ ਨਿਸ਼ਾਨ ਲਾਉਂਦੀ ਰਵਾਂ ਉਹ ਕਦੇ ਨਹੀਂ ਮੁੱਕ ਸਕਦਾ ਯੂ ਡੈਵਲ ਜਿੰਨੀ ਉਰਫ ਡੈਵਲ ਚਲ ਨਾਸ਼ਤਾ ਕਰਕੇ ਵਾਪਸ ਚਲੀਏ ਅੱਜ ਸਵੇਰ ਦਾ ਕੋਈ ਕੰਮ ਨਹੀਂ ਕੀਤਾ ਚਲੋ ਕੁਝ ਘੰਟੇ ਕੰਮ ਕਰ ਲਈਏ ਕੀ ਪਤਾ ਕੱਲ ਸਵੇਰ ਫੇਰ ਆਉਣਾ ਪਵੇ ਇੱਥੇ ਇੱਥੇ ਨਹੀਂ ਉਸ ਪਹਾੜ ਦੀ ਚੋਟੀ ਉੱਤੇ ਜਾਣਾ ਪਏਗਾ ਕਿਉਂ ਕਿਉਂਕਿ ਸੁਪਨੇ ਹਮੇਸ਼ਾ ਵੱਧਦੇ ਰਹਿੰਦੇ ਨੇ ਸੋਚਾਂ ਦੇ ਪੈਰ ਭਾਵੇਂ ਪੁੱਠੇ ਹੋਣ ਪਰ ਸੁਪਨਿਆਂ ਦੇ ਪੈਰ ਸਿੱਧੇ ਹੁੰਦੇ ਨੇ ਅੱਜ ਉਸ ਨਦੀ ਤੱਕ ਆਏ ਨੇ ਕੱਲ ਨੂੰ ਪਹਾੜ ਦੀ ਚੋਟੀ ਉੱਤੇ ਚੜਨਗੇ ਕੁਮਾਰ ਕਬਰ ਕੇ ਹਲਕਾ ਦੇ ਮੂੰਹ ਹਲ ਤੱਕਣ ਲੱਗ ਪਿਆ ਉਹਨੂੰ ਜਾਪਿਆ ਕਿ ਉਹ ਸੁਤੰਤਰਤਾ ਦੀ ਜਿਹੜੀ ਸਿਖਰ ਉਤੇ ਖਲੋਤਾ ਹੋਇਆ ਸੀ ਕਿਸੇ ਦਿਨੇ ਅਲਕਾ ਉਹਨੂੰ ਇਸ ਤਰ੍ਹਾਂ ਖਿੱਚੇਗੀ ਕਿ ਉਹ ਸਿਖਰ ਉਤੋਂ ਤਿਲਕ ਕੇ ਮੁਹੱਬਤ ਦੀ ਡੂੰਗੀ ਖਾਈ ਚ ਡਿੱਗ ਪਏਗਾ ਅੰਗ ਚੌਥਾ ਸੋਚਾਂ ਦੇ ਪੈਰ ਭਾਵੇਂ ਪੁੱਠੇ ਹੋਣ ਪਰ ਸੁਪਨਿਆਂ ਦੇ ਸਿੱਧੇ ਹੁੰਦੇ ਨੇ ਅਲਕਾ ਦੀ ਆਖੀ ਹੋਈ ਇਹ ਗੱਲ ਕੁਮਾਰ ਦੇ ਕੰਨਾਂ ਵਿੱਚ ਕਈ ਦਿਨ ਇੱਕ ਤੀਲੇ ਵਾਂਗ ਚੁੱਭਦੀ ਰਹੀ ਤੇ ਇੱਕ ਰਾਤ ਕੁਮਾਰ ਨੂੰ ਸੁਪਨਾ ਆਇਆ ਕਿ ਉਹ ਇੱਕ ਗੱਦੀ ਮਰਦ ਵਾਂਗ ਆਪਣੇ ਲੱਕ ਨਾਲ ਇੱਕ ਲੰਬਾ ਤੇ ਕਾਲਾ ਰੱਸਾ ਬੰਨ ਕੇ ਜੰਗਲ ਚ ਭੇਡਾਂ ਚਾਰਦਾ ਪਿਆ ਸੀ ਭੇਡਾਂ ਚਾਰਦੇ ਨੂੰ ਬੜੀ ਭੁੱਖ ਲੱਗੀ ਪਰ ਦੁਆਲੇ ਚਸ਼ਮੇ ਦੇ ਪਾਣੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਪਾਣੀ ਦੀਆਂ ਉਹਨੇ ਦੋ ਬੁੱਕਾਂ ਪੀਤੀਆਂ ਸਨ ਕਿ ਉਹਨੂੰ ਜਾਪਿਆ ਕਿ ਪਾਣੀ ਉਹਦੇ ਨਿਰਨੇ ਕਲੇਜੇ ਚ ਚੁੱਭਣ ਲੱਗ ਪਿਆ ਸੀ ਉਹ ਕਲੇਜੇ ਉੱਤੇ ਹੱਥ ਰੱਖ ਕੇ ਕੰਡਿਆਲੀਆਂ ਝਾੜੀਆਂ ਨੂੰ ਮੂੰਹ ਮਾਰਦੀਆਂ ਭੇਡਾਂ ਦੇ ਮੂੰਹ ਵੱਲ ਧੱਕਣ ਲੱਗ ਪਿਆ। ਫਿਰ ਉਹਨੇ ਅੱਖਾਂ ਮਲੀਆਂ ਤੇ ਵੇਖਿਆ ਕਿ ਜੰਗਲ ਬਿਆਬਾਂਚ 'ਚ ਕੋਈ ਇੱਕ ਪਰੇ ਉਤਰ ਆਈ ਸੀ। ਖੱਲ ਦੀ ਮੋਟੀ ਜੁੱਤੀ ਉਹਦੇ ਪੈਰਾਂ 'ਚ ਪਈ ਹੋਈ ਸੀ ਜਿਹਦੇ ਨਾਲ ਠੁਮਕ ਠੁਮਕ ਤੁਰਦੀ ਦੇ ਪੈਰਾਂ ਦਾ ਖੜਾਕ ਨਹੀਂ ਸੀ ਹੁੰਦਾ। ਸਿਰ ਉੱਤੇ ਲਾਲ ਰੰਗ ਦਾ ਉਹਨੇ ਪਟਕਾ ਬੰਨਿਆ ਹੋਇਆ ਸੀ ਤੇ ਉਹਦੇ ਸਾਵੇ ਝੱਗੇ ਦੇ ਲੱਕ ਨੂੰ ਕਾਲੇ ਰੇਸ਼ਮ ਦੀ ਕੱਸੀ ਨੇ ਠੁੰਮਣਾ ਦਿੱਤਾ ਹੋਇਆ ਸੀ। ਦੋਵੇਂ ਬਾਹਾਂ ਉੱਚੀਆਂ ਕਰਕੇ ਉਹਨੇ ਸਿਰ ਉੱਤੇ ਇੱਕ ਹਾਂਡੀ ਚੁੱਕੀ ਹੋਈ ਸੀ ਜਿਸ ਲਈ ਉਹਦਾ ਬਹੁਤਾ ਸਾਰਾ ਮੂੰਹ ਉਹਦੀਆਂ ਬਾਹਾਂ ਦੇ ਪਿੱਛੇ ਲੁਕਿਆ ਹੋਇਆ ਸੀ। ਕੁਮਾਰ ਇੱਕ ਰੁੱਖ ਦੇ ਉੱਲੇ ਹੋ ਗਿਆ ਤਾਂ ਕਿ ਉਹ ਪਰੀ ਜਦੋਂ ਰੁੱਖ ਦੇ ਕੋਲੋਂ ਲੰਘੇ ਉਹ ਪਾਸੇ ਵੱਲੋਂ ਉਹਦਾ ਮੂੰਹ ਵੇਖ ਸਕੇ। ਜਿਹੜੀ ਇੱਕ ਪਤਲੀ ਡੰਡੀ ਤੋਂ ਪਰੀ ਤੁਰ ਕੇ ਆਉਂਦੀ ਪਈ ਸੀ ਉਹ ਡੰਡੀ ਅਸਲੋਂ ਇਸ ਰੁੱਖ ਦੇ ਕੋਲੋਂ ਲੰਘਦੀ ਸੀ। ਜਿੱਥੇ ਕੁਮਾਰ ਰੁੱਖ ਦੀ ਇੱਕ ਟਾਣੀ ਉੱਤੇ ਬਾਹ ਰੱਖ ਕੇ ਖਲੋਤਾ ਹੋਇਆ ਸੀ। ਉਹ ਪਰੀ ਜਦੋਂ ਰੁੱਖ ਦੇ ਕੋਲ ਆ ਗਈ ਤਾਂ ਉਹਨੇ ਸਿਰ ਦੀ ਹਾਂਡੀ ਲਾ ਕੇ ਰੁੱਖ ਦੇ ਤਣੇ ਕੋਲ ਰੱਖ ਦਿੱਤੀ ਤੇ ਸਿਰ ਦਾ ਲਾਲ ਪੱਟਕਾ ਖੋਲ ਕੇ ਰੁੱਖ ਦੇ ਤਣੇ ਕੋਲ ਵਛਾ ਦਿੱਤਾ ਹਾਂਡੀ 'ਚ ਪਏ ਹੋਏ ਪਕਵਾਨ ਦੀ ਖੁਸ਼ਬੂ ਕੁਮਾਰ ਦੇ ਕਲੇਜੇ 'ਚ ਇਸ ਤਰ੍ਹਾਂ ਘੇਰਾ ਘੇਰਾ ਪਾਉਣ ਲੱਗ ਪਈ ਕਿ ਰੁੱਖ ਦੇ ਉਹਲੇ ਵਿੱਚੋਂ ਨਿਕਲ ਕੇ ਹਾਂਡੀ ਦੇ ਕੋਲਾਂ ਗਿਆ ਉਹਨੂੰ ਇੰਨੀ ਭੁੱਖ ਲੱਗੀ ਸੀ ਕਿ ਜੇ ਉਹ ਹਾਂਡੀ ਰੁੱਖ ਦੇ ਤਣੇ ਕੋਲ ਪਈ ਹੋਈ ਹੋਣ ਦੀ ਥਾਂਵੇਂ ਪਰੀ ਦੇ ਸਿਰ ਉੱਤੇ ਵਿੱਚ ਚੁੱਕੀ ਹੁੰਦੀ ਤਾਂ ਇੱਕੋ ਝਟਕੇ ਨਾਲ ਹਾਂਡੀ ਨੂੰ ਖੋਲ ਲੈਂਦਾ ਪਰ ਇਹਨੇ ਆਖਿਆ ਤੇ ਕੁਮਾਰ ਦਾ ਹੱਥ ਫੜ ਕੇ ਉਹਨੂੰ ਜ਼ਮੀਨ ਉੱਤੇ ਵਿਛਾਏ ਹੋਏ ਲਾਲ ਪਟਕੇ ਉੱਤੇ ਬਿਠਾ ਦਿੱਤਾ ਹਾਂਡੀ ਦਾ ਢੱਕਣ ਵੀ ਪਰਿਨੇ ਆਪਣੇ ਹੱਥਾਂ ਨਾਲ ਖੋਲ ਲਿਆ ਫਿਰ ਭਰੀ ਭਰਾਤੀ ਹਾਂਡੀ ਕੁਮਾਰ ਦੇ ਸਾਹਮਣੇ ਰੱਖ ਦਿੱਤੀ ਕੁਮਾਰ ਨੂੰ ਆਪਣੇ ਭੋਖੜੇ ਤੋਂ ਬੜੀ ਸ਼ਰਮ ਆਈ ਇਸ ਲਈ ਅੱਖਾਂ ਚੁੱਕ ਕੇ ਪਰੀ ਦੇ ਮੂੰਹ ਵੱਲ ਤੱਕਣ ਦੀ ਉਹਦੀ ਹਿੰਮਤ ਨਾ ਪਈ ਪਰ ਉਹ ਦੋਹਾਂ ਹੱਥਾਂ ਨਾਲ ਹਾਂਡੀ ਵਿੱਚੋਂ ਪਕਵਾਨ ਕੱਢ ਕੇ ਖਾਣ ਲੱਗ ਪਿਆ। ਕੁਮਾਰ ਜਦੋਂ ਰੱਜ ਕੇ ਖਾ ਬੈਠਾ ਤਾਂ ਉਹਨੇ ਸ਼ਰਮਿੰਦਿਆਂ ਜੀਆਂ ਸ਼ਰਮਿੰਦਿਆਂ ਜੀਆਂ ਅੱਖਾਂ ਨਾਲ ਪਰੀ ਵੱਲ ਤੱਕਿਆ। ਤੱਕਿਆ ਤੇ ਤੱਕਦਾ ਰਹਿ ਗਿਆ। ਅਲਕਾ ਉਹਦੇ ਸਾਹਮਣੇ ਖਲੋਤੀ ਹੋਈ ਸੀ। ਕੁਮਾਰ ਜਦੋਂ ਜਾਗਿਆ ਉਹਨੇ ਹੱਥ ਨਾਲ ਆਪਣੇ ਪਿੰਡੇ ਨੂੰ ਟੋਇਆ। ਉਦੇ ਲੱਕ ਨਾਲ ਕੋਈ ਰੱਸਾ ਨਹੀਂ ਸੀ ਬੱਜਾ ਹੋਇਆ ਪਰ ਉਹਨੂੰ ਜਾਪਿਆਂ ਕਿ ਹਲਕਾ ਸਾਰੀ ਦੀ ਸਾਰੀ ਇੱਕ ਰੱਸਾ ਬਣ ਗਈ ਸੀ ਜਿਹੜੀ ਰਾਤ ਨੂੰ ਸੁਪਨੇ ਵਿੱਚ ਵੀ ਉਹਦੇ ਨਾਲ ਵੱਜੀ ਰਹਿੰਦੀ ਸੀ ਅਜ ਕੁਮਾਰ ਨੇ ਸੋਚਿਆ ਕਿ ਸੁਪਨਿਆਂ ਨੂੰ ਮੰਨਣ ਦੀ ਥਾਵੇਂ ਉਹਨਾਂ ਦੀ ਜ਼ਿੱਦ ਪੂਰੀ ਕਰਨ ਦੀ ਥਾਵੇਂ ਉਸਲੋਂ ਬੇਨਿਆਜ਼ ਹੋ ਕੇ ਇਹਨਾਂ ਸੁਪਨਿਆਂ ਨੂੰ ਪੂਰੀਆਂ ਕਰਨ ਤੋਂ ਨਾ ਕਰ ਦੇਵੇਗਾ ਨਦੀ ਵਾਲਾ ਸੁਪਨਾ ਉਹਨੇ ਪੂਰਾ ਕਰਕੇ ਵੇਖਿਆ ਸੀ ਕੁਝ ਨਹੀਂ ਸੀ ਬਣਿਆ ਸੁਪਨੇ ਅਜੇ ਵੀ ਉਹਦੇ ਪਿੱਛੇ ਪਏ ਹੋਏ ਸਨ ਸਵੇਰੇ ਜਦੋਂ ਹਲਕਾ ਆਈ ਕੁਮਾਰ ਨੇ ਉਹਦੇ ਆਉਣ ਤੱਕ ਅਲਮਾਰੀ ਵਿੱਚੋਂ ਇੱਕ ਗੱਦਣ ਦੀ ਸਾਰੀ ਪੁਸ਼ਾਕ ਕੱਢ ਕੇ ਰੱਖੀ ਹੋਈ ਸੀ ਇਸ ਪੁਸ਼ਾਕ ਇਹ ਪੁਸ਼ਾਕ ਚਿਰ ਹੋਇਆ ਕੁਮਾਰ ਨੇ ਇੱਕ ਮੇਲੇ ਵਿੱਚੋਂ ਖਰੀਦੀ ਸੀ ਕਿ ਕਿਸੇ ਦਿਨ ਉਹ ਹਲਕਾ ਨੂੰ ਇਹ ਪੁਸ਼ਾਕ ਪਵਾ ਕੇ ਇੱਕ ਤਸਵੀਰ ਪੇਂਟ ਕਰੇਗਾ ਕੁਮਾਰ ਨੇ ਮੇਜ਼ ਉੱਤੇ ਨਵੀਂ ਕੈਨਵਸ ਲਾ ਲਈ ਗੁਸਲਖਾਨੇ 'ਚ ਜਾ ਕੇ ਕੱਪੜੇ ਬਦਲ ਲੈ ਅੱਛਾ ਇਹ ਜੁੱਤੀ ਕੁਝ ਵੱਡੀ ਜਾਪਦੀ ਹੈ ਪਰ ਕੋਈ ਗੱਲ ਨਹੀਂ ਇਹ ਗਲ ਦੀ ਕਮੀਜ਼ ਵੀ ਬੜੀ ਖੁੱਲੀ ਏ ਇਹ ਖੁੱਲੀ ਹੋਈ ਹੁੰਦੀ ਏ ਲੱਕ ਦੁਆਲੇ ਜਦੋਂ ਇਹ ਕਾਲੀ ਰੱਸੀ ਬੱਝ ਜਾਏਗੀ ਇਹ ਖੁੱਲੀ ਨਹੀਂ ਲੱਗੇਗੀ ਅਲਕਾ ਜਦੋਂ ਕੱਪੜੇ ਬਦਲਾਈ ਤਾਂ ਖੁੱਲੇ ਵਾਲਾਂ ਨਾਲ ਕੁਮਾਰ ਦੀ ਕੁਰਸੀ ਅੱਗੇ ਪੈਰਾਪਾਰ ਬਹਿ ਕੇ ਆਖਣ ਲੱਗੀ ਪਿੱਛੋਂ ਦੀ ਮੇਡੀਆਂ ਕਰਕੇ ਕਰ ਦੇਵੋ ਜਿਵੇਂ ਗੱਦਣਾ ਦੀਆਂ ਲੰਮੀਆਂ ਲੰਮੀਆਂ ਮੇਡੀਆਂ ਹੁੰਦੀਆਂ ਨੇ ਕੁਮਾਰ ਨੇ ਨਹੀਂ ਪਰ ਕੁਮਾਰ ਦੇ ਹੱਥਾਂ ਨੇ ਇੱਕ ਮਿੰਟ ਆਖਾ ਮੰਨਣੋਂ ਨਾ ਕਰ ਦਿੱਤੀ ਪਰ ਫਿਰ ਕੁਮਾਰ ਨੇ ਚੁੱਪਚਾਪ ﺍﻟका ਦੀਆਂ ਬੇਟੀਆਂ ਘਰ ਦਿੱਤੀਆਂ। ਪਟਕਾ ਮੈਂ ਆਪੇ ਬੰਨ ਲੈਣੀ ਆ ਪਰ ਇਹ ਰੱਸੀ ਮੇਰੇ ਕੋਲੋਂ ਠੀਕ ਨਹੀਂ ਵਜਣੀ। ﺍﻟका ਨੇ ਆਖਿਆ ਤੇ ਕਾਲੀ ਰੇਸ਼ਮੀ ਰੱਸੀ ਕੁਮਾਰ ਦੇ ਹੱਥ ਫੜਾ ਦਿੱਤੀ। ਕੁਮਾਰ ਨੇ ਜਦੋਂ ﺍﻟका ਦੇ ਦਵਾਲੇ ਬਾਹ ਪਾ ਕੇ ਰੱਸੀ ਨੂੰ ਵਲਿਆ ਤਾਂ ਉਹ ਨੇ ਠੰੰਬਰ ਕੇ ﺍﻟका ਦੇ ਮੂੰਹ ਹਲ ਵੇਖਿਆ। ਸਾਰੀ ਦੀ ਸਾਰੀ ﺍﻟका ਕੋਲੋਂ ਉਹ ਖੁਸ਼ਬੂ ਆਉਂਦੀ ਪਈ ਸੀ ਜਿਹੜੀ ਰਾਤੀ ਕੁਮਾਰ ਨੂੰ ਸੁਪਨੇ ਦੀ ਹਾਂਡੀ ਵਿੱਚੋਂ ਆਈ ਸੀ। ਕੁਮਾਰ ਨੇ ਇੱਕ ਕੱਚੀ ਚੀ ਵਟ ਕੇ ਹਲਕਾ ਦੇ ਲੱਕ ਦੁਆਲੇ ਰੱਸੀ ਬੰਨ ਦਿੱਤੀ ਪਰ ਉਹਨੂੰ ਜਾਪਿਆ ਕਿ ਉਹਨੂੰ ਬੜੀ ਭੁੱਖ ਲੱਗੀ ਹੋਈ ਸੀ ਅਜੇ ਅੱਧਾ ਘੰਟਾ ਨਹੀਂ ਸੀ ਹੋਇਆ ਕੁਮਾਰ ਨੇ ਸਵੇਰੇ ਨਾਸ਼ਤਾ ਕੀਤਾ ਸੀ ਰੱਜ ਕੇ ਕੀਤਾ ਹੋਇਆ ਨਾਸ਼ਤਾ ਪਤਾ ਨਹੀਂ ਕਿਹੜੇ ਖੂ ਲੈ ਗਿਆ ਸੀ ਕੰਮ ਕਰਨ ਤੋਂ ਪਹਿਲਾਂ ਕੁਝ ਖਾ ਲਈ ਤੈਨੂੰ ਭੁੱਖ ਨਹੀਂ ਲੱਗੀ ਹੋਈ ਮੈਂ ਹੁਣੇ ਨਾਸ਼ਤਾ ਕਰਕੇ ਆਈ ਹਾਂ ਨਾਸ਼ਤਾ ਮੈਂ ਵੀ ਕੀਤਾ ਸੀ ਕੌਫੀ ਬਣਾ ਦਿਆਂ ਨਹੀਂ ਕੁਝ ਨਹੀਂ ਚਾਹੀਦਾ ਕੁਮਾਰ ਨੇ ਇੱਕ ਜ਼ਿੱਦ ਵਿੱਚ ਆ ਕੇ ਕੁਝ ਵੀ ਖਾਣ ਤੋਂ ਕੁਝ ਵੀ ਪੀਣ ਤੋਂ ਨਾ ਕਰ ਦਿੱਤੀ ਤੇ ਆਪਣੇ ਬੁਰਸ਼ਾਂ ਨੂੰ ਰੰਗ 'ਚ ਡੋਬਣ ਲੱਗ ਪਿਆ। ਰੰਗਾ ਨੇ ਤੇ ਰੰਗਾਂ ਵਿੱਚ ਉੱਬਰਦੀ ਤਸਵੀਰ ਨੇ ਕੁਮਾਰ ਦੀ ਜਿੰਦ ਰੱਖ ਲਈ। 2.5 ਘੰਟੇ ਲੰਘ ਗਏ। ਕੁਮਾਰ ਨੂੰ ਭੁੱਖ ਨੇ ਕੁਛ ਨਾ ਆਖਿਆ ਪਰ ਫੇਰ ਇਹ ਅਜੀਬ ਗੱਲ ਹੋਈ। ਕੁਮਾਰ ਨੂੰ ਜਿਉਂ ਹੀ ਤਸਵੀਰ 'ਚ ਇੱਕ ਹਾਂਡੀ ਬਣਾਉਣ ਦਾ ਖਿਆਲ ਆਇਆ, ਇੱਕ ਭੁੱਖੋ ਦੇ ਕਲੇਜੇ 'ਚ ਘੇਰ ਪਾਉਣ ਲੱਗ ਪਈ। ਮੈਨੂੰ ਕਾਫੀ ਬਣਾ ਦੇ ਹਲਕਾ ਜੇ ਹਰੀਆਬਾਰ ਕਿਤੇ ਦਿਸ ਜਾਏ ਤਾਂ ਉਹਨੂੰ ਆਖਦੇ ਨਹੀਂ ਤਾਂ ਆਪ ਬਣਾ ਦੇ ਹਰੀਆ ਕੁਮਾਰ ਦਾ ਪਹਾੜੀ ਨੌਕਰ ਸੀ ਹੌਲੀ ਹੌਲੀ ਕਾਫੀ ਚਾਹ ਬਣਾਉਣਾ ਸਭ ਕੁਝ ਸਿੱਖ ਗਿਆ ਸੀ ਪਰ ਉਹਦਾ ਬਹੁਤਾ ਵੇਲਾ ਪਾਣੀ ਭਰਨ 'ਚ ਲੱਗ ਜਾਂਦਾ ਸੀ ਪੀਣ ਵਾਲਾ ਪਾਣੀ ਕੁਮਾਰ ਜਿਸ ਚਸ਼ਮੇ ਤੋਂ ਮੰਗਵਾਉਂਦਾ ਹੁੰਦਾ ਸੀ ਉਹ ਚਸ਼ਮਾ ਬੜੀ ਦੂਰ ਸੀ ਇਸ ਲਈ ਹਲਕਾ ਹੀ ਵੇਲੇ ਕੁ ਵੇਲੇ ਚਾਹ ਬਣਾਉਂਦੀ ਹੁੰਦੀ ਸੀ ਹਲਕਾ ਜਦੋਂ ਕਾਫੀ ਬਣਾ ਕੇ ਲਿਆਈ ਤਾਂ ਕੁਮਾਰ ਨੇ ਕਾਫੀ ਦੇ ਪਿਆਲੇ ਨੂੰ ਸੁੰਗਿਆ प्याले چو ਕਾਫੀ ਦੀ ਸੁਗੰਧ ਆਉਣੀ ਸੀ ਆਈ ਪਰ ਕੁਮਾਰ ਨੇ ਇੱਕ ਹੋਕਾ ਪਰ ਕੇ ਅਲਕਾ ਦੇ ਹੱਥ ਨੂੰ ਕੋਈ ਤਿੰਨ ਵਾਰ ਸੁੰਘਿਆ ਅਲਕਾ ਦੇ ਹੱਥਾਂ ਵਿੱਚ ਉਹੀ ਸੁਗੰਧ ਆਉਂਦੀ ਪਈ ਸੀ ਜਿਹੜੀ ਰਾਤੀ ਕੁਮਾਰ ਨੂੰ ਸੁਪਨੇ ਦੀ ਖਾਂਡੀ ਵਿੱਚੋਂ ਆਈ ਸੀ ਤੇ ਕੁਮਾਰ ਨੂੰ ਡਰ ਲੱਗਾ ਕਿ ਰਾਤੀ ਜਿਸ ਤਰ੍ਹਾਂ ਉਹਨੇ ਸੁਪਨੇ ਚੋਂ ਸਾਂਡੀ ਦੇ ਪਕਵਾਨ ਨੂੰ ਇੱਕ ਹਾਬੜੇ ਨਾਲ ਖਾਦਾ ਸੀ ਉਹ ਅਲਕਾ ਦੇ ਜਿਸਮ ਨੂੰ ਵੀ ਹਾਬੜੇ ਨਾਲ ਖਾਣ ਲੱਗ ਪਾਏਗਾ ਪਰ ਅਜ ਕੁਮਾਰ ਨੇ ਸੁਪਨਿਆਂ ਨਾਲ ਬੇਲਿਹਾਜ਼ ਹੋਣ ਦੀ ਜਿੱਦ ਬਣੀ ਹੋਈ ਸੀ ਕਾਫੀ ਦਾ ਵੱਡਾ ਸਾਰਾ ਘੁੱਟ ਭਰ ਕੇ ਕੁਮਾਰ ਨੇ ਆਖਿਆ ਜੇ ਤੈਨੂੰ ਸਾਰੀ ਉਮਰ ਇਹ ਵੇਸ ਪਾਉਣਾ ਪਵੇ ਅਲਕਾ ਤਾਲਕਾ ਉਰਫ ਗੱਦਨ ਬਣ ਜਾਵਾਂਗੀ ਜਿਸ ਨਾਲ ਅਲਕਾ ਉਰਫ ਜਿੰਨੀ ਬਣੀ ਸੀ ਜਾਂ ਅਲਕਾ ਉਰਫ ਡੈਵਲ ਬਣੀ ਸੀ ਅਲਕਾ ਉਰਫ ਪਰ پری ਮੈਨ ਰਾਤੀ ਸੁਪਨੇ 'ਚ ਤੈਨੂੰ ਇੱਕ پری ਸਮਝਿਆ ਸੀ پری ਦਾ ਮਤਲਬ ਹੁੰਦਾ ਹੈ ਪਰਮ ਵਾਲੀ ਪਰ ਫਿਰ ਤੁਸੀਂ ਗੁੱਸੇ ਚ ਆ ਕੇ ਪਰੀ ਦੇ ਪਰਨਾ ਤੋੜੇ ਕੁਮਾਰ ਇੱਕ ਮਿੰਟ ਸੋਚੀ ਪੈ ਗਿਆ ਪਰ ਫਿਰ ਹਾਰੇ ਹੋਏ ਹਾਸੇ ਨਾਲ ਕਹਿਣ ਲੱਗਾ ਤੂੰ ਮੈਨੂੰ ਕੀ ਸੋਚਣੀ ਹੈ ਲਗਾ ਮੈਂ ਬੜਾ ਬੇਰਹਿਮ ਦੇਲਾ ਰਹਿਮ ਦੀ ਮੈਨੂੰ ਕਦੇ ਨਹੀਂ ਲੋੜ ਪਈ ਇਸ ਲਈ ਕਿਸੇ ਦਾ ਰਹਿਮਦਿਲ ਹੋਣਾ ਜਾਂ ਬੇਰਹਿਮ ਹੋਣਾ ਮੈਨੂੰ ਕੋਈ ਫਰਕ ਨਹੀਂ ਪਾਉਂਦਾ ਪਰ ਤੂੰ ਇਹ ਤਾਂ ਸੋਚਣੀ ਹੈ ਕਿ ਮੈਂ ਪਰੀ ਦੇ ਪਰ ਤੋੜਵਾਣਾ ਤੋੜ ਦੇਣ ਵਾਲਾ ਬੰਦਾ ਲੋੜ ਪਵੇ ਤਾਂ ਆਪਣੇ ਪੈਰ ਵੀ ਤੋੜ ਦੇਣ ਵਾਲਾ ਬੰਦਾ ਕੁਮਾਰ ਚੁੱਪ ਕਰ ਗਿਆ ਫਿਰ ਹੌਲੀ ਜੀ ਇਹ ਕਹਿਣ ਲੱਗਾ ਇਹ ਤੂੰ ਠੀਕ ਆ ਖਿਆਲ ਕਾ ਜਿਹੜੇ ਰਾਹ ਉੱਤੇ ਮੈਂ ਜਾਣਾ ਜਾਣਾ ਨਾ ਚਾਹਾਂ ਜੇ ਮੇਰੇ ਪੈਰ ਮੇਰੇ ਆਖੇ ਨਾ ਲੱਗਦੇ ਹੁਣ ਤਾਂ ਮੈਂ ਉਹ ਜਾ ਬੰਦਾ ਹਾਂ ਜਿਹੜਾ ਆਪਣੇ ਪੈਰ ਵੀ ਤੋੜਦੇ ਆ ਮੈਨੂੰ ਪਤਾ ਹੈ ਰਾਤੀ ਸੁਪਨੇ 'ਚ ਮੈਂ ਵੇਖਿਆ ਸੀ ਮੈਂ ਜੰਗਲ 'ਚ ਭੇਡਾਂ ਚਾਰਦਾ ਪਿਆ ਸੀ ਦਿਨੇ ਉੱਠ ਕੇ ਮੈਨੂੰ ਜਾਪਿਆ ਜਿਵੇਂ ਮੇਰੀਆਂ ਸਾਰੀਆਂ ਤਸਵੀਰਾਂ ਭੇਡਾਂ ਬਣ ਗਈਆਂ ਹੋਣ ਮੈਂ ਤਸਵੀਰਾਂ ਨੂੰ ਭੇਡਾਂ ਨਹੀਂ ਬਣਨ ਦੇਵਾਂਗਾ ਤੂੰ ਇੱਕ ਦਿਨ ਆਖਿਆ ਸੀ ਕਿ ਸੁਪਨਿਆਂ ਦੇ ਪੈਰ ਸਿੱਧੇ ਹੁੰਦੇ ਨੇ ਤੇ ਸੋਚਾਂ ਦੇ ਪੈਰ ਪੁੱਠੇ ਹੁੰਦੇ ਨੇ ਅੱਜ ਮੈਂ ਤੇਰੇ ਨਾਲ ਸ਼ਰਤ ਬੰਨਣਾ ਵਾਂ ਕਿ ਸੋਚਾਂ ਦੇ ਪੈਰ ਸਿੱਧੇ ਹੁੰਦੇ ਨੇ ਤੇ ਸੁਪਨਿਆਂ ਦੇ ਪੁੱਠੇ ਸ਼ਰਤ ਬੰਨ ਲਓ ਸਿਰਫ ਮੈਨੂੰ ਇੱਕ ਡਰ ਲੱਗਦਾ ਹੈ ਕਿ ਇਹ ਸ਼ਰਤ ਪੁੱਠੀ ਨਾ ਪੈ ਜਾਏ ਕਿਸ ਤਰ੍ਹਾਂ ਇਹੀ ਕਿ ਖਬਰੇ ਦਾ ਪੁੱਠ ਸਿੱਧ ਵੇਖਣ ਚ ਸਾਰੀ ਉਮਰ ਲੰਘ ਜਾਏ ਮੇਰੇ ਕੋਲ ਉਮਰ ਇੰਨੀ ਵਾਧੂ ਦੇ ਨਹੀਂ ਕਿ ਮੈਂ ਦਾ ਪੁੱਠ ਸਿੱਧ ਵੇਖਣ ਚ ਲੰਗਾ ਦਿਆਂ ਮੈਂ ਬਹੁਤ ਕੰਮ ਕਰਨਾ ਚਾਹਾਂ ਤੇ ਕੰਮ ਸੁਪਨਿਆਂ ਦੇ ਸਿੱਧੇ ਪੈਰਾਂ ਨਾਲ ਨਹੀਂ ਹੋ ਸਕਦਾ ਸਿੱਧੇ ਪੈਰਾਂ ਨਾਲ ਸਿੱਧੇ ਹੱਥਾਂ ਨਾਲ ਜਿਹੜੇ ਹੱਥ ਜਿਸਮਾਂ ਦੀਆਂ ਖੇਡਾਂ ਚ ਰੁੱਝ ਜਾਣੋਂ ਕੰਮ ਨਹੀਂ ਕਰ ਸਕਦੇ ਮੈਂ ਜਿਸਮ ਦੇ ਹਨੇਰੇ ਚ ਗਵਾਚਣਾ ਨਹੀਂ ਚਾਹੁੰਦਾ ਮੇਰਾ ਖਿਆਲ ਹੈ ਕਿ ਜ਼ਿੰਦਗੀ ਦਾ ਰਸਤਾ ਜਿਸਮ ਦੇ ਚਾਨਣ ਵਿੱਚ ਲੱਭਦਾ ਹੈ ਚਾਨਣ ਮਨ ਦਾ ਹੁੰਦਾ ਹੈ ਅਲਕਾ ਜਿਸਮ ਦਾ ਨਹੀਂ ਜਿਹੜੇ ਜਿਸਮ ਵਿੱਚ ਮਨ ਚਾਨਣਾ ਹੋਵੇ ਉਹ ਜਿਸਮ ਹਨੇਰਾ ਨਹੀਂ ਹੋ ਸਕਦਾ ਦਿਸਨ ਨੂੰ ਅਲਕਾ ਦੀ ਗੱਲ ਜਿੱਤੀ ਹੋਈ ਜਪਣ ਲੱਗ ਪਈ ਸੀ ਇਸ ਲਈ ਕੁਮਾਰ ਖਿੱਚ ਗਿਆ ਅਲਕਾ ਨਾਲ ਉਹਨੇ ਸਾਰੀ ਗੱਲ ਇਸ ਲਈ ਨਹੀਂ ਸੀ ਛੇੜੀ ਕਿ ਉਹ ਆਪਣਾ ਨੁਕਤਾ ਨਜ਼ਰ ਅਲਕਾ ਨੂੰ ਸਮਝਾ ਸਕੇ ਜਾਂ ਅਲਕਾ ਦਾ ਸਮਝ ਸਕੇ ਪਰ ਗੱਲ ਅੱਪੇ ਉਸ ਰਸਤੇ ਮੁੜ ਗਈ ਸੀ ਇਸ ਲਈ ਕੁਮਾਰ ਨੇ ਗੱਲ ਦਾ ਮੋੜ ਪਰਤ ਦਿੱਤਾ ਉਹ ਆਪ ਖਿਜਿਆ ਆਇਆ ਸੀ ਇਸ ਲਈ ਉਹ ਹਲਕਾ ਨੂੰ ਵੀ ਖਿਜਾਣਾ ਚਾਹੁੰਦਾ ਸੀ ਆਖਣ ਲੱਗਾ ਜਿਸਮ ਹਨੇਰਾ ਹੋਵੇ ਜਾਂ ਚਾਨਣਾ ਪਰ ਤੂੰ ਅੱਜ 20 ਰੁਪਏ ਨਹੀਂ ਕਮਾ ਸਕਦੀ ਨਾ ਸਹੀ ਆ ਉਸ ਦਿਨ ਦੇ ਨਦੀ ਵਾਲੇ 20 ਰੁਪਏ ਲੈ ਲੈ ਅੱਛਾ ਅਗੋਂ ਸ਼ਾਇਦ ਕਦੀ ਕੰਮ ਨਹੀਂ ਕੰਮ ਪਵੇਗਾ ਨਾ ਸਹੀ ਫਿਰ ਕੀ karenge ਬੇਰੁਜ਼ਗਾਰ ਲੋਕੀ ਕੀ ਕਰਦੇ ਨੇ ਕੁਝ ਨਹੀਂ ਕਰਦੇ ਕੁਮਾਰ ਦਾ ਖਿਆਲ ਸੀ ਕਿ ਉਹਨੇ ਹਲਕਾ ਨੂੰ ਬੜੀ ਦੁੱਖਾਂਵੀਂ ਗੱਲ ਆਖੀ ਸੀ ਇਸ ਲਈ ਹਲਕਾ ਜ਼ਰੂਰ ਰੋਣ ਹੱਕੀ ਹੋ ਜਾਏਗੀ ਜੇ ਉਹਦੀਆਂ ਅੱਖਾਂ ਚੱਥਰੂ ਨਾ ਆਉਣਗੇ ਤਾਂ ਘੱਟੋ-ਘੱਟ ਉਹਦੀ ਆਵਾਜ਼ ਚੱਥਰੂ ਜ਼ਰੂਰ ਆ ਜਾਣਗੇ ਪਰ ਕੁਮਾਰ ਨੇ ਵੇਖਿਆ ਕਿ ਹਲਕਾ ਬੜੇ ਆਰਾਮ ਨਾਲ ਆਪਣੀ ਬਾਹ ਵਿੱਚੋਂ ਚਾਂਦੀ ਦੇ ਖੁੱਲ-ਖੁੱਲ ਪੈਂਦੇ ਬੰਦ ਨੂੰ ਘੁੱਟ ਕੇ ਮੇਲਦੀ ਪਈ ਸੀ ਤੇ ਬਾਹਰ ਬਰਾਂਡੇ 'ਚ ਪਾਣੀ ਦਾ ਘੜਾ ਲੈ ਕੇ ਆਏ ਹੋਏ ਹਰੀਏ ਨੂੰ ਆਵਾਜ਼ ਦਿੰਦੀ ਪਈ ਸੀ ਕਿ ਉਹ ਕੌਫੀ ਦੇ ਖਾਲੀ ਪਿਆਲੇ ਚੁੱਕੇ ਲੈ ਜਾਏ কুমার ਨੂੰ ਆਪਣੀ ਅੱਖੀ ਹੋਈ ਗੱਲ ਤੇ ਪਛਤਾਵਾ ਆ ਗਿਆ ਤੇ ਉਹ ਗੱਲ ਦੇ ਭਾਰ ਨੂੰ ਹੌਲੀਆ ਕਰਨ ਲਈ ਅਲਕਾ ਨੂੰ ਅੱਖਣ ਲਗਾ। ਇਧਰ ਵੇਖ ਚਾਨਣੇ ਵੱਲ। ਕਿਉਂ? ਤੇਰੀਆਂ ਅੱਖਾਂ ਚ ਅਥਰੂ ਆਏ ਹੋਏ ਨੇ। ਉਹ ਕਾਦੇ ਲਈ? ਮੇਰੀ ਗੱਲ ਤੈਨੂੰ ਰੁਵਾਉਣ ਵਾਲੀ ਸੀ। ਹੋਵੇਗੀ ਪਰ ਮੈਂ ਰੋ ਨਹੀਂ ਸਕਦੀ। ਕਿਉਂ? ਕਿਉਂਕਿ ਜਿਸ ਦਿਨ ਮੈਂ ਇਸ ਰਾਹ ਉਤੇ ਤੁਰੀ ਸਾਂ ਅੱਖਾਂ ਦੇ ਸਾਰੇ ਅਥਰੂ ਪੀ ਕੇ ਤੁਰੀ ਸਾਂ। ਅਲਕਾ ਅਲਕਾ ਨੇ ਕੋਈ ਜਵਾਬ ਨਾ ਦਿੱਤਾ। ਤੇ ਪਹਾੜੀ ਕਪੜੇ ਲਾ ਕੇ ਉਹਨੇ ਆਪਣੇ ਕਪੜੇ ਪਹਿਨ ਲਏ। ਅਲਕਾ ਜਦੋਂ ਚਲੀ ਗਈ ਤਾਂ ਕੁਮਾਰ ਨੂੰ ਜਾਪਿਆ ਕਿ ਬੇਗਾਨਗੀ ਦਾਇਰਾ ਜਿਹੜਾ ਅਲਕਾ ਦੇ ਸੁੱਕੇ ਅਤਰੂਆਂ ਨਾਲ ਭਿੱਜਾ ਹੋਇਆ ਸੀ ਬੜਾ ਤਿਲਕਵਾਰਾ ਸੀ। ਤੇ ਕਿਸੇ ਦਿਨ ਕਿਸੇ ਦਿਨ ਇਸ ਰਾ ਉੱਤੇ ਕੁਮਾਰ ਦਾ ਪੈਰ ਜ਼ਰੂਰ ਤਿਲਕ ਜਾਏਗਾ। ਕਿ ਉਹ ਆਪਣਰਤ ਦੀਆਂ ਡੂੰਘੀਆਂ ਖੱਡਾਂ ਵਿੱਚ ਜਾ ਪਵੇਗਾ। ਅੰਗ 5 ਅਗਲੇ ਦਿਨ ਸਵੇਰੇ ਜਦੋਂ ਹਲਕਾ ਆਈ ਕੁਮਾਰ ਰੋਜ਼ ਵਾਂਗ ਆਪਣੇ ਮੇਜ਼ ਉੱਤੇ ਕੰਮ ਨਹੀਂ ਸੀ ਕਰ ਰਿਹਾ। ਮੰਜੀ ਉੱਤੇ ਲੇਟੇ ਹੋਏ ਕੁਮਾਰ ਨੇ ਆਪਣਾ ਸਿਰ ਮੰਜੀ ਦੇ ਪਾਵੇ ਉੱਤੇ ਰੱਖਿਆ ਹੋਇਆ ਸੀ। ਇੱਕ ਹੱਥ ਨਾਲ ਉਹ ਪਾਵੇ ਨੂੰ ਪਲੋਸਦਾ ਪਿਆ ਸੀ। ਇਸ ਤਰ੍ਹਾਂ ਜਿਸ ਤਰ੍ਹਾਂ ਉਹ ਕਿੰਨੇ ਚਿਰ ਤੋਂ ਇਸ ਪਾਵੇ ਨਾਲ ਸੁੱਖ ਦੀਆਂ ਗੱਲਾਂ ਕਰ ਰਿਹਾ ਹੋਵੇ। ਤਬੀਅਤ ਠੀਕ ਨਹੀਂ ਠੀਕ ਹੈ। ਰਾਤੀ ਦੇਰ ਤੱਕ ਕੰਮ ਕਰਦੇ ਰਹੇ ਸੀ ਨਹੀਂ ਕੁਝ ਪੜ੍ਹਦੇ ਰਹੇ ਸੀ ਨਹੀਂ ਉੰਜੀ ਨੀਂਦ ਰੁਖੜ ਗਈ ਸੀ ਰਾਤਾਂ ਭਾਵੇਂ ਹਨੇਰੀਆਂ ਹੋਣ ਤੇ ਭਾਵੇਂ ਚਾਨਣੀਆਂ ਕੁਮਾਰ ਰਾਤ ਨੂੰ ਪਹਾੜ ਦੀਆਂ ਡੰਡੀਆਂ ਉੱਤੇ ਘੁੰਮਦਾ ਸੀ ਕਦੇ-ਕਦਾਈ ਉਹ ਹਲਕਾ ਦੇ ਚੁਬਾਰੇ ਅੱਗੋਂ ਲੰਘਦੇ ਹਲਕਾ ਨੂੰ ਆਵਾਜ਼ ਦੇ ਲੈਂਦਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਉਹਨੇ ਹਲਕਾ ਨੂੰ ਨਹੀਂ ਸੀ ਬੁਲਾਇਆ ਤੂੰ ਕੱਲ ਸ਼ਾਮ ਨੂੰ ਕੀ ਕਰਦੀ ਰਹੀ ਸੀ ਕੱਲ ਜੋ ਰੋਜ਼ ਕਰਨੀ ਹੈ ਰੋਜ਼ ਸ਼ਾਮ ਨੂੰ ਕੀ ਕਰਨੀ ਹੈ ਕੁਝ ਵੀ ਕਦੇ ਜਨਾਨੀਆਂ ਨਾਲ ਰਲ ਕੇ ਚਸ਼ਮੇ ਉਤੋਂ ਪਾਣੀ ਭਰਨ ਚਲੀ ਜਾਨੀਆ ਤੂੰ ਆਪ ਪਾਣੀ ਭਰਨ ਜਾਨੀਏ ਉਹ ਬਾਣੀਆਂ ਦਾ ਮੁੰਡਾ ਪਾਣੀ ਭਰਦਾ ਹੁੰਦਾ ਸੀ ਹੁਣ ਵੀ ਭਰਦਾ ਹੈ ਹਾਂਜੀ ਕਦੇ ਜਨਾਨੀਆਂ ਦਾ ਸਾਥ ਮੈਨੂੰ ਚੰਗਾ ਲੱਗਦਾ ਉਹ ਪਾਣੀ ਭਰਦੀਆਂ ਬੜੇ ਗੀਤ ਗਾਉਂਦੀਆਂ ਨੇ ਤੂੰ ਵੀ ਉਹਨਾਂ ਦੇ ਨਾਲ ਗਾਉਣੀਏ ਕਈ ਵਾਰ ਹੋਰ ਕੀ ਕਰਨੀ ਹੈ ਸ਼ਾਮ ਨੂੰ ਕਈ ਵਾਰ ਮੈਂ ਉਹਨਾਂ ਦੇ ਨਾਲ ਮਟਰ ਤੋੜਨ ਚਲੀ ਜਾਨੀ ਆ ਤੇ ਜਦੋਂ ਮਟਰਾਂ ਦਾ ਮੌਸਮ ਨਾ ਹੋਵੇ ਮੋਂਗਰੇ ਤੋੜਨ ਲਈ ਚਲੀ ਜਾਨੀ ਆ ਮਿਰਚਾਂ ਤੋੜਨ ਲਈ ਚਲੀ ਜਾਨੀ ਆ ਪਾਲਕ ਦੇ ਪੱਤੇ ਤੋੜਨ ਲਈ ਚਲੀ ਜਾਨੀ ਆ ਹੋਰ ਕੁਝ ਨਹੀਂ ਤਾਂ ਉਹਨਾਂ ਦੇ ਨਾਲ ਧਾਨ ਛੜਨ ਲਈ ਬਹਿ ਜਾਨੀ ਆ ਹੋਰ ਕਈ ਵਾਰੀ ਮੈਂ ਉਹਨਾਂ ਕੋਲੋਂ ਗਲੀਚਾ ਉਣਨਾ ਸਿੱਖਣੀ ਆ ਉਹ ਕਾਦੇ ਲਈ ਗਲੀਚੇ ਜਦੋਂ ਜਦੋਂ ਫੁੱਲ ਪੈਂਦੇ ਨੇ ਮੈਨੂੰ ਚੰਗੇ ਲੱਗਦੇ ਨੇ ਹੋਰ ਕਈ ਵਾਰੀ 나ਥੀ ਤੇ ਰਾਮੂ ਮੇਰੇ ਕੋਲ ਪੜਨ ਲਈ ਆ ਜਾਂਦੀਆਂ ਨੇ ਉਹ ਕੀ ਪੜਦੀਆਂ ਨੇ ਉਹਨਾਂ ਦੇ ਖਾਵੰਦ ਫੌਜ ਵਿੱਚ ਗਏ ਹੋਏ ਨੇ ਉਹਨਾਂ ਦਾ ਜੀ ਕਰਦਾ ਹੈ ਕਿ ਆਪਣੇ ਖਾਵੰਦਾਂ ਨੂੰ ਆਪੇ ਖੱਤ ਲਿਖਣ ਤੇ ਕੱਲ ਸ਼ਾਮ ਨੂੰ ਕੀ ਕਰਦੀ ਰਹੀ ਸੀ ਕੱਲ ਕੱਲ ਸਾਲੀਏ ਦੇ ਬੁੱਢੇ ਪਿਓ ਨੂੰ ਗੋਡਿਆਂ ਉੱਤੇ ਤੇਲ ਮਲਦੀ ਰਹੀ ਸੀ ਉਹਦੇ ਗੋਡੇ ਬੜੇ ਸੁਜੇ ਹੋਏ ਸਨ ਉਹਨਾਂ ਦੀ ਗਊ ਬਿਮਾਰ ਸੀ ਸਾਲੀਆ ਤੇ ਉਹਦੇ ਵਾਟੇ ਉਹਦੇ दारू 'ਚ ਲੱਗੇ ਹੋਏ ਸਨ ਤੂੰ ਇਹਨਾਂ ਸਾਰਿਆਂ ਨਾਲ ਸਾਖ ਬਣਾ ਲੈਨੇ ਕਿੰਨੀ ਸਖੀ ਤਰ੍ਹਾਂ ਤੂੰ ਇਹ ਰਿਸ਼ਤੇ ਗੰਢ ਲੈਣੇ ਆ ਤੂੰ ਝਟ ਕਿਸੇ ਨੂੰ ਭੈਣ ਕਹਿ ਲੈਣੀ ਐ ਕਿਸੇ ਨੂੰ ਅੰਮਾ ਕਿਸੇ ਨੂੰ ਬਾਪੂ ਪਰਸੋਂ ਮੈਂ ਬੌਲੀ ਕੋਲੋਂ ਲੰਘਦਾ ਪਿਆ ਸਾਂ ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਕਰਮਾਂ ਦੀ ਅੰਨੀ ਮਾਂ ਮੈਨੂੰ ਤੇਰੇ ਵੱਲੋਂ ਪੁੱਛਣ ਲੱਗ ਪਈ ਉਹ ਬੜਾ ਹਿਰਖ ਕਰਦੀ ਸੀ ਕਿ ਤੂੰ ਉਹਦੇ ਕੋਲ ਤਿੰਨਾਂ ਦਿਨਾਂ ਤੋਂ ਨਹੀਂ ਸੀ ਗਈ ਉਹਦੀ ਧੀ ਉਹਨੂੰ ਮੁਖੌਲ ਕਰਦੀ ਪਈ ਸੀ ਕਿ ਤਿੰਨਾਂ ਦਿਨਾਂ ਤੋਂ ਅੰਮਾ ਦੀ ਡੰਗੋਰੀ ਗਵਾਚੀ ਹੋਈ ਸੀ ਪਰਲਕਾ ਜੀ ਤੇਰਾ ਤੇ ਮੇਰਾ ਕੀ ਰਿਸ਼ਤਾ ਹੈ 20 ਰੁਪਏ ਦਾ ਰਿਸ਼ਤਾ ਕੁਮਾਰ ਨੇ ਇੱਕ ਹੋਕਾ ਭਰਿਆ ਤੇ ਸਰਾਣੇ ਹੀਠਾਂ ਹੱਥ ਮਾਰ ਕੇ 20 ਰੁਪਏ ਕੱਢੇ ਐ ਲੈ ਆਪਣੇ 20 ਰੁਪਏ ਪਰ ਤੁਸੀਂ ਆਖਿਆ ਸੀ ਕਿ ਹੁਣ ਕਦੇ ਨਹੀਂ ਇਹ ਰੁਪਏ ਕਮਾ ਸਕਾਂਗੇ ਆਖਿਆ ਸੀ ਪਰ ਮੈਨੂੰ ਰੋਜ਼ਗਾਰ ਦੇ ਛੁੱਟਣ ਦਾ ਕੋਈ ਸ਼ਿਕਵਾ ਨਹੀਂ ਅੱਗੋਂ ਦਾ ਮੈਨੂੰ ਪਤਾ ਨਹੀਂ ਪਰ ਇਹ ਮੈਂ ਤੇਰੇ ਪਿਛਲੇ ਦੇਣੇ ਨੇ ਪਿਛਲੇ ਹਾਂ ਕਦੋਂ ਦੇ ਰਾਤ ਦੇ ਅੱਜ ਰਾਤ ਦੇ ਇਸ ਲੰਘੀ ਰਾਤ ਦੇ ਹਾਂ ਉਹ ਕਿਸ ਤਰ੍ਹਾਂ ਮੇਰਾ ਇਕਰਾਰ ਸੀ ਕਿ ਮੈਂ ਤੈਨੂੰ ਜਦੋਂ ਵੀ ਤੇਰੇ ਜਿਸਮ ਦੀ ਲੋੜ ਪੈਗੀ 2000 ਰੁਪਿਆ ਨਾਲ ਉਹਦੀ ਕੀਮਤ ਦੇਵਾਂਗਾ ਹਾਂ ਪਰ ਰਾਤੀ ਮੈਂ ਇੱਥੇ ਤੁਹਾਡੇ ਕੋਲ ਨਹੀਂ ਸੀ ਤੂੰ ਰਾਤੀ ਇੱਥੇ ਸੀ ਹਲਕਾ ਸਾਰੀ ਰਾਤ ਇੱਥੇ ਸੀ ਸੁਪਨੇ ਵਿੱਚ ਹਾਂ ਸੁਪਨੇ ਵਿੱਚ ਹਲਕਾ ਖਿੜਖੜਾ ਕੇ ਹੱਸ ਪਈ ਇਹ ਹੱਸਣ ਵਾਲੀ ਗੱਲ ਨਹੀਂ ਹਲਕਾ ਜਿਹੜੇ ਇਕਰਾਰ ਨੂੰ ਕੋਈ ਦਿਨੇ ਪੂਰਿਆਂ ਕਰ ਲਵੇ ਰਾਤ ਨੂੰ ਆਪਣੀ ਉਸ ਇਕਰਾਰ ਕੋਲੋਂ ਝੂਠਿਆ ਬਹਿ ਜਾਏ ਉਹਨੂੰ ਕੀ ਆਖਿਆ ਜਾਏ ਉਹਨੂੰ ਇਹ ਆਖਿਆ ਜਾਏ ਕਿ ਉਹ ਆਪਣੇ ਆਪ ਨਾਲ ਗਲਤੀ ਇਕਰਾਰ ਨਾ ਕਰਿਆ ਕਰੇ ਮੈਂ ਗਲਤ ਤੇ ਠੀਕ ਦੀ ਬਹਿਸ ਨਹੀਂ ਪੈਣਾ ਪਰ ਜਿਹੜਾ ਇਕਰਾਰ ਮੈਂ ਆਪਣੇ ਆਪ ਨਾਲ ਕੀਤਾ ਹੋਇਆ ਹੈ ਉਹ ਮੈਂ ਜ਼ਰੂਰ ਪੂਰਾ ਕਰਾਂਗਾ ਜੇ ਮੇਰੇ ਸੁਪਨੇ ਮੇਰਾ ਇਕਰਾਰ ਤੋੜਨਗੇ ਤੇ ਮੈਂ ਉਹਦੀ ਕੀਮਤ ਦੇਵਾਂਗਾ ਫਿਰ ਤਾਂ ਮੇਰਾ ਰੋਜ਼ਗਾਰ ਪੱਕਾ ਹੋ ਜਾਏਗਾ ਤੇਰਾ ਮਤਲਬ ਇਹ ਕਿ ਮੈਨੂੰ ਇਹੋ ਜਿਹੇ ਸੁਪਨੇ ਰੋਜ਼ ਆਇਆ ਕਰਨਗੇ ਯੂ ਡੈਵਲ ਪਰ ਇਹ ਨਾਮ ਪੁਰਾਣਾ ਹੋ ਗਿਆ ਅੱਜ ਕੋਈ ਨਵਾਂ ਨਾਮ ਰੱਖਣਾ ਚਾਹੀਦਾ ਸੀ ਗੁੱਸੇ 'ਚ ਕੁਮਾਰ ਦੇ ਹੱਥ ਕੰਬਣ ਲੱਗ ਪਏ ਮੰਜੀ ਦੇ ਪਾਵੇ ਨੂੰ ਉਹਨੇ ਦੋਹਾਂ ਹੱਥਾਂ 'ਚ ਇਸ ਤਰ੍ਹਾਂ ਘੁੱਟਿਆ ਕਿ ਜੇ ਪਾਵੇ ਦੀ ਥਾਂ ਉਹਦੇ ਹੱਥਾਂ ਵਿੱਚ ਹਲਕਾ ਦਾ ਗਲ ਹੁੰਦਾ ਤਾਂ ਸੱਚੀ ਮੁੱਚੀ ਘੁੱਟਿਆ ਜਾਂਦਾ ਕਿਸੇ ਚੀਜ਼ ਦਾ ਕੋਈ ਇਵਜ਼ੀ ਨਹੀਂ ਹੁੰਦਾ ਹਲਕਾ ਨੇ ਹੱਸ ਕੇ ਆਖਿਆ ਤੇ ਮੰਜੀ ਦੇ ਪਾਵੇ ਕੋਲ ਬੈਠਦੀ ਕਹਿਣ ਲੱਗੀ ਜੇ ਮੇਰਾ ਗਲ ਘੁੱਟਨ ਤੇ ਜੀ ਕਰਦਾ ਹੈ ਤਾਂ ਘੁੱਟ ਦਿਓ ਲੱਕੜ ਦੇ ਪਾਵੇ ਨਾਲ ਕਾਨੂੰ ਆਪਣੇ ਹੱਥ ਛਿਲਦੇ ਹੋ। ਕੁਮਾਰ ਨੇ ਸੱਚੀ ਮੁੱਚੀ ਮਨਜੀ ਉੱਠ ਕੇ ਦੋਵੇਂ ਹੱਥ ਅਲਕਾ ਦੇ ਗਲਦਵਾਲੇ ਕੱਸ ਦਿੱਤੇ। ਹੱਥਾਂ ਨੂੰ ਝੋਣ ਦੀ ਦੇਰ ਸੀ ਕਿ ਕੁਮਾਰ ਨੂੰ ਜਾਪਿਆ ਕਿ ਉਹਦੇ ਹੱਥ ਗੁੱਸੇ 'ਚ ਨਹੀਂ। ਅਲਕਾ ਦੇ ਅੰਗ-ਅੰਗ ਨੂੰ ਛੋਣ ਦੀ ਤੜਪ ਨਾਲ ਕੰਬਦੇ ਪਏ ਸਨ। ਕੁਮਾਰ ਦੇ ਹੱਥ ਇਸ ਤਰੰਤਰਭ ਕੇ ਅਲਕਾ ਦੀ ਗਰਦਨ ਤੋਂ ਪਰਾਂ ਹੋ ਗਏ ਜਿਵੇਂ ਭੁੱਲ ਭਲੇਖੇ ਅੱਗ ਦੀ ਲਾਟ ਨਾਲ ਛੋ ਗਏ ਹੋਣ। ਮਾਈ ਗਾਡ ਕੁਮਾਰ ਨੇ ਆਪਣੇ ਮੱਥੇ ਉੱਤੋਂ ਕਬਰਾਟ ਦੀਆਂ ਬੂੰਦਾ ਬੂੰਝੀਆਂ ਆਖਰ ਰੱਬ ਨੂੰ ਯਾਦ ਕਰਨ ਦਾ ਵੀ ਕੋਈ ਵੇਲਾ ਚਾਹੀਦਾ ਹੈ ਅਲਕਾ ਹਸਪੀ ਤੇਰਾ ਵਸ ਚੱਲੇ ਤਾਂ ਤੂੰ ਮੈਨੂੰ ਵਾਨਗਾਗ ਬਣਾ ਦੇਵੇਂ ਵਾਨਗਾਗ ਇੱਕ ਵਾਰੀ ਉਹ ਕਿਸੇ ਕੁੜੀ ਨੂੰ ਮਿਲਣ ਗਿਆ ਸੀ ਫਿਰ ਉਹਨੂੰ ਵੇਖ ਕੇ ਕੁੜੀ ਦੇ ਪਿਓ ਨੇ ਕੁੜੀ ਦੇ ਦੂਸਰੇ ਕਮਰੇ 'ਚ ਭੇਜ ਦਿੱਤਾ ਫਿਰ ਰਾਤ ਦਾ ਵੇਲਾ ਸੀ ਮੇਜ਼ ਉੱਤੇ ਮੋਮਬੱਤੀ ਜਗਦੀ ਪਈ ਸੀ ਵਾਨ ਗਾਗ ਨੇ ਮੋਮਬੱਤੀ ਦੀ ਲਾਟ ਉੱਤੇ ਆਪਣਾ ਹੱਥ ਰੱਖ ਦਿੱਤਾ ਕਿਉਂ ਉਹਨੇ ਕੁੜੀ ਦੇ ਪਿਓ ਨੂੰ ਆਖਿਆ ਕਿ ਉਹ ਜਿੰਨਾ ਚਿਰ ਮੋਮਬੱਤੀ ਦੀ ਲਾਟ ਉੱਤੇ ਆਪਣਾ ਹੱਥ ਰੱਖ ਸਕਦਾ ਸੀ ਉਹਨੇ ਚਿਰ ਲਈ ਉਹ ਕੁੜੀ ਉਹਦੇ ਸਾਹਮਣੇ ਖਲੋ ਜਾਵੇ ਤੂੰ دیਵਾਨਗੀ ਨੂੰ ਸਮਝ ਸਕਦੀ ਹੈ ਹਾਂ ਮੈਂ ਨਹੀਂ ਸਮਝ ਸਕਦਾ ਉਸ ਕੁੜੀ ਦਾ ਪਿਓ ਵੀ ਨਹੀਂ ਸਮਝ ਸਕਿਆ ਹੋਵੇਗਾ ਨਹੀਂ ਉਹ ਵੀ ਨਹੀਂ ਸਮਝ ਸਕਿਆ ਕਮਰੇ 'ਚ ਜਦੋਂ ਸੜਦੇ ਮਾਸ ਦੀ ਬੋਹ ਫੈਲ ਗਈ ਤਾਂ ਕੁੜੀ ਦੇ ਪਿਓ ਨੇ ਹੱਥ ਮਾਰ ਕੇ ਮੋਮਬੱਤੀ ਬੁਝਾ ਦਿੱਤੀ ਤੇ ਉਸ دیਵਾਨੇ ਨੂੰ ਕਮਰੇ 'ਚੋਂ ਬਾਹਰ ਕੱਢ ਦਿੱਤਾ ਆਪਣੀ دیਵਾਨਗੀ ਦੀ ਕੀਮਤ ਆਪ ਹੀ ਚੁਕਾਣੀ ਪੈਂਦੀ ਏ ਪਰ ਮੈਂ ਇਹ ਕੀਮਤ ਚੁਕਾਣ ਲਈ ਤਿਆਰ ਨਹੀਂ ਇਹ دیਵਾਨਗੀ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਇਹ دیਵਾਨਗੀ ਹਰੇਕ ਦੇ ਹਿੱਸੇ ਨਹੀਂ ਆਉਂਦੀ ਵਾਨ ਗਾਗ ਵਰਗੇ ਲੋਕਾਂ ਲੋਕ ਤੇ ਅਲਕਾ ਵਰਗੇ ਲੋਕ ਕਦੇ ਕਦਾਂ ਹੀ ਪੈਦਾ ਹੁੰਦੇ ਨੇ ਅਲਕਾਨ ਇਦੋਂ ਵਾਨ ਗਾਗ ਨੂੰ ਆਪਣੇ ਨਾਲ ਮੇਲਿਆ ਤਾਂ ਕੁਮਾਰ ਦਾ ਹਾਸਾ ਨਿਕਲ ਗਿਆ ਜੇ ਤੂੰ ਵਾਨ ਗਾਗ ਦੇ ਵੇਲੇ ਪੈਦਾ ਹੋਈ ਹੁੰਦੀ ਤਾਂ ਵਿਚਾਰੇ ਨੂੰ ਇੰਨੇ ਦੁੱਖਾਂ ਵਿੱਚੋਂ ਨਾ ਲੰਘਣਾ ਪੈਂਦਾ ਕੀ ਪਤਾ ਮੈਂ ਇਸ ਜਨਮ ਚ ਉਸ ਕੁੜੀ ਦੀਆਂ ਦੇਣੀਆਂ ਦੇ ਰਹੀ ਹਾਂ ਜਿਨੇ ਸੜਦੇ ਮਾਸ ਦੀ ਬੋਸ ਸੁੰਘ ਲਈ ਸੀ ਪਰ ਨਾਲ ਦੇ ਕਮਰੇ ਚੋਂ ਨਿਕਲ ਕੇ ਨਹੀਂ ਸੀ ਆਈ ਯੂਆ ਕ੍ਰੇਜ਼ੀ ਸਿਰਫ ਇਨਾ ਖਿਆਲ ਰੱਖਣਾ ਕਿ ਕ੍ਰੇਜ਼ ਛੂਤ ਦੀ ਬਿਮਾਰੀ ਹੁੰਦੀ ਹੈ ਇਛੂ ਦੀ ਬਿਮਾਰੀ ਤੈਨੂੰ ਤੇ ਵਾਨਗਾਗ ਨੂੰ ਹੋ ਸਕਦੀ ਏ ਮੈਨੂੰ ਨਹੀਂ ਹੋ ਸਕਦੀ। ਕੁਮਾਰ ਨੇ ਇੱਕ ਬੇਪਰਵਾਹੀ ਨਾਲ ਹਲਕਾ ਦਾ ਹੱਥ ਫੜਿਆ। ਹੱਥ ਨੂੰ ਪਹਿਲੋਂ ਆਪਣੇ ਮੱਥੇ ਨਾਲ ਛੋਇਆ ਫੇਰ ਆਪਣੀਆਂ ਅੱਖਾਂ ਨਾਲ ਫੇਰ ਆਪਣੇ ਹੋਠਾਂ ਨਾਲ ਤੇ ਫੇਰ ਆਪਣੀ ਗਰਦਨ ਨਾਲ ਤੇ ਫੇਰ ਆਖਣ ਲੱਗਾ। ਮੈਂ ਤੇਰੇ ਹੱਥਾਂ ਨੂੰ ਭਾਵੇਂ ਇੱਕ ਵਾਰੀ ਛੂਵਾਂ ਭਾਵੇਂ ਹਜ਼ਾਰ ਵਾਰੀ ਮੈਨੂੰ ਇਹ ਛੂਦੀ ਬਿਮਾਰੀ ਨਹੀਂ ਹੋ ਸਕਦੀ। ਇਹ ਬਿਮਾਰੀ ਹੋਣੀ ਹੋਵੇ ਤਾਂ ਬਗੈਰ ਛੂਏ ਵੀ ਹੋ ਜਾਂਦੀ ਏ ਅਲਕਾ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਹਵਾ ਬੜੀ ਤਿੱਖੀ ਵਗਦੀ ਪਈ ਸੀ ਅਲਕਾ ਦੀ ਪਿੱਠ ਬਾਰੀਵਲ ਸੀ ਅਲਕਾ ਨੇ ਆਪਣੇ ਵਾਲਾਂ ਨੂੰ ਭਾਵੇਂ ਕਈ ਵਾਰ ਆਪਣੇ ਕੰਨਾਂ ਦੇ ਪਿੱਛੇ ਟੰਗਿਆ ਸੀ ਪਰ ਮੱਥੇ ਦੀਆਂ ਛੋਟੀਆਂ ਲਟਾਂ ਟੰਗੀਆਂ ਨਹੀਂ ਸੰਰਹਿੰਦੀਆਂ ਕੁਮਾਰ ਨੇ ਅਗਾਹੋਂ ਕਿ ਅਲਕਾ ਦੇ ਮੱਥੇ ਉੱਤੇ ਆਏ ਹੋਈ ਵਾਲਾਂ ਦੀ ਇੱਕ ਮੁੱਠ ਭਰੀ ਤੇ ਫਿਰ ਉਹਦੇ ਹੋਠਾਂ ਦੇ ਸਾ ਵਿੱਚ ਇੱਕ ਡੂੰਗਾ ਸਾਹ ਫੜ ਕੇ ਅੱਖਾਂ ਲਗਾ ਕੋਈ ਜਰਮ ਮੇਰੇ ਉੱਤੇ ਅਸਰ ਨਹੀਂ ਕਰ ਸਕਦਾ ਜਰਮ ਇਹਨੇ ਸਾਵਾਂ 'ਚ ਨਹੀਂ ਹੁੰਦੇ ਜਿੰਨੇ ਖਿਆਲਾਂ 'ਚ ਹੁੰਦੇ ਨੇ ਅਲਕਾ ਨੇ ਆਖਿਆ ਤੇ ਨਾਲ ਦੇ ਕਮਰੇ 'ਚ ਜਾਂਦੀ ਕਹਿਣ ਲੱਗੀ ਆਉ ਕੰਮ ਕਰੀਏ ਕੁਮਾਰ ਦੇ ਪੈਰ ਇੱਕ ਆਦਤ ਵਾਂਗ ਨਾਲ ਦੇ ਕਮਰੇ 'ਚ ਚਲੇ ਗਏ ਉਹਦੇ ਹੱਥਾਂ ਨੇ ਇੱਕ ਆਦਤ ਵਾਂਗ ਮੇਜ਼ ਦੀ ਬੱਤੀ ਜਗਾਈ ਪਰ ਉਹਨੂੰ ਜਾਪਿਆ ਕਿ ਉਹ ਅਜੇ ਇਸ ਕਮਰੇ 'ਚ ਨਹੀਂ ਸੀ ਆਇਆ ਉਹ ਜੇ ਆਪਣੇ ਸੌਣ ਵਾਲੇ ਕਮਰੇ 'ਚ ਹੀ ਖਲੋਤਾ ਹੋਇਆ ਸੀ ਮੇਰਾ ਖਿਆਲ ਹੈ ਕਿ ਮੈਨੂੰ 20 ਰੁਪਏ ਹੋਰ ਖਰਚਣੇ ਪੈਣਗੇ ਕੁਮਾਰ ਨੇ ਆਖਿਆ ਤੇ ਅਲਕਾ ਦੀ ਬਾਹ ਫੜ ਕੇ ਉਹਨੂੰ ਫਿਰ ਪਹਿਲੇ ਕਮਰੇ 'ਚ ਲੈ ਆਇਆ ਕੁਮਾਰ ਨੇ ਕਮਰੇ ਦਾ ਬੂਹਾ ਭੇਡ ਦਿੱਤਾ ਤੇ ਬਾਰੀ ਦੇ ਪਰਦੇ ਨੂੰ ਠੀਕ ਕਰਦਿਆਂ ਆਖਣ ਲੱਗਾ ਇਹ ਸਿਰਫ ਜਿਸਮ ਦੀ ਮੁਹਤਾਜੀ ਹੈ ਅਲਕਾ ਹੋਰ ਕੁਝ ਨਹੀਂ ਜੇ ਤੇਰੀ ਥਾਂਵੇਂ ਇਸ ਵੇਲੇ ਮੇਰੇ ਕੋਲ ਕੋਈ ਹੋਰ ਔਰਤ ਹੁੰਦੀ ਤਾਂ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਕੁਮਾਰ ਦੀ ਗੱਲ ਬੜੀ ਸੁਭਾਵਕ ਸੀ। ਬੜੀ ਗੈਰ ਮਨੁੱਖੀ। ਅਲਕਾ ਦੀ ਥਾਂ 'ਤੇ ਜੇ ਕੋਈ ਹੋਰ ਔਰਤ ਹੁੰਦੀ ਉਹ ਇਸ ਗੱਲ ਨੂੰ ਜਰ ਨਾ ਸਕਦੀ। ਅਲਕਾ ਨੇ ਸਿਰਫ ਜਰਿਆ ਨਹੀਂ, ਇਸ ਗੱਲ ਨੂੰ ਸਮਝਿਆ ਵੀ ਤੇ ਚੁੱਪਚਾਪ ਆਪਣੇ ਕੱਪੜੇ ਲਾਉਣ ਲੱਗ ਪਈ। ਸਮਝੀ? ਕੁਮਾਰ ਨੇ ਪੁੱਛਿਆ। ਮੈਂ ਸਮਝਦੀ ਆਂ ਪਰ ਤੁਸੀਂ ਨਹੀਂ ਸਮਝੇ। ਮੈਂ ਨਹੀਂ ਸਮਝਿਆ। ਮੈਂ ਵੀ ਨਹੀਂ ਸਮਝਿਆ। ਆਪਣੀ ਗੱਲ ਨੂੰ ਮੈਂ ਆਪਣੀ ਗੱਲ ਨੂੰ ਨਹੀਂ ਸਮਝਿਆ ਤੁਸੀਂ ਇਹ ਵੀ ਨਹੀਂ ਸਮਝੇ ਕਿ ਤੁਸੀਂ ਇਹ ਗੱਲ ਕਿਉਂ ਆਖੀਏ ਤੁਹਾਨੂੰ ਇਹ ਆਖਣ ਦੀ ਲੋੜ ਕਿਉਂ ਪਈ ਜੇ ਮੇਰੀ ਥਾਂ ਕੋਈ ਹੋਰ ਔਰਤ ਹੁੰਦੀ ਤਾਂ ਤੁਹਾਨੂੰ ਇਹ ਆਖਣ ਦਾ ਖਿਆਲ ਨਹੀਂ ਸੀ ਆਉਣਾ ਕਿਉਂਕਿ ਕੋਈ ਵੀ ਇਹੋ ਜੇ ਇਹੋ ਜੇ ਵੇਲੇ ਇਹੋ ਜੀ ਗੱਲ ਨਹੀਂ ਆਖਦਾ ਇਸ ਲਈ ਕਿ ਲੋਕਾਂ ਦੇ ਮਨ ਦਾ ਰਿਸ਼ਤਾ ਕੋਈ ਨਹੀਂ ਹੁੰਦਾ ਸਿਰਫ ਘੜੀ ਪੱਲ ਯੋ ਰਿਸ਼ਤੇ ਦਾ ਭੁਲੇਖਾ ਖਾਣਾ ਚਾਹੁੰਦੇ ਨੇ ਇਹ ਕੋ ਲੇਖ ਚੁੱਪਣ ਵਾਲੀ ਪੈ ਸਕਦਾ ਹੈ ਇਸ ਲਈ ਲੋਕ ਚੁੱਪ ਰਹਿੰਦੇ ਨੇ ਪਰ ਜਦੋਂ ਕਿਸੇ ਨੂੰ ਰਿਸ਼ਤੇ ਤੋਂ ਡਰ ਲੱਗਦਾ ਹੋਵੇ ਤਾਂ ਚੁੱਪ ਇਸ ਡਰ ਨੂੰ ਵਧਾ ਦਿੰਦੀ ਹੈ ਇਸ ਲਈ ਉਹਨੂੰ ਬੋਲਣਾ ਪੈਂਦਾ ਹੈ ਡਰ ਨੂੰ ਤੋੜਨਾ ਪੈਂਦਾ ਪਰ 20 ਰੁਪਏ ਦਾ ਰਿਸ਼ਤਾ ਕੋਈ ਇਹੋ ਜਿਹਾ ਰਿਸ਼ਤਾ ਨਹੀਂ ਹੋ ਸਕਦਾ ਹੋ ਸਕਦਾ ਹੈ ਜਿਹਦੇ ਕੋਲੋਂ ਕਿਸੇ ਨੂੰ ਡਰ ਲੱਗ ਵੀਰ ਪਈਏ ਦਿੱਤੇ ਰਿਸ਼ਤਾ ਬਣ ਗਿਆ ਨਾ ਦਿੱਤੇ ਟੁੱਟ ਗਿਆ ਤੁਸੀਂ ਜਿਸ ਤਰ੍ਹਾਂ ਮਰਜ਼ੀ ਸੋਚੀ ਜੋ ਪਰ ਕੋਈ ਰਿਸ਼ਤੇ ਹੋ ਜੇ ਵੀ ਹੁੰਦੇ ਨਹੀਂ ਜਿਹੜੇ ਨਾ ਲਫ਼ਜ਼ਾਂ ਦੀ ਪਕੜ ਚ ਆ ਸਕਦੇ ਨੇ ਤੇ ਨਾ ਰੁਪਈਆਂ ਦੀ ਪਕੜ ਚ ਕੁਮਾਰ ਨੇ ਇੱਕ ਹੱਥ ਨਾਲ ਹਲਕਾ ਨੂੰ ਆਪਣੇ ਵੱਲ ਖਿੱਚਿਆ ਪਰ ਹਲਕਾ ਦੀ ਗੱਲ ਸੁਣ ਕੇ ਉਹਨੇ ਦੂਸਰੇ ਹੱਥ ਨਾਲ ਹਲਕਾ ਨੂੰ ਆਪਣੇ ਨਾਲੋਂ ਪਰਾਂ ਕੀਤਾ ਤੇ ਉਹਦੇ ਮਨ ਚ ਆਇਆ ਕਿ ਜਿਹੜਾ ਰਿਸ਼ਤਾ ਲਫ਼ਜ਼ਾਂ ਦੀ ਪਕੜ ਚ ਨਹੀਂ ਆ ਸਕਦਾ ਉਸ ਰਿਸ਼ਤੇ ਨੂੰ ਬਾਹਮਾ ਦੀ ਪਕੜ ਚ ਵੀ ਨਹੀਂ ਲਿਆਉਣਾ ਚਾਹੀਦਾ ਰਿਸ਼ਤਾ ਦਿਸਦਾ ਨਹੀਂ ਪਰ ਜਿਸਮ ਦਿਸਦਾ ਸੀ ਰਿਸ਼ਤਾ ਪਤਾ ਨਹੀਂ ਕਿੰਨੀ ਕੁ ਦੂਰ ਸੀ ਪਰ ਜਿਸਮ ਬੜੇ ਨੇੜੇ ਸੀ ਰਿਸ਼ਤੇ ਨੂੰ ਤੂੰ ਲੱਭਦੀ ਰਹੋ ਮੈਨੂੰ ਸਿਰਫ ਤੇਰਾ ਜਿਸਮ ਚਾਹੀਦਾ ਹੈ ਕੁਮਾਰ ਨੇ ਅਲਕਾ ਦੀ ਬਾਹ ਨੂੰ ਇਸ ਤਰ੍ਹਾਂ ਘੁੱਟ ਕੇ ਫੜਿਆ ਜਿਵੇਂ ਹੁਣ ਕਿਤੇ ਅਲਕਾ ਨੇ ਉਹ ਤੋਂ ਇਨਕਾਰੀ ਹੋ ਜਾਣਾ ਹੋਵੇ ਕੁਮਾਰ ਦੀ ਕੋਣੀ ਅਲਕਾ ਦੀਆਂ ਪਸਲੀਆਂ 'ਚ ਚੁੱਭਦੀ ਪਈ ਸੀ ਅਲਕਾ ਨੇ ਆਖਿਆ ਕੁਝ ਨਹੀਂ ਸੀ ਪਰ ਕੁਮਾਰ ਨੂੰ ਜੱਪਦਾ ਪਿਆ ਸੀ ਕਿ ਉਹਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ ਔਖਾ ਸਾਹ ਲੈਂਦੇ ਅਲਕਾ ਦੇ ਹੋਂਠਾਂ ਨੂੰ ਕੁਮਾਰ ਨੇ ਆਪਣੇ ਹੋਂਠਾਂ ਨਾਲ ਇਸ ਤਰ੍ਹਾਂ ਮਿਟਿਆ ਜਿਵੇਂ ਹਲਕਾ ਦਾ ਸਾਤ ਤੋੜ ਦੇਣਾ ਚਾਹੁੰਦਾ ਹੋਵੇ ਹਲਕਾ ਦੀ ਜਿਹੜੀ ਹੋਂਦ ਕੁਮਾਰ ਦੀ ਲੋੜ ਬਣੀ ਹੋਈ ਸੀ ਉਸੇ ਹੋਂਦ ਤੋਂ ਉਹ ਦੁਖਿਆ ਹੋਇਆ ਸੀ ਕੁਮਾਰ ਨੂੰ ਆਪਣੀਆਂ ਨਾੜਾਂ ਵਿੱਚ ਬਲਦ ਅੱਗ ਵਾਂਗ ਤਤਾਂ ਲੱਗਦਾ ਪਿਆ ਸੀ ਤੇ ਅੱਜ ਇਹ ਕਿਉਂ ਉਹ ਜਿਉਂ-ਜਿਉਂ ਹਲਕਾ ਦੇ ਕੋਲੇ ਪਿੰਡ ਨੂੰ ਆਪਣੇ ਲੋਹੇ ਵਾਂਗ ਬਲਦੇ ਪਿੰਡੇ ਨਾਲ ਲਾਉਂਦਾ ਪਿਆ ਸੀ ਸੋਚਦਾ ਸੀ ਆਖਰ ਇੱਕ ਕੁੜੀ ਜੀ ਕੁੜੀ ਇਸ ਲੋਹੇ ਨਾਲ ਟੁੱਟਦੀ ਕਿਉਂ ਨਹੀਂ ਸੀ ਕੁਮਾਰ ਬਲ ਬਲ ਕੇ ਹਾਰ ਗਿਆ ਤੇ ਫਿਰ ਰੋਸ਼ਨਦਾਨ ਵਿੱਚੋਂ ਆਉਂਦੀ ਸੂਰਜ ਦੀ ਇੱਕ ਕਿਰਨ ਵਿੱਚ ਉਹਨੇ ਵੇਖਿਆ ਕਿ ਅਲਕਾ ਉੰਜ ਦੇ ਉੰਜੇ ਰੇਸ਼ਮ ਦੇ ਗੁੱਥੇ ਵਾਂਗੂ ਦੀਆਂ ਬਾਹਾਂ 'ਚ ਇਕੱਠੀ ਹੋ ਕੇ ਪਈ ਸੀ ਕੁਮਾਰ ਨੇ ਜਦੋਂ ਕੱਪੜੇ ਪਾ ਕੇ ਕਮਰੇ ਦੀ ਅਲਮਾਰੀ ਖੋਲੀ ਤਾਂ ਅਲਮਾਰੀ 'ਚ 20 ਰੁਪਏ ਕੱਟ ਕੇ ਅਲਕਾ ਨੂੰ ਦਿੰਦਿਆਂ ਉਹਨੇ ਕੋਈ ਇਹੋ ਜਿਹੀ ਗੱਲ ਆਖਣੀ ਚਾਹੀ ਜਿਹੜੀ ਅਲਕਾ ਨੂੰ दुखा सके पर उन कोई गल ना सुजी कुमार दे होठਾਂ ਉੱਤੇ ਗੱਲ ਕੋਈ ਨਾ ਆਈ ਪਰ ਇੱਕ ਮੁਸਕਰਾਟ ਇਹੋ ਜਿਹੀ ਆਈ ਜਿਹੜੀ ਤੱਕਣ ਵਾਲੇ ਦਾ અપમાન ਕਰਦੀ ਪਈ ਸੀ कुमार ਦੇ ਹੱਥੋਂ ਰੁਪਈਏ ਲੈਂਦਿਆਂ ਅਲਕਾ ਦੇ ਹੋਠਾਂ ਉੱਤੇ ਵੀ ਇੱਕ ਮੁਸਕਰਾਟ ਆਈ ਪਰ ਇਹੋ ਜਿਹੀ ਜਿਹੜੀ ਸਾਰੇ અપમાન ਨੂੰ ਪੀ ਕੇ ਇੱਕ ਮਾਣ ਨਾਲ ਭਰ ਗਈ ਹੋਵੇ 40 ਰੁਪਏ ਰੋਜ਼ 20 ਰਾਤ ਨੂੰ ਸੁਪਨੇ ਦੇ 20 ਸਵੇਰ ਨੂੰ ਸੁਪਨੇ ਦੀ ਪੂਰਤੀ ਦੇ ਅਲਕਾਨੀ ਆਖਿਆ ਤੇਰਾ ਖਿਆਲ ਲੇਕੇ ਤੂੰ ਰੋਜ਼ ਰਾਤ ਨੂੰ ਮੇਰੇ ਕੋਲ ਇੱਕ ਸੁਪਨਾ ਵੇਚ ਸਕੇਂਗੀ ਮੈਨੂੰ ਅੱਜ ਤੋਂ ਬਾਅਦ ਕੋਈ ਸੁਪਨਾ ਨਹੀਂ ਆਏਗਾ ਫਿਰ ਰੋਜ਼ ਰਾਤ ਨੂੰ ਜਾਗਦੇ ਰਹਿਣਾ ਅਲਕਾਨੀ ਆਖਿਆ ਤੇ ਮਨਜੀ ਉੱਤੋਂ ਉੱਠ ਕੇ ਆਪਣੇ ਗਲ ਆਪਣੇ ਗਲ ਚ ਕੱਪੜੇ ਪਾਉਣ ਲੱਗ ਪਈ ਦੁਪਹਿਰਾਂ ਵੇਲੇ ਤੱਕ ਅਲਕਾ ਜਿਸ ਤਰ੍ਹਾਂ ਚੁੱਪ-ਚਾਪ ਕੰਮ ਕਰਦੀ ਰਹੀ ਦੁਪਹਿਰਾਂ ਤੋਂ ਬਾਅਦ ਉਸੇ ਤਰ੍ਹਾਂ ਚੁੱਪ-ਚਾਪ ਉੱਠ ਕੇ ਆਪਣੇ ਘਰ ਚਲੀ ਗਈ ਕੁਮਾਰ ਨੇ ਰੋਟੀ ਖਾਧੀ ਕੁਝ ਘੰਟੇ ਹੋਰ ਕੰਮ ਕੀਤਾ ਤੇ ਫਿਰ ਤਰਕਾਲਾਂ ਪੈਂਦਿਆਂ ਉਹ ਸਾਹਮਣੇ ਪਹਾੜ ਤੇ ਚਲਾ ਗਿਆ ਰਾਤ ਡੂੰਘੀ ਹੋ ਗਈ ਸੀ ਜਿਸ ਵੇਲੇ ਕੁਮਾਰ ਵਾਪਸ ਆਇਆ ਹਰੀਏ ਨੇ ਰੋਜ਼ ਵਾਂਗ ਰੋਟੀ ਪਕਾ ਕੇ ਚੁੱਲ੍ਹੇ ਦੀ ਮੱਠੀ ਅੱਗ ਕੋਲ ਗਰਮ ਰੱਖੀ ਹੋਈ ਸੀ ਕੁਮਾਰ ਨੇ ਰੋਟੀ ਖਾਧੀ ਤੇ ਆਪਣੇ ਮੰਝੀ ਉੱਤੇ ਜਦੋਂ ਸੌਣ ਲੱਗਾ ਤਾਂ ਉਹਨੂੰ ਆਉਣ ਵਾਲੀ ਨੀਂਦਰ ਤੋਂ ਇੱਕ ਡਰ ਆਇਆ ਉਹ ਮੰਝੀ ਉੱਤੇ ਤਰਬ ਕੇ ਉੱਠ ਬੈਠਾ ਤੇ ਉਹਨੂੰ ਜਾਪਿਆ ਕਿ ਜੇ ਉਹ ਸੌ ਗਿਆ ਤੋਂ ਨੀਂਦਰ ਨਾਲ ਭਿੱਜੀ ਹੋਈ ਡੰਡੇ ਉੱਤੋਂ ਤਿਲਕ ਕੇ ਸੁਪਨੇ ਦੇ ਡੂੰਗੇ ਖੂਹ ਵਿੱਚ ਜਾ ਡਿੱਗੇਗਾ ਧੰਨਵਾਦ